ਜੋ ਪ੍ਰੇਮ ਖਿਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜੈ ਸਿਰ ਦਿਜੈ ਕਾਣ ਨਾ ਕੀਜੈ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਸਤਸੰਗ ਦੀਆਂ ਅਮੁੱਲਕ ਕੜੀਆਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਸ਼ਹੀਦਾਂ ਸਿੰਘਾਂ ਦੇ ਇਸ ਪਾਵਨ ਪਵਿੱਤਰ ਸਥਾਨ 'ਤੇ ਅੱਜ ਆਪਾਂ ਸਾਰੇ ਮਹਾਨ ਤਪਸਵੀ ਬ੍ਰਹਮ ਗਿਆਨੀ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀਆਂ ਦੇ ਮਹਾਨ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਸਾਲਾਨਾ ਗੁਰਮੁਖ ਸਮਾਗਮਾਂ ਵਿੱਚ ਜੁੜ ਬੈਠੇ ਹਾਂ। ਆਓ ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ ਔਰ ਆਸੀਸ ਬਖਸ਼ੋ। ਕੋਈ ਵੀ ਰਸਨਾ ਬਾਂਝੀ ਨਾ ਰਵੇ, ਕਰੋ ਕਿਰਪਾਲਤਾ। ਦੋਵੇਂ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਸਰੀਰ ਜੁੜ ਬੈਠੇ ਹੋ, ਆਓ ਸਭ ਤੋਂ ਪਹਿਲਾਂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਯਾਦ ਕਰੀਏ। ਕਿਸੇ ਵੀ ਸ਼ਹੀਦ ਦੀ ਗੱਲ ਕਰਨ ਲੱਗਿਆਂ ਪਹਿਲਾਂ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਯਾਦ ਕੀਤਾ ਜਾਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਹਨ। ਆਓ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਦਾ ਧਿਆਨ ਧਰੋ ਇੱਕ ਵਾਰ ਸਾਰੀ ਸੰਗਤ, ਤਾਂ ਜੋ ਇਹ ਸਮਾਂ ਸੁਆਸ ਸਫਲ ਹੋਣ ਔਰ ਜਿਸ ਨੇ ਵੀ ਰਸਨਾ ਤੋਂ ਜਪ ਲਿਆ ਧੰਨ ਗੁਰੂ ਅਰਜਨ ਦੇਵ, ਉਹ ਬੰਦਾ ਜਨਮ ਮਰਨ ਤੋਂ ਮੁਕਤ ਹੋ ਸਕਦਾ।
ਭੱਟ ਸਾਹਿਬਾਨਾਂ ਨੇ ਜ਼ਿਕਰ ਕੀਤਾ ਹੈ, ਹੇ ਗੁਰੂ ਅਰਜਨ ਦੇਵ ਮਹਾਰਾਜ, ਅੱਜ ਤੱਕ ਰੱਬ ਦੇ ਨੇਕਾਂ ਨਾਮ ਸੀ, ਕੋਈ ਰਾਮ ਕਵੇ, ਅੱਲਾ ਕਵੇ, ਵਾਹਿਗੁਰੂ ਕਵੇ, ਗੋਬਿੰਦ ਕਵੇ, ਗੋਪਾਲ ਕਵੇ, ਵਿੱਠਲ ਕਵੇ, ਧਰਨੀਧਰ ਕਵੇ, ਨਾਰਾਇਣ ਕਵੇ, ਹਰੀ ਕਵੇ, ਪਰ ਹੇ ਗੁਰੂ ਅਰਜਨ ਸਾਹਿਬ, ਹੁਣ ਰੱਬ ਦਾ ਇੱਕ ਨਾਮ ਹੋਰ ਪੈ ਗਿਆ। ਉਹ ਰੱਬ ਦਾ ਇੱਕ ਨਾਮ ਹੋਰ ਪਤਾ ਕੀ ਹੈ? ਧੰਨ ਗੁਰੂ ਅਰਜਨ ਦੇਵ। ਜੇ ਕੋਈ ਜਪ ਲਵੇ ਧੰਨ ਗੁਰੂ ਅਰਜਨ ਦੇਵ, ਉਹ ਵੀ ਜਨਮ ਮਰਨ ਤੋਂ ਮੁਕਤ, ਕਿਉਂਕਿ ਭੱਟ ਸਾਹਿਬਾਨਾਂ ਨੇ ਦਰਸ਼ਨ ਕੀਤੇ ਗੁਰੂ ਅਰਜਨ ਦੇਵ ਮਹਾਰਾਜ। ਮੈਂ ਇਸ ਕਥਾ ਦਾ ਕਈ ਵਾਰ ਜ਼ਿਕਰ ਕੀਤਾ, ਜਿਸ ਦਿਨ ਪਹਿਲੇ ਦਿਨ ਭੱਟ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਵਿੱਚ ਆਏ ਨਾ, ਪਹਿਲੇ ਦਿਨ ਉਦਣ ਗੁਰੂ ਦਰਬਾਰ ਵਿੱਚ ਕੋਈ ਕੀਰਤਨ ਨਹੀਂ ਹੋ ਰਿਹਾ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਵਿੱਚ ਕੋਈ ਕਥਾ ਨਹੀਂ ਸੀ ਹੋ ਰਹੀ, ਕੋਈ ਪਾਠ ਨਹੀਂ ਸੀ ਹੋ ਰਿਹਾ। ਪਹਿਲੇ ਦਿਨ ਜਿਸ ਦਿਨ ਭੱਟ ਗੁਰੂ ਦਰਬਾਰ ਵਿੱਚ ਆਏ, ਉਦਣ ਅਚਾਨਕ ਗੁਰੂ ਦਰਬਾਰ ਵਿੱਚ ਸਿਰਫ ਝਗੜਾ ਹੋ ਰਿਹਾ। ਸਾਧ ਸੰਗਤ ਕੋਈ ਪਹਿਲੀ ਵਾਰ ਕਿਸੇ ਦੇ ਘਰ ਆਵੇ ਅਤੇ ਮੂਹਰਿਓਂ ਝਗੜਾ ਹੁੰਦਾ ਹੋਵੇ, ਉਹਦਾ ਅਸਰ ਗਲਤ ਪੈਂਦਾ, ਉਹਦਾ ਇੰਪ੍ਰੈਸ਼ਨ ਗਲਤ ਜਾਂਦਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਵਿੱਚ ਭੱਟ ਪਹਿਲੀ ਵਾਰ ਆਏ, ਉਦਣ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਦਸਵਾਂ ਸੀ, ਬਾਬਾ ਬੁੱਢਾ ਸਾਹਿਬ ਜੀ ਦੇ ਹੱਥ ਵਿੱਚ ਦਸਤਾਰ ਚੁੱਕੀ ਹੋਈ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਹ ਦਸਤਾਰ ਦੇਣੀ ਸੀ। ਉਸ ਵਕਤ ਬਾਬਾ ਪ੍ਰਿਥੀ ਚੰਦ ਸੈਂਕੜੇ ਬੰਦੇ ਲੈ ਕੇ ਗੁਰੂ ਦਰਬਾਰ ਵਿੱਚ ਆ ਗਿਆ। ਉਹਨੇ ਆਉਂਦਿਆਂ ਰੌਲਾ ਪਾਉਣਾ ਸ਼ੁਰੂ ਕੀਤਾ, ਬਾਬਾ ਬੁੱਢਾ ਸਾਹਿਬ, ਇਹ ਪੱਗ ਤੇ ਮੇਰਾ ਹੱਕ ਹੈ, ਮੈਂ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਪੁੱਤਰ ਹਾਂ, ਇਹ ਦਸਤਾਰ ਪੱਗ ਮੈਨੂੰ ਦਿਓ, ਨਹੀਂ ਤਾਂ ਇੱਥੇ ਖੂਨ ਖਰਾਬਾ ਹੋਏਗਾ। ਇੰਨਾ ਝਗੜਾ ਹੋ ਰਿਹਾ ਸੀ, ਭੱਟ ਉਸ ਵਕਤ ਗੁਰੂ ਦਰਬਾਰ ਵਿੱਚ ਪ੍ਰਵੇਸ਼ ਕਰ ਗਏ। ਹੈਰਾਨੀ ਦੀ ਹੱਦ ਨਾ ਰਹੀ, ਕੋਈ ਕੀਰਤਨ, ਕੋਈ ਕਥਾ, ਕੋਈ ਪਾਠ ਨਹੀਂ ਹੋ ਰਿਹਾ, ਝਗੜਾ ਹੋ ਰਿਹਾ। ਜਦੋਂ ਇੰਨੇ ਰੌਲੇ ਵਿੱਚ ਝਗੜਾ ਹੋ ਰਿਹਾ ਸੀ, ਉਸ ਵਕਤ 18 ਸਾਲ ਦੀ ਉਮਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੰਗਤ ਵਿੱਚ ਉੱਠ ਕੇ ਖਲੋ ਗਏ। ਪਾਤਸ਼ਾਹ ਨੇ ਬੜੇ ਅਦਬ ਨਾਲ, ਨਿਮਰਤਾ ਨਾਲ ਹੱਥ ਜੋੜ ਕੇ ਕਿਹਾ, ਬਾਬਾ ਬੁੱਢਾ ਸਾਹਿਬ ਜੀ, ਜੇ ਪੱਗ ਦਾ ਹੀ ਰੌਲਾ ਹੈ ਤਾਂ ਪੱਗ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਨੂੰ ਦੇ ਦਿਓ, ਜੇ ਪੱਗ ਕਰਕੇ ਝਗੜਾ ਹੈ ਤਾਂ ਪੱਗ ਬਾਬੇ ਪ੍ਰਿਥੀ ਚੰਦ ਨੂੰ ਦੇ ਦਿਓ, ਇਹ ਰੌਲਾ ਨਹੀਂ ਪੈਣਾ ਚਾਹੀਦਾ। ਇੰਨੀ ਨਿਮਰਤਾ ਨਾਲ ਹਜ਼ੂਰ ਨੇ ਬਚਨ ਕਿਹਾ, ਪੱਗ ਬਾਬੇ ਪ੍ਰਿਥੀ ਚੰਦ ਨੂੰ ਦੇ ਦਿਓ। ਬਾਬਾ ਬੁੱਢਾ ਸਾਹਿਬ ਜੀ, ਗੁਰਤਾ ਗੱਦੀ ਕਿਸੇ ਪੱਗ ਦੀ ਮੁਥਾਜ ਨਹੀਂ, ਇਹ ਪੱਗ ਬਾਬੇ ਪ੍ਰਿਥੀ ਚੰਦ ਨੂੰ ਦੇ ਦਿਓ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਉਦੋਂ ਪਹਿਲੀ ਵਾਰ ਦਰਸ਼ਨ ਕੀਤੇ ਭੱਟਾਂ ਨੇ, ਔਰ ਧੰਨ ਗੁਰੂ ਅਰਜਨ ਸਾਹਿਬ ਦੇ ਮੁਖਾਰ ਬਿੰਦ ਤੋਂ ਇੰਨੇ ਮਿੱਠੇ ਬੋਲ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਹਰਾ, ਪਾਤਸ਼ਾਹ ਦੇ ਬਚਨ ਸੁਣੇ, ਬਾਬੇ ਪ੍ਰਿਥੀ ਚੰਦ ਨੂੰ ਪੱਗ ਦੇਤੀ ਬਾਬਾ ਬੁੱਢਾ ਸਾਹਿਬ ਨੇ। ਰੌਲਾ ਪਾਉਂਦਿਆਂ ਉਹ ਸੈਂਕੜੇ ਬੰਦੇ ਲੈ ਕੇ ਪੱਗ ਲੈ ਕੇ ਚਲਾ ਗਿਆ, ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਕੇ ਭੱਟ ਨਿਹਾਲ ਹੋ ਗਏ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਅੱਜ ਭੱਟਾਂ ਨੇ ਦਰਸ਼ਨ ਕਰਕੇ ਪਹਿਲੇ ਦਿਨ ਹੀ ਪਤਾ ਕੀ ਕਿਹਾ, ਕਹਿੰਦੇ ਹੇ ਗੁਰੂ ਅਰਜਨ ਦੇਵ ਮਹਾਰਾਜ, ਅਸੀਂ ਅੱਜ ਤੱਕ ਰੱਬ ਵੇਖਿਆ ਨਹੀਂ, ਥਾਂ ਥਾਂ 'ਤੇ ਲੱਭਦੇ ਰਹੇ, ਅੱਜ ਤੱਕ ਰੱਬ ਦੇ ਕੋਈ ਦਿਦਾਰ ਨਹੀਂ ਹੋਏ, ਰੱਬ ਨਹੀਂ ਵੇਖਿਆ, ਪਰ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਕਰਕੇ ਐਂ ਮਹਿਸੂਸ ਹੋਇਆ ਤੁਸੀਂ ਰੱਬ ਹੋ। ਮਹਾਰਾਜ, ਅੱਜ ਰੱਬ ਦੇ ਦਰਸ਼ਨ ਹੋ ਗਏ ਸਨ। ਉਦਣ ਭੱਟ ਸਾਹਿਬਾਨਾਂ ਨੇ ਬਚਨ ਕਹਿ, ਧਰਨ ਗਗਨ ਨਵ ਖੰਡ ਮੈਂ, ਜੋਤ ਸਭ ਰੂਪੀ ਰਹੋ ਭਰ,
ਭੰਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਹੇ ਗੁਰੂ ਅਰਜਨ ਦੇ ਮਹਾਰਾਜ, ਤੁਹਾਡੇ ਦਰਸ਼ਨ ਕਰਕੇ ਐਂ ਲੱਗਾ ਜਿਵੇਂ ਅੱਜ ਰੱਬ ਦੇ ਦਰਸ਼ਨ ਹੋ ਗਏ ਹੋਣ। ਸਾਧ ਸੰਗਤ, ਫਿਰ ਭੱਟ ਮਥਰਾ ਜੀ ਨੇ ਕਿਹਾ, ਉਹ ਦੁਨੀਆਂ ਦੇ ਲੋਕੋ, ਜੇ ਕੋਈ ਜਪ ਲਵੇ ਧੰਨ ਗੁਰੂ ਅਰਜਨ ਦੇਵ, ਉਹ ਬੰਦਾ ਵੀ ਜਨਮ ਮਰਨ ਤੋਂ ਮੁਕਤ ਹੋਏਗਾ। ਕਿਉਂ? ਗੁਰੂ ਅਰਜਨ ਦੇਵ ਨਾਮ ਕਿਸੇ ਸਰੀਰ ਵਿਅਕਤੀ ਦਾ ਨਹੀਂ, ਗੁਰੂ ਅਰਜਨ ਦੇਵ ਨਾਮ ਹੁਣ ਰੱਬ ਦਾ ਹੋ ਗਿਆ। ਇਸ ਲਈ ਸ਼ਹੀਦਾਂ ਦੇ ਸਰਤਾਜ ਨੇ ਗੁਰੂ ਅਰਜਨ ਸਾਹਿਬ। ਆਓ ਪਹਿਲਾਂ ਉਸ ਸ਼ਹੀਦਾਂ ਦੇ ਸਰਤਾਜ ਨੂੰ ਚੇਤੇ ਕਰੀਏ। ਇੱਕ ਵਾਰ ਚਿੱਤ ਜੋੜ ਕੇ ਹਾਜ਼ਰੀ ਲਾਓ, ਮਿਲ ਕੇ ਪਿਆਰ ਨਾਲ ਕਹੋ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ, ਜਪਿਓ ਜਿਨ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ, ਵਜ ਕੇ ਜਪਿਓ ਜਿਨ। ਫਿਰ ਸੰਕਟ ਜੋਨ ਗਰ ਬਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਬ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ, ਸਰ ਜਪੋ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ, ਧੰਨ ਸ਼੍ਰੀ, ਗੱਜ ਕੇ ਧੰਨ ਸ਼੍ਰੀ ਗੁਰੂ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ, ਧੰਨ ਸ਼੍ਰੀ ਗੁਰੂ ਅਰਜਨ, ਧੰਨ ਸ਼੍ਰੀ ਗੁਰੂ। ਫਿਰ ਸੰਕਟ ਜੋਨ ਗਰ ਬਨਾਇਆ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਆਇਓ, ਜਪਿਓ ਜਿਨ ਅਰਜਨ, ਜਪਿਓ ਜਿਨ ਅਰਜਨ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ, ਜਪਿਓ ਜਿਨ। ਆਖੋ ਸਤਨਾਮ ਸ੍ਰੀ, ਫਿਰ ਆਖੋ ਜੀ ਸਤਨਾਮ ਸ੍ਰੀ। ਸਤਸੰਗ ਯਤਨ ਕਰਨਾ, ਜਿੱਥੇ ਸਰੀਰ ਕਰਕੇ ਆਪਾਂ ਗੁਰੂ ਦੇ ਸਨਮੁੱਖ ਹਾਂ, ਉੱਥੇ ਚਿੱਤ ਕਰਕੇ ਸੁਰਤੀ ਕਰਕੇ ਵੀ ਸਨਮੁੱਖ ਹੋਈਏ। ਕਈ ਵਾਰ ਅਸੀਂ ਸਰੀਰ ਕਰਕੇ ਮੱਥਾ ਟੇਕ ਰਹੇ ਹਾਂ, ਸੁਰਤ ਕਰਕੇ ਰੌਲੇ ਹੋਰ ਨੇ, ਕਿਉਂਕਿ ਸਾਡਾ ਬਾਹਰੋਂ ਜੀਵਨ ਕੁਝ ਹੋਰ ਹੈ, ਅੰਦਰੋਂ ਕੁਝ ਹੋਰ ਮੰਗ ਹੈ। ਇੱਕ ਮਾਈ ਮੈਨੂੰ ਫੋਨ ਕਰਕੇ ਕਹਿੰਦੀ, ਭਾਈ ਸਾਹਿਬ ਜੀ ਕਿਰਪਾ ਕਰੋ, ਨਾਮ ਵਿੱਚ ਸੁਰਤ ਜੁੜਨ ਲੱਗ ਜਾਏ, ਬਸ ਨਿਤਨੇਮ ਪੱਕਾ ਹੋ ਜਾਏ। ਮੈਂ ਕਿਹਾ ਉਹ ਤਾਂ ਠੀਕ ਹੈ, ਅਸਲੀ ਗੱਲ 'ਤੇ ਆਓ ਵੀ ਅਸਲੀ ਕੀ ਗੱਲ ਹੈ।
ਉਹ ਤਾਂ ਠੀਕ ਹੈ, ਸਤਸੰਗ ਬੇਹੋਸ਼ੀ ਵਿੱਚ ਲੋਕ ਨਾਮ ਮੰਗ ਰਹੇ ਨੇ, ਪਤਾ ਨਹੀਂ ਹੈ ਵੀ ਅਸੀਂ ਮੰਗ ਕੀ ਰਹੇ। ਮੈਂ ਉਹਨੂੰ ਕਹੋ ਤਾਂ ਠੀਕ ਹੈ ਵੀ ਨਾਮ ਸਿਮਰਨ ਵਿੱਚ ਸੁਰਤ ਜੁੜ ਜਾਏ, ਨਿਤਨੇਮ ਹੋ ਜਾਏ, ਇਹ ਤਾਂ ਤੁਸੀਂ ਕਹਿ ਰਹੇ ਹਾਂ, ਅਸਲੀ ਗੱਲ ਦੱਸੋ। ਕਹਿੰਦੇ ਬਾਬਾ ਜੀ ਬਾਹਰ ਦੀ ਫੈਲ ਲਾਈ ਹੋਈ ਹੈ, ਪੁਰਤਕਾਲ ਪਰਿਵਾਰ ਦਾ ਵੀਜ਼ਾ ਲੱਗ ਜਾਏ ਤਾਂ ਵਧੀਆ, ਘਰ ਵਾਲੇ ਨੂੰ 5 ਸਾਲ ਹੋ ਗਏ ਪੁਰਤਕਾਲ ਗਏ। ਮੈਂ ਕਿਹਾ ਅਸਲੀ ਗੱਲ ਤਾਂ ਹੈ ਨਾ, ਬਾਹਰੋਂ ਕੁਝ ਹੋਰ ਮੰਗ ਰਹੇ, ਅੰਦਰ ਕੁਝ ਹੋਰ ਹੈ, ਇਸ ਲਈ ਤਾਲਮੇਲ ਸਹੀ ਨਹੀਂ, ਤਾਲਮੇਲ ਬਹਿੰਦਾ। ਇਹਨੂੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕਹੇ, ਰੋਜ਼ ਤੁਸੀਂ ਪੜ੍ਹਦੇ ਹੋ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਜੇ ਕੋਈ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਅੱਗੇ ਕੀ ਲਿਖਿਆ, ਜੀਉ ਰਹੇ ਗੁਰ ਨਾਲੇ। ਇਹ ਨਹੀਂ ਵੀ ਸਰੀਰ ਕਰਕੇ, ਭਾਈ ਤੂੰ ਜੀ ਕਰਕੇ ਗੁਰੂ ਨਾਲ ਰਹਿ, ਚਿੱਤ ਕਰਕੇ ਗੁਰੂ ਨਾਲ ਰਹਿ। ਅੱਛਾ, ਤੁਸੀਂ ਵਾਰ ਵਾਰ ਪੰਕਤੀ ਸੁਣਦੇ ਹੋ, ਕਲ ਯੁਗ ਮੈਂ ਕੀਰਤਨ ਪ੍ਰਧਾਨ, ਕੀਰਤਨ ਹੋ ਵੀ ਰਿਹਾ, ਲੋਕ ਜਕਾਰੇ ਵੀ ਛੱਡਦੇ ਨੇ, ਔਰ ਸਤਸੰਗ ਕੀਰਤਨ ਕਥਾ ਕਲ ਯੁਗ ਵਿੱਚ ਪ੍ਰਧਾਨ ਹੈ। ਸਭ ਤੋਂ ਪ੍ਰਧਾਨ ਭਗਤੀ ਪਤਾ ਕੀ ਹੈ? ਕੀਰਤਨ। ਉਸ ਕੀਰਤਨ ਭਗਤੀ ਵਿੱਚ ਤੁਹਾਡਾ ਕੋਈ ਖਰਚ ਨਹੀਂ ਹੁੰਦਾ, ਇੱਕ ਥੋੜ੍ਹਾ ਜਿਹਾ ਬੈਠਣ ਨਾਲ ਵੀ ਬਹੁਤ ਵੱਡਾ ਲਾਭ ਹੁੰਦਾ। ਪਤਾ ਕਿਉਂ? ਇਕੱਲੇ ਬਹਿ ਕੇ ਨਾਮ ਜਪੋਗੇ, ਇੱਕ ਵਾਰ ਆਵਾਜ਼ ਆਏਗੀ ਵਾਹਿਗੁਰੂ, ਸੰਗਤ ਵਿੱਚ ਬਹਿ ਕੇ ਜਪੋਗੇ ਆਖੋ ਸਤਨਾਮ ਸ੍ਰੀ, ਕਿੰਨੀ ਵਾਰ ਸਿਮਰਨ ਤੁਹਾਡਾ ਜਮ੍ਹਾਂ ਹੋ ਗਿਆ, ਕੰਨਾਂ ਨੇ ਕਿੰਨੀਆਂ ਆਵਾਜ਼ਾਂ ਸੁਣੀਆਂ ਵਾਹਿਗੁਰੂ। ਸਭ ਤੋਂ ਵੱਡੀ ਭਗਤੀ ਹੈ ਕੀਰਤਨ। ਪਰ ਉਹਦੇ ਵਿੱਚ ਮਹਾਰਾਜ ਨੇ ਕਿਹਾ ਕਲ ਯੁਗ ਮੈਂ ਕੀਰਤਨ ਪ੍ਰਧਾਨ, ਅਗਲੀ ਪੰਕਤੀ ਪਤਾ ਕੀ ਹੈ? ਗੁਰਮੁਖ ਜਪੀਐ ਲਾਏ ਧਿਆਨ, ਧਿਆਨ ਲਾ ਕੇ ਜਪ ਭਾਈ, ਫਿਰ ਕਲ ਯੁਗ ਵਿੱਚ ਤੈਨੂੰ ਲਾਭ ਹੋਣਾ ਕੀਰਤਨ। ਜੇ ਤੇਰਾ ਧਿਆਨ ਕਿਤੇ ਹੋਰ ਹੈ, ਫਿਰ ਉਹ ਸਰੀਰ ਕਰਕੇ ਝੁਕਿਆ ਪਰਵਾਨ ਨਹੀਂ। ਇਹਨੂੰ ਫਿਰ ਮਹਾਰਾਜ ਰੋਜ਼ ਸਮਝਾਉਂਦੇ ਆਸਾ ਦੀ ਵਾਰਨ ਦਾ ਕਿ ਸਭ ਕੋ ਨਿਵੇ ਆਪ ਕੋ, ਆਪਣੇ ਸਵਾਰਥ ਲਈ ਸਾਰੀ ਦੁਨੀਆ ਨਿਭਦੀ ਹੈ। ਤੂੰ ਵੀ ਬਾਹਰ ਦਾ ਵੀਜ਼ਾ ਮੰਗਣ ਆਇਆ ਤਾਂ ਤੇਰੇ ਵਿੱਚ ਅਤੇ ਉਹ ਬਾਹਰ ਵਿੱਚ ਨਿਭਣ ਵਾਲਿਆਂ 'ਚ ਕੋਈ ਫਰਕ ਨਹੀਂ ਹੈ। ਤੂੰ ਬਾਹਰ ਦੀਆਂ ਚੀਜ਼ਾਂ ਮੰਗਣ ਆਇਆ, ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਏ, ਧਰਤਾ ਰਾਜੂ ਤੁਲੀਏ ਨਿਵੇ ਸੋ ਗੌਰਾ ਹੋਏ। ਅੱਗੇ ਲਿਖਿਆ ਅਪਰਾਧੀ ਦੂਣਾ ਨਿਵੇ, ਤੇਰੇ ਨਾਲੋਂ ਜ਼ਿਆਦਾ ਚਿਰ ਤਾਂ ਸਿਰ ਝੁਕਾ ਕੇ ਸਰੀਰ ਨਿਭਾ ਕੇ ਅਪਰਾਧੀ ਬੰਦਾ ਬੈਠਾ ਰਹਿੰਦਾ। ਅਪਰਾਧੀ ਕੌਣ ਹੈ? ਉੱਥੇ ਸ਼ਿਕਾਰੀ ਦਾ ਜ਼ਿਕਰ ਕੀਤਾ। ਕਹਿੰਦੇ ਸ਼ਿਕਾਰੀ ਜਦੋਂ ਸ਼ਿਕਾਰ 'ਤੇ ਬਹਿੰਦਾ ਉਹ ਆਪਣੇ ਸਰੀਰ ਨੂੰ ਹਿੱਲਣ ਨਹੀਂ ਦਿੰਦਾ, ਸਿਰ ਝੁਕਾਈ ਰੱਖਦਾ ਕਿ ਨਹੀਂ। ਤਾਂ ਸਤਸੰਗਤ, ਮੈਂ ਇੱਕ ਲੇਖ 'ਤੇ ਵੇਖਿਆ ਜਾ ਕੇ, ਉੱਥੇ ਬੰਦਾ ਇੱਕ ਮੱਛੀਆਂ ਫੜਨ ਬੈਠਾ, ਐਂ ਬੈਠਾ ਵੀ ਸਮਾਧੀ ਲਾ ਕੇ, ਜਿਵੇਂ ਹਵਾ ਜਿੰਨਾ ਵੀ ਹਿੱਲ ਨਹੀਂ ਸੀ ਰਿਹਾ, ਐਂ ਧਾਰ, ਕਿਉਂ ਵੀ ਉਹਦਾ ਧਾਗਾ ਹਿੱਲ ਗਿਆ ਮੱਛੀ ਨਾ ਲੰਘ ਜਾਏ, ਐਂ ਟਿੱਕ ਕੇ ਬੈਠਾ। ਪਰ ਉਹ ਬੈਠਾ ਤਾਂ ਮੱਛੀ ਫੜਨ ਲਈ ਆ ਨਾ, ਸਰੀਰ ਇੰਨੀ ਇਕਾਗਰਤਾ ਨਾਲ ਉਹਨੇ ਝੁਕਾਇਆ ਹੋਇਆ, ਉਹਦਾ ਸਿਰ ਝੁਕਿਆ ਸੀ, ਬਾਂਹ ਇੱਥੇ ਹੀ ਐਂ ਟੰਗੀ ਹੋਈ ਸੀ, ਹਿੱਲ ਨਹੀਂ ਸੀ ਰਹੀ ਬਾਂਹ, ਕਿਉਂ? ਉਹਨੇ ਧਾਗਾ ਫੜਿਆ ਹੋਇਆ ਵਿੱਚ, ਇੰਨਾ ਮੱਛੀ ਨੂੰ ਜਹਾਲ ਪਾਇਆ। ਹੁਣ ਉਹ ਹੈ ਤਾਂ ਅਪਰਾਧੀ ਨਾ, ਮੱਛੀ ਭਗਣ ਵਾਸਤੇ ਬੈਠਾ, ਕੋਈ ਭਗਤੀ ਨਹੀਂ ਕਰ ਰਿਹਾ। ਇਹਨੂੰ ਮਹਾਰਾਜ ਕਹਿੰਦੇ ਅਪਰਾਧੀ ਦੂਣਾ ਨਿਵੇ, ਜੋ ਹੰਤਾ ਮਿਰਗਾਏ, ਸੀਸ ਨਭਾਏ ਕਿਆ ਥੀ ਐ, ਜਾਂ ਹਿਰਦੈ ਕਸੁਦੇ ਜਾਏ। ਚਿੱਤ ਵਿੱਚ ਕੁਝ ਹੋਰ ਹੈ, ਸਿਰ ਨਿਭਾਉਣ ਨਾਲ ਗੱਲ ਨਹੀਂ ਬਣੇਗੀ, ਸਿਰ ਝੁਕਾਉਣ ਨਾਲ ਤੈਨੂੰ ਕੋਈ ਪ੍ਰਾਪਤ ਨਹੀਂ ਹੋਏਗਾ। ਹਾਂ, ਦੁਨਿਆਵੀ ਚੀਜ਼ਾਂ ਮਿਲ ਜਾਂਦੀਆਂ ਨੇ, ਪਰ ਉਸ ਸੁੱਖ ਤੋਂ ਬਾਅਦ ਦੂਜਾ ਪਾਸਾ ਦੁੱਖ ਹੈ, ਹਰ ਸੁੱਖ ਤੋਂ ਬਾਅਦ ਦੁੱਖ, ਹਰਖ ਤੋਂ ਬਾਅਦ ਸੋ, ਖੁਸ਼ੀ ਤੋਂ ਬਾਅਦ
ਗਮ ਤੰਦਰੁਸਤੀ ਤੋਂ ਬਾਅਦ ਰੋਗ ਹੈ। ਜੇ ਤੂੰ ਆਨੰਦ ਚਾਹੁੰਦਾ ਜਿਹਦਾ ਦੂਜਾ ਪਾਸਾ ਦੁੱਖ ਨਹੀਂ ਹੈ, ਫਿਰ ਤੇਰੇ ਕੋਲ ਪਦਾਰਥ ਘੱਟ ਸਕਦੇ ਨੇ, ਪਰ ਪਦਾਰਥ ਦੇਣ ਵਾਲਾ ਪਰਮੇਸ਼ਰ ਤੇਰੇ ਕੋਲ ਆ ਕੇ ਬਹਿ ਜਾਏਗਾ। ਹਾ ਹੈ ਹੋਰ ਨਾ ਕੋਈ ਦਾਤਾ, ਜੀਓ ਪਾਏ ਜਿਨ ਰਿਜ਼ਕ ਦੀਆ, ਉਤੋਂ ਬਗੈਰ ਹੋਰ ਦੂਜਾ ਕੋਈ ਦਾਤਾ ਨਹੀਂ। ਜਿਹਨੇ ਜੀਵ ਪੈਦਾ ਕਰਕੇ ਰਿਜ਼ਕ ਦਿੱਤਾ, ਤੂੰ ਰਿਜ਼ਕ ਦਾ ਫਿਕਰ ਨਾ ਕਰ, ਪਰ ਚਿੱਤ ਜੋੜ ਕੇ ਅੰਦਰੋਂ ਦੇ ਸਨਮੁਖੋ। ਜੇ ਕੋ ਸਿੱਖ ਗੁਰੂ ਸਿੱਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹੇ ਗੁਰ ਨਾਲੇ, ਗੁਰ ਕੈ ਚਰਨ ਹਿਰਦੇ ਧਿਆਏ। ਬਾਹਰੋਂ ਨਹੀਂ ਕਹਿੰਦੇ, ਹਿਰਦੇ ਵਿੱਚ। ਗੁਰ ਕੈ ਚਰਨ ਹਿਰਦੇ ਧਿਆਏ, ਅਗਲੀ ਪੰਕਤੀ ਫਿਰ ਅੰਦਰ ਦੀ, ਅੰਤਰ ਆਤਮਾ ਸੰਭਾਲੇ। ਇਹ ਨਹੀਂ ਕਿਹਾ ਕਿ ਬਾਹਰੋਂ ਵਾਹਿਗੁਰੂ ਕਹੇ, ਕਹਿੰਦੇ ਅੰਦਰ ਸੰਭਾਲ ਕਰ ਉਹਨੂੰ। ਗੁਰ ਕਹਿ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਣੇ। ਸਦਾ ਨਰਥ ਕੰਟੀਨਿਊ, ਲਗਾਤਾਰ ਇੱਕ ਰਸ, 24 ਆਵਰ, 30 ਦਿਨ, 12 ਮਹੀਨੇ, ਤੂੰ ਸਦਾ ਗੁਰੂ ਦੇ ਸਹਾਰੇ ਰਹਿਣਾ। ਇਹ ਨਾ ਹੋਵੇ ਐਤਵਾਰ ਇੱਥੇ ਸਹਾਰਾ, ਅੱਛਾ ਸੋਮਵਾਰ ਕਿਤੇ ਹੋਰ, ਪਰਸੋਂ ਨੂੰ ਮੰਗਲਵਾਰ ਆਉਣਾ ਫਿਰ ਕਿਸੇ ਹੋਰ ਦਾ ਸਹਾਰਾ, ਵੀਰਵਾਰ ਕਿਸੇ ਹੋਰ ਦਾ, ਧਾਗੇ ਕਿਸੇ ਹੋਰ ਦੇ ਬੰਨੇ ਨੇ, ਕੜੇ ਕਿਸੇ ਹੋਰ ਦੇ ਪਾਏ ਨੇ, ਤੂੰ ਗੁਰੂ ਦੇ ਸਹਾਰੇ ਨਹੀਂ ਚੱਲ ਰਿਹਾ। ਗੁਰੂ ਤੇਰੀ ਜ਼ਿੰਮੇਵਾਰੀ ਕਿਵੇਂ ਲਵੇ? ਪਾਤਸ਼ਾਹ ਨੇ ਕਿਹਾ, ਆਪ ਛੱਡ ਸਦਾ ਰਹਿ ਪਰਣੇ, ਗੁਰਬਿਨੇ ਅਵਰ ਨ ਜਾਣੇ ਕੋਏ। ਪੜੋ, ਆਪ ਛੱਡ ਸਦਾ ਰਹਿ ਪਰਣੇ, ਗੁਰਬਿਨੇ ਅਵਰ ਨ ਜਾਣੇ। ਪਰਣੇ ਦਾ ਅਰਥ ਹੁੰਦਾ ਸਹਾਰਾ, ਆਸਰਾ। ਅੱਛਾ, ਇਹ ਸ਼ਬਦ ਆਪਾਂ ਪੇਂਡੂ ਪੰਜਾਬੀ 'ਚ ਵੀ ਵਰਤੀਦਾ, ਮੈਂ ਪਰਨਾ ਮੰਨ ਲਵਾਂ। ਉਹ ਜਿਹੜਾ ਸਿਰ ਤੇ ਲਪੇਟੀ ਦਾ, ਉਹਦਾ ਨਾਮ ਵੀ ਪਰਨਾ ਤਾਂ ਆ ਵੀ ਉਹ ਸਹਾਰਾ ਹੈ। ਪਰਨੇ ਦਾ ਅਰਥ ਹੁੰਦਾ ਆਸਰਾ। ਆਪ ਛੱਡ ਸਦਾ ਰਹੇ ਪਰਣੇ, ਗੁਰਬਿਨੇ ਅਵਰ ਨ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਭਾਈ ਜੀਓ ਰਹੇ ਗੁਰਨਾਲੇ, ਅੰਤਰ ਆਤਮੈ ਸੰਭਾਲੇ, ਬਾਹਰੋਂ ਨਹੀਂ, ਅੰਦਰੋਂ ਚਿੱਤ ਕਰਕੇ ਉਹਨੂੰ ਜਪ, ਸਤਨਾਮ ਸ੍ਰੀ ਵਾਹਿਗੁਰੂ, ਫਿਰ ਉਹ ਸਦਾ ਤੇਰੇ ਨਾਲ ਰਹੇਗਾ। ਜਦੋਂ ਤੂੰ ਚਿੱਤ ਕਰਕੇ ਉਹਨੂੰ ਸਿਮਰੇਗਾ, ਉਹ ਵੀ 24 ਘੰਟੇ ਤੇਰੇ ਨਾਲ ਰਹਿਣ ਲੱਗ ਜਾਏਗਾ। ਇਹੀ ਰੱਬ ਦੇ ਘਰ ਦੀ ਕਰਾਮਾਤ ਹੈ। ਸਾਧ ਸੰਗਤ, ਜਿਨ੍ਹਾਂ ਸ਼ਹੀਦਾਂ ਨੂੰ ਆਪਾਂ ਯਾਦ ਕਰ ਰਹੇ ਹਾਂ, ਉਹਨੇ ਗੁਰੂ ਦੀ ਬਾਣੀ ਨੂੰ 24 ਘੰਟੇ ਮਾਣਿਆ, ਕਿਉਂਕਿ ਬਾਣੀ ਇਕੱਲੇ ਅੱਖਰ ਨਹੀਂ ਹੈ। ਇੱਕ ਨੁਕਤਾ ਹੋਰ ਨੋਟ ਕਰਿਓ, ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਿਹਾ ਵੀ ਜੋ ਤੁਸੀਂ ਪਹਿਲੇ ਪਹਿਰ ਕੋਈ ਅੰਮ੍ਰਿਤ ਵੇਲੇ ਉੱਠ ਕੇ ਜਪਦਾ, ਉਹ ਸਮਝੋ ਐਂ ਵੀ ਸਿੱਧਾ ਹੀ ਫੁੱਲ ਤੋਂ ਫਲ ਤੱਕ ਪਹੁੰਚ ਗਿਆ। 99%, ਮੈਂ 100% ਨਹੀਂ ਕਹਿ ਰਿਹਾ, 99% ਦੁਨੀਆ ਵਿੱਚ ਕਿਸੇ ਵੀ ਦਰਖਤ ਨੂੰ ਪਹਿਲਾਂ ਫੁੱਲ ਲੱਗਦੇ ਨੇ, ਫਿਰ ਫਲ ਲੱਗਦੇ ਨੇ। ਕੋਈ ਹੋ ਸਕਦਾ ਵੀ ਜਿਹਨੂੰ ਫੁੱਲ ਨਾ ਲੱਗਦੇ ਹੋਣ, ਉਹਦਾ ਦਾਅਵਾ ਨਹੀਂ ਹੈ। 99% ਬਨਸਪਤੀ ਵਿੱਚ ਪਹਿਲਾਂ ਫੁੱਲ ਅਤੇ ਫਿਰ ਫਲ ਲੱਗਦੇ ਨੇ। ਜਿਹਨੂੰ ਫੁੱਲ ਪੈ ਜਾਣ ਉਹਨੂੰ ਫਲ ਵੀ ਲੱਗਦੇ ਨੇ। ਪਾਤਸ਼ਾਹ ਕਹਿੰਦੇ ਜੇ ਤੂੰ ਫਲ ਤੱਕ ਪਹੁੰਚਣਾ, ਫਲ ਤੱਕ ਪਹੁੰਚਣਾ, ਭਾਵ ਜੇ ਤੂੰ ਗੁਰੂ ਦੇ ਉਸ ਆਨੰਦ ਤੱਕ ਪਹੁੰਚਣਾ ਚਾਹੁੰਦੇ, ਥੱਲੇ ਪਦਾਰਥਾਂ ਤੱਕ ਨਹੀਂ, ਉਹ ਤੈਨੂੰ ਥੋੜ੍ਹੇ ਦਿਨ ਸੇਵਾ ਕਰਕੇ ਵੀ ਮਿਲ ਜਾਣ। 40 ਦਿਨ ਨੰਗੇ ਪੈਰੀਂ ਤੁਸੀਂ ਆ ਕੇ ਹੱਠ ਨਾਲ ਕੋਈ ਸੇਵਾ ਕਰੋ, ਦੁਨਿਆਵੀ ਚੀਜ਼ ਮਿਲ ਜਾਣੀ ਹੈ। ਲੋਕ ਬਹੁਤ ਨੇ ਜਿਹੜੇ 40-40 ਦਿਨ ਆਉਂਦੇ ਨੇ, ਲਗਾਤਾਰ ਨੰਗੇ ਪੈਰ ਆਉਂਦੇ ਨੇ,
ਚਾਲੀ ਚਾਲੀ ਦਿਨ ਖਾਲੀ ਮੂੰਹ ਆਉਂਦੇ ਨੇ, ਸੁੱਚੇ ਮੂੰਹ ਜਾ ਕੇ ਪਹਿਲਾਂ ਉੱਥੇ ਮੱਥਾ ਟੇਕਣਾ, ਨਾਮ ਜਪ, ਦੁਨਿਆਵੀ ਚੀਜ਼ਾਂ ਮਿਲ ਜਾਂਦੀਆਂ ਨੇ ਉਹਦੇ ਨਾਲ। ਪਰ ਪਾਤਸ਼ਾਹ ਕਹਿੰਦੇ ਜੇ ਤੂੰ ਫਲ ਤੱਕ ਪਹੁੰਚਣਾ ਫਿਰ ਕੀ ਕਰ, ਪਹਿਲੇ ਪਹਿਰੇ ਫੁੱਲਣਾ ਫਲ ਪੀ ਪਛਾ ਰਾਤ, ਪਹਿਲੇ ਪਹਿਰ ਤੋਂ ਪਹਿਲਾਂ। ਅੱਛਾ, ਕਈ ਪਹਿਲਾਂ ਪਹਿਰ ਕਹਿੰਦੇ ਵੀ ਰਾਤ ਦੇ 12 ਵਜੇ ਤੋਂ ਬੰਦਗੀ ਕਰਨੀ, ਸਾਰੀ ਰਾਤ ਵੀ ਕੀਤੀ ਜਾ ਸਕਦੀ। ਇਹੋ ਜਿਹੇ ਸਾਧੂਆਂ ਨੇ ਮੈਂ ਨਿਧਾਰ ਕੀਤੇ ਨੇ ਜਿਹੜੇ ਸਾਰੀ ਰਾਤ ਬੰਦਗੀ ਕਰਦੇ ਨੇ, ਸਾਰੀ ਰਾਤ ਬੰਦਗੀ ਕਰਦੇ ਨੇ, ਅੱਧੀ ਰਾਤ ਨੂੰ ਬਾਹਰ ਤੁਰ ਕੇ ਸਿਮਰਨ ਕਰਨਗੇ, ਔਰ ਸਤਸੰਗਤ ਦਿਨੇ ਨਹੀਂ ਉਹ ਬਾਹਰ ਨਿਕਲਦੇ। ਇਹੋ ਜਿਹੇ ਸਾਧੂਆਂ ਦੇ ਮੈਂ ਨਿਧਾਰ ਕੀਤੇ ਨੇ ਜਿਹੜੇ 6-6 ਮਹੀਨੇ ਦਿਨੇ ਨਹੀਂ ਕਿਸੇ ਨੂੰ ਮਿਲੇ, ਰਾਤੀ ਸਿਮਰਨ ਕਰਨ ਦਿਨੇ ਬਿਲਕੁਲ ਬੰਦ, ਕਿਉਂਕਿ ਦੁਨਿਆਵੀ ਲੋਕਾਂ ਨੇ ਦਿਨੇ ਆਉਣਾ, ਉਹਨਾਂ ਦੇ ਕੋਲ ਦਿਨੇ ਉਹ ਬਾਹਰ ਨਹੀਂ ਆਉਂਦੇ। ਕਹਿਣ ਤੋਂ ਭਾਵੇਂ ਬੰਦਗੀ ਦਾ ਰਸ ਹੈ, ਸਾਰੀ ਰਾਤ ਵੀ ਕੀਤੀ ਜਾ ਸਕਦੀ, ਪਰ ਜਿਹਨੂੰ ਆਪਾਂ ਪਹਿਲਾਂ ਪਹਿਰ ਕਹਿੰਦੇ ਉਹ ਵਿਦਵਾਨਾਂ ਨੇ ਨਾਮ ਜਪਣ ਵਾਲਿਆਂ ਨੇ ਮੰਨਿਆ ਵੀ ਸਵੇਰੇ ਲੋ ਲੱਗਣ ਤੋਂ ਪਹਿਲਾਂ, ਸਵੇਰੇ ਲੋ ਲੱਗਣ ਤੋਂ ਪਹਿਲਾਂ 3 ਘੰਟੇ ਪਹਿਲਾਂ ਉਹਨੂੰ ਪਹਿਲਾ ਪਹਿਰ ਕਹਿੰਦੇ। ਉਹਨੂੰ ਪਾਤਸ਼ਾਹ ਨੇ ਚੱਲ ਅੰਗੇ ਉੱਠ ਨਾਮ ਜਪ ਵੀ ਕਿਹਾ, ਨਿਸਵਸਰ ਆਰਾਧ ਕਾਰਾ ਤੁਜਨਾ ਵਿਆਪਈ ਨਾਨਕ ਮਿਟੇ ਅਪਾਧ। ਉਹਨੂੰ ਕਿਹਾ ਉਹ ਅੰਮ੍ਰਿਤ ਵੇਲਾ ਭਾਈ, ਉਹ ਪ੍ਰਭਾਤ ਵੇਲਾ ਜਦੋਂ ਚਿੜੀਆਂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਏ, ਜਦੋਂ ਲੋ ਲੱਗਦੀ ਹੈ ਚਿੜੀਆਂ ਆਵਾਜ਼ ਕਰਦੀ, ਉਹ ਤੋਂ 3 ਘੰਟੇ ਪਹਿਲਾਂ ਪਹਿਲਾ ਪਹਿਰ ਸ਼ੁਰੂ ਹੁੰਦਾ। ਪਹਿਲੇ ਪਹਿਰ ਫੁੱਲੜਾ, ਜੇ ਗਿਣਤੀ ਵਿੱਚ ਜਾਓਗੇ ਤਾਂ ਸਵੇਰੇ 3 ਵਜੇ ਸ਼ੁਰੂ ਹੋ ਜਾਏਗਾ। ਅੱਛਾ, ਉਹਦਾ ਸਰਦੀਆਂ ਗਰਮੀਆਂ 'ਚ ਸਮਾਂ ਬਦਲਦਾ ਰਹਿੰਦਾ, ਬਹੁਤੇ ਅਸਥਾਨ ਨੇ ਜਿੱਥੇ ਪੱਕਾ ਪ੍ਰਕਾਸ਼ ਦਾ ਟਾਈਮ ਹੈ, ਜਿਵੇਂ ਮੰਗਲਾ ਸਾਹਿਬ ਚਲੇ ਜਾਓ ਉੱਥੇ ਸਵੇਰੇ 2 ਵਜੇ ਪ੍ਰਕਾਸ਼ ਹੋ ਜਾਂਦਾ, ਸੁਖਮਣੀ ਸਾਹਿਬ ਸ਼ੁਰੂ ਹੋ ਜਾਂਦਾ। ਪਰ ਜਦੋਂ ਤੁਸੀਂ ਕੁਦਰਤੀ ਮਰਿਆਦਾ ਜਿਹੜੀ ਗੁਰੂ ਸਾਹਿਬ ਦੇ ਵੇਲੇ ਤੋਂ ਸ਼੍ਰੀ ਦਰਬਾਰ ਸਾਹਿਬ ਚੱਲੀ ਹੈ, ਉਹ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਪਾਤਸ਼ਾਹ ਨੇ ਸ਼ੁਰੂ ਕੀਤੀ, ਉਹ ਸਰਦੀਆਂ ਗਰਮੀਆਂ ਵਿੱਚ ਵਕਤ ਬਦਲਦਾ ਰਹਿੰਦਾ। ਸਰਦੀਆਂ ਵਿੱਚ ਪ੍ਰਕਾਸ਼ ਦਾ ਟਾਈਮ ਹੋਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗਰਮੀਆਂ ਵਿੱਚ ਹੋਰ ਹੈ। ਉੱਥੇ ਪਹਿਲੇ ਪਹਿਰ ਦੀ ਚੌਂਕੀ ਜਿਹੜੀ ਹੈ ਉਹ ਸਰਦੀਆਂ ਨਾਲ ਮੌਸਮ ਦੇ ਹਿਸਾਬ ਨਾਲ ਬਦਲਦੀ ਹੈ, ਇਸ ਲਈ ਪਹਿਲੇ ਪਹਿਰ ਹੈ ਫੁੱਲੜਾ। ਫਲ ਪੀ ਪੱਛਾ ਰਾਤ, ਜੋ ਜਾ ਗੰਨ ਲਹਨ ਸੇ ਸਾਈਂ ਕੰਨੋ ਦਾਤ। ਜੇ ਕੋਈ ਪਹਿਲੇ ਪਹਿਰ ਉੱਠ ਕੇ ਜਪੇ ਉਹਦਾ ਅਸਰ ਫਿਰ ਸਾਰਾ ਦਿਨ ਰਹਿੰਦਾ। ਸਿੱਖ ਨੂੰ ਬੜੀ ਕਿਰਪਾ ਕੀਤੀ ਮਹਾਰਾਜ ਨੇ, ਤੁਸੀਂ ਨਿਤਨੇਮ ਹੀ ਬੈਠੇ ਹੋ, ਸੋਹਿਲਾ ਸਾਹਿਬ ਦੀ ਬਾਣੀ ਦਾ ਟਾਈਮ ਨਹੀਂ ਲਿਖਿਆ ਹੋਇਆ, ਸੋਹਿਲਾ ਸਾਹਿਬ ਦੀ ਬਾਣੀ ਦਾ ਟਾਈਮ ਨਹੀਂ ਲਿਖਿਆ ਹੋਇਆ। ਜਪਜੀ ਸਾਹਿਬ ਦਾ ਸਵੇਰੇ ਅੰਮ੍ਰਿਤ ਵੇਲੇ ਟਾਈਮ ਹੈ, ਰਹਿਰਾ ਸਾਹਿਬ ਦਾ ਟਾਈਮ ਆਵੇ ਸੂਰਜ ਡੁੱਬਣ ਵੇਲੇ, ਅਤੇ ਜਦੋਂ ਸੋਹਿਲਾ ਸਾਹਿਬ ਦੀ ਬਾਣੀ ਦੀ ਗੱਲ ਹੋਈ ਉਦੋਂ ਲਿਖਿਆ ਰਾਤੀ ਸੌਣ ਤੋਂ ਪਹਿਲਾਂ, ਰਾਤੀ ਸੌਣ ਲੱਗਿਆਂ। ਹੁਣ ਕੋਈ 9 ਵਜੇ ਵੀ ਸੌਂਦਾ, ਕੋਈ 8 ਵਜੇ ਸੌਂਦਾ, ਕੋਈ ਰਾਤੀ 11-12 ਵਜੇ ਵੀ ਸੌਂਦਾ, ਕਈ ਬੰਦਿਆਂ ਦਾ ਕੰਮ ਇਸ ਤਰ੍ਹਾਂ ਦਾ 1-1.5 ਵਜੇ ਜਾ ਕੇ ਸੌਂਦੇ ਨੇ, ਕੋਈ 11-12 ਵਜੇ ਵੀ ਸੌਂਦੇ ਨੇ। ਸੌਣ ਤੋਂ ਪਹਿਲਾਂ ਗੁਰਸਿੱਖ ਨੇ ਸੋਹਿਲਾ ਸਾਹਿਬ ਦਾ ਪਾਠ ਕਰਨਾ, ਕਿਉਂ? ਜਿਹੜਾ ਸਤਸੰਗ ਜਾਗਦੇ ਮਨ ਨੇ ਜਪ ਲਿਆ, ਜਦੋਂ ਤੁਸੀਂ ਜਪਦੇ ਆ ਜਪਦੇ ਆ ਨੀਂਦ ਵਿੱਚ ਸੌਂ ਜਾਓਗੇ, ਉਹ ਕੌਨਸ਼ੀਅਸ ਮਾਈਂਡ ਜਿਹੜਾ ਸਭ ਕੌਨਸ਼ੀਅਸ ਮਾਈਂਡ ਨੂੰ ਅੱਗੇ ਕਨਵੇ ਕਰ ਦਿੰਦਾ। ਜਦੋਂ ਸਵੇਰੇ ਨੀਂਦ 'ਚ ਉੱਠੋਗੇ ਤੁਹਾਡਾ ਸਰੀਰ ਐਂ ਲੱਗੇਗਾ ਜਿਵੇਂ ਫੁੱਲ ਵਰਗਾ ਹਲਕਾ ਹੋ ਗਿਆ। ਜਿਹੜੀ ਪੰਕਤੀ ਰਾਤੀ ਸੌਣ ਲੱਗਿਆਂ ਪੜ੍ਹੀ, ਉਹ ਸਵੇਰੇ ਜਾਗਦਿਆਂ ਵੀ, ਉੱਠਣ ਲੱਗਿਆਂ ਵੀ ਤੁਹਾਡੀ ਰਸਨਾ 'ਤੇ ਚੱਲਦੀ ਹੋਈ। ਲੋਕਾਂ ਨੂੰ ਟੈਨਸ਼ਨ ਸਟ੍ਰੈਸ ਵੱਧ ਗਈ ਹੈ, ਬੀਪੀ ਵੱਧ ਰਹੇ ਨੇ, ਥਾਇਰਡ ਹੋ ਰਿਹਾ, ਇਹ ਬਿਮਾਰੀਆਂ ਦੇ ਕਾਰਨ ਪਤਾ ਕੀ ਹੈ? ਚਿੰਤਾ ਦਾ ਟੋਕਰਾ ਸਿਰ 'ਤੇ ਲੈ ਕੇ ਸੁੱਤੇ।
ਸੌਣ ਲੱਗਿਆਂ ਸਾਰੇ ਦਿਨ ਦੀ ਚਿੰਤਾ ਯਾਦ ਕੀਤੀ, ਆਹ ਵੀ ਹੋਇਆ, ਉਹਨੇ ਮੈਨੂੰ ਆਹ ਕਿਹਾ, ਉਹਨੇ ਆਹ ਕਹਿ ਤੋ ਸਾਨੂੰ ਆਹ ਸੁਣਾ ਕੇ ਕਹਿ ਗਿਆ, ਉਹ ਇਸ ਗੱਲ ਕਰਕੇ ਆਇਆ। ਸਾਰੇ ਲੋਕਾਂ ਦੀ ਚਿੰਤਾ ਰਾਤੀ ਸੌਣ ਲੱਗਿਆਂ ਮਾਇੰਡ ਵਿੱਚ ਮਨ ਵਿੱਚ ਘੁਮਾ ਕੇ ਉਹੀ ਉਹ ਸੁਪਨੇ ਆਉਣਗੇ, ਫਿਰ ਤੁਹਾਡਾ ਸਰੀਰ ਤੰਦਰੁਸਤ ਨਹੀਂ ਹੋਏਗਾ। ਪਾਤਸ਼ਾਹ ਨੇ ਕਿਹਾ ਜਦੋਂ ਮਨ ਅਰੋਗ ਹੋ ਗਿਆ ਤਨ ਵੀ ਅਰੋਗ ਹੋਣ ਲੱਗ ਜਾਏਗਾ। ਇਸ ਲਈ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਹੇ ਮਿਟਾਵੋ। ਜਿਹੜੀ ਚੀਜ਼ ਜਪੋਗੇ ਉਹਦਾ ਅਸਰ ਹੋਏਗਾ। ਦੁਨਿਆਵੀ ਗੱਲਾਂ ਯਾਦ ਕਰਕੇ ਸੌਵੋਗੇ ਉਹਦਾ ਅਸਰ ਸਵੇਰੇ ਰਹੇਗਾ। ਸੌਣ ਲੱਗਿਆ ਵਾਹਿਗੁਰੂ ਵਾਹਿਗੁਰੂ ਕਹਿ ਕੇ ਜਪੋਗੇ, ਸਵੇਰੇ ਉੱਠੋਗੇ ਉਹਦਾ ਅਸਰ ਹੋਏਗਾ। ਮੈਂ ਤਾਂ ਕਈ ਵਾਰ ਇਸ ਸਾਦੇ ਜਿਹੇ ਸ਼ਬਦਾਂ 'ਚ ਬੇਨਤੀ ਕਰਦਾ ਨਾ, ਮੇਰੀ ਕਥਾ ਪਿੰਡਾਂ ਵਾਲੀ ਹੈ, ਸਾਧ ਸੰਗਤ ਮਾਫ ਕਰਿਓ। ਜਦੋਂ ਸਵੇਰੇ ਕੁਝ ਖਾਣਾ ਹੋਵੇ ਤੁਸੀਂ ਰਾਤੀ ਸੋਚ ਕੇ ਸੌਂਦੇ ਹੋ, ਅੱਛਾ ਵੀ ਸਵੇਰੇ ਕੀ ਬਣਾਉਣਾ ਹੈ। ਜੇ ਸਵੇਰੇ ਚਨਿਆਂ ਦੀ ਦਾਲ ਸਬਜ਼ੀ ਬਣਾਉਣੀ, ਮਾਈਆਂ ਰਾਤੀ ਭਿਉਂ ਦਿੰਦੀਆਂ ਨੇ। ਜੇ ਸਵੇਰੇ ਪਰੌਂਠੇ ਬਣਾਉਣੇ, ਰਾਤੀ ਦਹੀਂ ਲਾਉਂਦੇ ਹੋ। ਸਾਧ ਸੰਗਤ ਰਾਤ ਸਵੇਰ ਦਾ ਖਾਣ ਲੱਗਿਆਂ ਰਾਤੀ ਸੋਚ ਕੇ ਸੌਂਦੇ ਹੋ, ਇਹ ਯਾਦ ਰੱਖਿਓ। ਜਿਹਨੇ ਸਵੇਰੇ ਉੱਠ ਕੇ ਸਿਮਰਨ ਕਰਨਾ ਉਹ ਰਾਤੀ ਵਾਹਿਗੁਰੂ ਕਹਿ ਕੇ ਸੌਂਦੇ, ਜਿਹਨੇ ਸਵੇਰੇ ਉੱਠ ਕੇ ਨਾਮ ਵਿੱਚ ਸੁਰਤ ਜੋੜਨੀ ਉਹ ਰਾਤੀ ਸੌਣ ਲੱਗਿਆਂ 10-20-50 ਵਾਰ ਕਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ। ਮਹਾਰਾਜ ਫਿਰ ਅਸਰ ਕੀ ਹੋਣਾ, ਕਹਿੰਦੇ ਸੋਏ ਅਚਿੰਤਾ ਜਾਗ ਚਿੰਤਾ। ਸੌਣ ਲੱਗਿਆਂ ਕੋਈ ਚਿੰਤਾ ਨਹੀਂ ਰਹਿਣੀ, ਕੋਈ ਚਿੰਤਾ ਨਹੀਂ ਰਹਿਣੀ। ਸੋਏ ਅਚਿੰਤਾ ਜਾਗ ਚਿੰਤਾ, ਜਹਾਂ ਕਹਾਂ ਪ੍ਰਭ ਤੋਂ ਵਰਤੰਤਾ। ਘਰ ਸੁਖ ਵਸਿਆ ਵਾਹਰ ਸੁਖ ਪਾਇਆ, ਕਾਹਦੇ ਨਾਲ ਕਹੋ ਨਾਨਕ ਗੁਰ। ਸੌਣ ਲੱਗਿਆ ਮੰਤਰ ਦ੍ਰਿੜ ਕੀਤਾ ਫਿਰ ਸੁੱਖ ਹੈ, ਪੜੋ ਘਰ ਸੁਖ ਵਸਿਆ ਵਾਹਰ ਸੁਖ ਪਾਇਆ ਕਹੋ ਨਾਨਕ ਗੁਰ। ਉਸ ਮੰਤਰ ਨੂੰ ਜਿਨ੍ਹਾਂ ਨੇ ਦ੍ਰਿੜ ਕੀਤਾ ਉਹ ਸੁਖੀ ਹੋ ਗਏ। ਸਾਧ ਸੰਗਤ ਇੰਨੇ ਕੁ ਸੁਖੀ ਹੋ ਗਏ ਕਿ ਉਹਨਾਂ ਨੂੰ ਤਿੱਖੇ ਦੰਦਿਆਂ ਦੀ ਚਰਖੜੀ 'ਤੇ ਚਾੜ ਦਿੱਤਾ ਤਾਂ ਵੀ ਸੁਖੀ, ਆਰੇ ਨਾਲ ਚੀਰ ਦਿੱਤਾ ਤਾਂ ਵੀ ਸੁਖੀ, ਤੱਤੀ ਤਵੀ 'ਤੇ ਬਿਠਾ ਦਿੱਤਾ ਤਾਂ ਵੀ ਸੁਖੀ, ਉਬਲਦੇ ਪਾਣੀ 'ਚ ਉਬਾਲ ਦਿੱਤਾ ਤਾਂ ਵੀ ਸੁਖੀ, ਜਿਉਂਦਿਆਂ ਰੂੰ 'ਚ ਲਪੇਟ ਕੇ ਅੱਗ ਲਾ ਦਿੱਤੀ ਤਾਂ ਵੀ ਸੁਖੀ, ਉਹ ਸ਼ਹੀਦ ਹੋ ਕੇ ਵੀ ਸੁਖੀ ਹੋਏ। ਪਤਾ ਕਿਉਂ? ਅੰਦਰ ਮੰਤਰ ਦ੍ਰਿੜ ਹੋ ਗਿਆ। ਇਹਨੂੰ ਫਿਰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਜਦੋਂ ਮੰਤਰ ਦ੍ਰਿੜ ਹੋ ਜਾਏ, ਜਦੋਂ ਬਾਣੀ ਦ੍ਰਿੜ ਹੋ ਜਾਏ ਉਹ ਬਾਣੀ ਤੁਹਾਡੇ ਨਾਲ ਪ੍ਰਤੱਖ ਰੂਪ ਵਿੱਚ ਰਹਿਣ ਲੱਗ ਜਾਏਗੀ। ਪ੍ਰਤੱਖ ਸਮਝਦੇ ਹੋ? ਸਾਕਸ਼ਾਤ। ਬਚਨ ਪੜ੍ਹੋ, ਤੁਹਾਨੂੰ ਯਾਦ ਹੈ ਬਾਣੀ ਗੁਰੂ, ਗੁਰੂ ਹੈ ਬਾਣੀ। ਉਹ ਤੋਂ ਅੱਗੇ ਲਿਖਿਆ ਵਿੱਚ ਬਾਣੀ ਅੰਮ੍ਰਿਤ ਸਾਰੇ। ਫਿਰ ਅਗਲੀ ਪੰਕਤੀ ਸੁਣਿਓ, ਗੁਰਬਾਣੀ ਕਹੈ ਸੇਵਕ ਜਨ ਮੰਨੈ। ਸੇਵਕ ਨੇ ਜਨ ਮੰਨ ਕੇ ਮੰਨਣੀ ਸ਼ੁਰੂ ਕਰ ਦਿੱਤੀ ਜੋ ਗੁਰਬਾਣੀ ਨੇ ਕਿਹਾ। ਗੁਰਬਾਣੀ ਕਹੈ ਸੇਵਕ ਜਨ ਮੰਨੈ, ਉਹ ਤੋਂ ਵੱਧ ਗੁਰੂ ਦੀ ਜ਼ਿੰਮੇਵਾਰੀ। ਪ੍ਰਤੱਖ ਗੁਰੂ ਨਿਸਤਾਰੇ, ਗੁਰੂ ਤੈਨੂੰ ਪ੍ਰਤੱਖ ਹੋ ਕੇ ਦਿਖਾਏਗਾ ਕਿ ਮੈਂ ਕੁਝ ਹਾਂ। ਫਿਰ ਤੈਨੂੰ ਚਰਖੜੀ ਦੇ ਦੰਦਿਆਂ ਉੱਤੇ ਵੀ ਦੁੱਖ ਨਹੀਂ ਵਿਆਪਣ ਦੇਗਾ। ਲੋਕਾਂ ਦੇ ਭੌਂਦੇ ਸਰੀਰ ਚੀਰਿਆ ਜਾ ਰਿਹਾ, ਪਰ ਤੇਰੀ ਆਤਮਾ ਨੂੰ ਕੋਈ ਚੀਰ ਨਹੀਂ ਸਕੇਗਾ, ਤੈਨੂੰ ਕੋਈ ਦੁਖੀ ਨਹੀਂ ਕਰ ਸਕੇਗਾ। ਉਹ ਸਾਧ ਸੰਗਤ ਪਾਤਸ਼ਾਹ ਨੇ ਕਿੰਨੇ ਉੱਚੇ ਲੈਵਲ ਦੀ ਵਿਆਖਿਆ ਕਹੀ, ਕਦੇ ਦੇ ਬਾਰੇ ਸੋਚਿਓ। ਇੱਥੇ ਤਾਂ ਮਾੜਾ ਜਿਹਾ ਘੱਟ ਪੈ ਜਾਏ ਬੰਦੇ ਉਦਾਸ ਹੋ ਜਾਂਦੇ ਨੇ, ਅੱਛਾ ਵੀਜ਼ਾ ਨਾ ਲੱਗੇ ਤਾਂ ਲੋਕ ਬਿਮਾਰ ਹੋ ਜਾਂਦੇ ਨੇ। ਜਿਹੜੇ ਦੇਸ਼ 'ਚ ਰਹਿ ਰਹੇ ਹੋ ਤੁਹਾਨੂੰ ਕੋਈ ਕੱਢਣ ਲੱਗਾ? ਜਿੱਥੇ ਜੰਮੇ ਆਪਾਂ ਇੱਥੇ ਸਾਧ ਸੰਗਤ PR
ਪਰ ਲੋਕ ਦੂਜੇ ਦੇਸ਼ਾਂ 'ਚ ਪੀ ਆਰ ਹੋਣ ਦੇ ਚੱਕਰ 'ਚ ਮੁਹਾਰ ਹੋ ਰਿਹਾ। ਮੈਂ ਬਾਹਰ ਗਿਆ ਸਟੂਡੈਂਟ ਦੀ ਕਲਾਸ ਲਈ, 25-25 ਸਾਲ ਦੀਆਂ ਬੱਚੀਆਂ ਡਿਪਰੈਸ਼ਨ। ਮੈਂ ਉਹਨਾਂ ਨੂੰ ਇੱਕੋ ਗੱਲ ਸਮਝਾਈ, ਬੇਟੇ ਪੱਕੇ ਹੋਣ ਦੇ ਚੱਕਰ 'ਚ ਬਿਮਾਰ ਨਾ ਹੋ ਜਾਇਓ, ਜਿੱਥੇ ਜੰਮੇ ਸੀ ਉੱਥੇ ਪੱਕੇ ਹੀ ਹਾਂ। ਜੇ ਪਾਤਸ਼ਾਹ ਨੇ ਰਿਜ਼ਕ ਇੱਥੇ ਲਿਖ ਦਿੱਤਾ, ਸਭ ਕੁਝ ਮਿਲ ਜਾਣਾ, ਉਹਦੇ ਵਾਸਤੇ ਉਡੀਕ ਕਰਨੀ ਪੈਂਦੀ ਹੈ। ਜਿਹੜੇ 14-14 ਸਾਲ ਪਹਿਲਾਂ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ ਵਿੱਚ ਆਏ ਨੇ, ਉਹਨਾਂ ਵੱਲ ਵੇਖ ਕੇ ਬਿਮਾਰ ਨਾ ਹੋ ਜਾਇਓ। ਜਿੱਦਣ ਤੁਹਾਨੂੰ 14 ਸਾਲ ਹੋ ਜਾਣਗੇ, ਤੁਹਾਡੇ ਕੋਲ ਵੀ ਗੱਡੀਆਂ ਹੋਣਗੀਆਂ, ਪਰ 14 ਸਾਲ ਮਿਹਨਤ ਕਰਕੇ ਇੰਤਜ਼ਾਰ ਕਰੋ, ਕਿਸੇ ਵੱਲ ਵੇਖ ਕੇ ਬਿਮਾਰ ਨਾ ਹੋਵੋ। ਜਦੋਂ ਕੰਪੀਟੀਸ਼ਨ ਕਰੋਗੇ ਬਿਮਾਰ ਹੋ ਜਾਓਗੇ, ਜਦੋਂ ਕੰਪੀਟੀਟਰ ਬਣ ਕੇ ਕਿਸੇ ਨਾਲ ਕੰਪੀਟੀਸ਼ਨ ਕਰੋਗੇ ਬਿਮਾਰ ਹੋਵੋਗੇ। ਸਿੱਖ ਕੰਪੀਟੀਸ਼ਨ ਵਿੱਚ ਨਾ ਪਵੇ, ਇੱਕ ਗੱਲ 'ਤੇ ਵਿਸ਼ਵਾਸ ਰੱਖੇ, ਹਾ ਹੈ ਹੋਰ ਨਾ ਕੋਈ ਦਾਤਾ, ਜੀ ਉਹ ਪਾਏ ਜਿਨ ਰਿਜ਼ਕ ਦੀਆ, ਹੋਰ ਕੋਈ ਦਾਤਾ ਨਹੀਂ ਹੈ, ਇੱਕੋ ਹੀ ਰਿਜ਼ਕ ਦੇਣ ਵਾਲਾ ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਦਿਨ ਦੇ ਤੋਟ ਨਾ ਆਵੇ ਅਗਣਤ ਭਰੇ ਭੰਡਾਰ। ਸਭ ਤੋਂ ਕੀਮਤੀ ਚੀਜ਼ ਤੰਦਰੁਸਤੀ ਚਾਹੀਦੀ। ਜਦੋਂ ਗੁਰੂ ਪ੍ਰਤੱਖ ਨਾਲ ਵਰਤਣ ਲੱਗਦਾ, ਫਿਰ ਸਾਧ ਸੰਗਤ ਕਿੰਨੇ ਉੱਚੇ ਲੈਵਲ ਦੀ ਵਿਆਖਿਆ ਕਿ ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ। ਹੈ ਦੁੱਖ ਪਰ ਦੁੱਖ ਹੈ ਹੀ ਨਹੀਂ ਹੁਣ। ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਇੱਕ ਨਿੱਤ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ। ਮੈਨੂੰ ਯਾਦ ਹੈ ਕਰੋਨਾ ਵਿੱਚ ਇੱਕ ਪਰਿਵਾਰ ਇਸ ਤਰ੍ਹਾਂ ਦਾ, ਉੱਧਰ ਦਿੱਲੀ ਅੰਦੋਲਨ ਚੱਲ ਰਿਹਾ ਸੀ, ਕਿਸਾਨੀ ਅੰਦੋਲਨ, ਚਾਰ ਲੜਕੇ ਇੱਕੋ ਹੀ ਪਿੰਡ ਦੇ, ਤਰਨ ਤਾਰਨ ਸਾਹਿਬ ਦੇ ਨਾਲ ਉਹਨਾਂ ਦਾ ਪਿੰਡ ਹੈ, ਉਹਨਾਂ ਨੇ ਪਿੰਡੋਂ ਗੱਡੀ ਕੱਢੀ ਦਿੱਲੀ ਅੰਦੋਲਨ 'ਤੇ ਜਾਣ ਲਈ। ਤਾਂ ਉਹਨੀ ਹਾਈਵੇ 'ਤੇ ਆ ਕੇ ਜਿਹੜਾ ਜਲੰਧਰ ਅੰਮ੍ਰਿਤਸਰ ਰੋਡ, ਉੱਥੋਂ ਤੇਲ ਭਰਾਇਆ। ਜਦੋਂ ਉਹ ਪੈਟਰੋਲ ਪੰਪ ਤੋਂ ਗੱਡੀ ਰੋਡ 'ਤੇ ਚਾੜੀ, ਤੇਜ਼ ਰਫ਼ਤਾਰ ਵਿੱਚ ਟਰੱਕ ਆਉਂਦਾ ਸੀ, ਬੜੀ ਜ਼ੋਰ ਨਾਲ ਐਕਸੀਡੈਂਟ ਹੋਇਆ। ਗੱਡੀ ਥਾਂ 'ਤੇ ਛੋਟੀ ਸੀ, ਜ਼ਿਆਦਾ ਨੁਕਸਾਨ ਹੋਇਆ, ਚਾਰੇ ਹੀ ਨੌਜਵਾਨ ਥਾਂ 'ਤੇ ਮੁੱਕ ਗਏ, ਇੱਕੋ ਹੀ ਪਿੰਡ ਦੇ ਸੀ। ਐਕਸੀਡੈਂਟ ਵਿੱਚ ਚੌਹਾਂ ਦੀ ਮੌਤ ਹੋ ਗਈ, ਲਾਸ਼ਾਂ ਪਿੰਡ ਲੈ ਗਏ। ਅੱਛਾ, ਉਹ ਹੁਣ ਇੱਕ ਪਿੰਡ ਵਿੱਚ ਹੀ ਇੰਨਾ ਦਹਿਲ ਮੱਚ ਗਿਆ, ਚਾਰ ਨੌਜਵਾਨ ਇੱਕੋ ਹੀ ਪਿੰਡ ਦੇ, ਸਾਰਾ ਪਿੰਡ ਧਾਹਾਂ ਮਾਰੇ, ਲੋਕ ਇਕੱਠੇ ਹੋਏ। ਇੱਕ ਮਾਹੀ ਦਾ ਲੜਕਾ ਜਿਹਨੂੰ ਵਿਆਹਿਆ 6 ਮਹੀਨੇ ਹੋਏ ਸੀ, ਉਹ ਜਿੱਦਣ ਸੰਸਕਾਰ ਹੋਇਆ ਨਾ ਚੌਹਾਂ ਨੌਜਵਾਨਾਂ ਦਾ, ਉੱਦਣ ਉਹ ਮਾਈ ਬਾਣੀ ਪੜ੍ਹਨ ਵਾਲੀ, ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੀ, ਸੁਖਮਨੀ ਸਾਹਿਬ ਸੁਸਾਇਟੀ ਵਿੱਚ ਆਪ ਪਾਠ ਕਰਦੀ ਹੈ, ਸਾਧ ਸੰਗਤ, ਉੱਦਣ ਉਹਦਾ ਮਨ ਇੰਨਾ ਹਿੱਲ ਗਿਆ ਅੰਦਰੋਂ। ਆਪਾਂ ਸੰਸਾਰੀ ਲੋਕ ਹਾਂ, ਕਿਹੜਾ ਬੰਦਾ ਜਿਹੜਾ ਚਿੰਤਾ ਵਿੱਚ ਨਹੀਂ ਹੈ, ਕੌਣ ਹੈ ਜਿਹੜਾ ਰੋਇਆ ਨਹੀਂ ਹੈ? ਤੁਹਾਡੇ ਵਿੱਚ ਮੈਂ ਵੀ ਹਾਂ, ਪਰ ਸਾਧ ਸੰਗਤ ਆਪਾਂ ਗੁਰੂ ਅੱਗੇ ਅਰਦਾਸ ਕਰਨੀ, ਬਾਣੀ ਪੜ੍ਹਾਂਗੇ, ਬਾਣੀ ਪ੍ਰਤੱਖ ਹੋ ਕੇ ਵਰਤੇਗੀ। ਫਿਰ ਉਹ ਮਾਈ ਨੇ ਮਨ 'ਚ ਇੰਨਾ ਕਰੋ ਪੈਦਾ ਹੋਇਆ, ਉਹ ਉੱਦਣ ਧਾਹਾਂ ਮਾਰ ਕੇ ਕਹਿੰਦੀ ਕੋਈ ਰੱਬ ਨਹੀਂ ਹੈ, ਕੋਈ ਰੱਬ ਨਹੀਂ ਹੈ, ਕੋਈ ਗੁਰੂ ਨਹੀਂ, ਮੈਂ ਨਹੀਂ ਕਦੇ ਬਾਣੀ ਪੜ੍ਹਨੀ, ਮੈਂ ਨਹੀਂ ਕਦੇ ਗੁਰਦੁਆਰੇ ਜਾਣਾ। ਮਨ ਜੋ ਭਰਿਆ ਸੀ ਇੱਕੋ ਇੱਕ ਲੜਕਾ, ਤਾਂ ਉਹਨੂੰ ਲੋਕ ਚੁੱਪ ਵੀ ਕਰਾਉਂਦੇ ਰਹੇ, ਪਰ ਉਹਨੇ ਜੋ ਦਿਲ ਵਿੱਚ ਸੀ ਐਂ ਬੋਲਿਆ। ਉਹ ਤੋਂ ਬਾਅਦ ਇੱਕ ਦਿਨ ਛੱਡ ਕੇ ਅਸਥੀਆਂ ਚੁਗੀਆਂ ਗਈਆਂ, ਸਹਿਜ ਪਾਠ ਆਰੰਭ ਹੋ ਗਿਆ। 7-8 ਦਿਨ ਉਹਨਾਂ ਦੇ ਘਰ ਪਾਠ ਹੋਇਆ, ਜਿੱਦਣ ਭੋਗ ਪੈਣੇ ਸੀ ਦਾਣਾ ਮੰਡੀ ਵਿੱਚ, ਚੌਹਾਂ ਨੌਜਵਾਨਾਂ ਦੇ ਇਕੱਠੇ ਭੋਗ ਪਏ, ਮੈਨੂੰ ਉਹਨੇ ਕਥਾ 'ਤੇ ਬੁਲਾਇਆ। ਕਥਾ 1-1.25 ਘੰਟਾ ਹੋਈ, ਉਹ ਤੋਂ ਬਾਅਦ ਜਦੋਂ ਸਮਾਪਤੀ ਹੋਈ, ਉਹ ਮਾਈ ਉੱਠ ਕੇ ਨਾ ਸਟੇਜ ਕੋਲ ਆ ਗਈ, ਕਹਿੰਦੀ ਮੈਂ ਵੀ 2 ਮਿੰਟ ਬੋਲਣਾ। ਸਾਰੇ ਜਣੇ ਉਹਨੂੰ ਰੋਕਣ ਲੱਗ ਪਏ, ਕਿਉਂ? ਡਰਦੇ ਸੀ ਵੀ ਇਹਨੇ ਤਾਂ ਸੰਸਕਾਰ ਵੇਲੇ ਇੱਦਾਂ ਸ਼ਬਦ ਬੋਲਿਆ, ਹੁਣ ਤਾਂ ਲਾਈਵ ਚੱਲ ਰਿਹਾ, ਹਜ਼ਾਰਾਂ ਲੋਕ ਬੈਠੇ ਨੇ ਮੰਡੀ ਵਿੱਚ, ਹੁਣ ਨਾ ਕੁਝ ਗਲਤ ਕਹਿ ਦੇ। ਉਹਨੂੰ ਸਟੇਜ ਤੋਂ ਰੋਕਣ, ਉਹਦੇ ਘਰ ਵਾਲਾ ਵੀ ਉੱਠ ਕੇ ਆਇਆ, ਕਹਿੰਦਾ ਤੂੰ ਨਹੀਂ ਬੋਲਣਾ।
ਤਾਂ ਉਹਨੂੰ ਫੜਨ, ਮੈਂ ਉਹਨੂੰ ਸਟੇਜ 'ਤੇ ਬੈਠਿਆਂ ਕਿਹਾ ਵੀ ਕੋਈ ਗੱਲ ਨਹੀਂ, ਜੋ ਇਹਨੇ ਮਨ 'ਚ ਕਹਿਣਾ ਕਹਿਣ ਦਿਓ, ਮਾਈਕ ਦਿਓ, ਤੁਸੀਂ ਬੋਲਣ ਦਿਓ ਕੋਈ। ਉਹਨੂੰ ਮਾਈਕ ਫੜਾ ਦਿੱਤਾ। ਪਹਿਲਾਂ ਤਾਂ 2 ਮਿੰਟ ਰੋਈ, ਭਾਈ ਸੰਸਾਰੀ ਰਿਸ਼ਤੇ ਨੇ, ਮਨ ਭਰ ਕੇ ਉਹ ਰੋਈ। ਰੋਣ ਤੋਂ ਬਾਅਦ ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਹੱਥ ਜੋੜ ਕੇ ਕਿਹਾ, ਸਾਧ ਸੰਗਤ ਮੈਂ ਅੱਜ ਸੰਗਤ ਵਿੱਚ ਮਾਫ਼ੀ ਮੰਗਦੀ ਹਾਂ ਜੋ ਮੇਤੋਂ ਉਦਣ ਸ਼ਬਦ ਕਹੇ ਹੋਏ। ਰੱਬ ਵੀ ਹੈ, ਗੁਰੂ ਵੀ ਹੈ, ਆਪਾਂ ਬਾਣੀ ਪੜ੍ਹਨੀ ਨਹੀਂ ਛੱਡਣੀ। 7 ਦਿਨ ਘਰ ਵਿੱਚ ਬਾਣੀ ਦਾ ਪਾਠ ਸੁਣਿਆ, ਮੇਰੇ ਮਨ ਨੂੰ ਸਬਰ ਆ ਗਿਆ, ਅੱਜ ਮੇਰੇ ਮਨ 'ਚ ਕੋਈ ਰੋਸ ਨਹੀਂ ਹੈ, ਰੱਬ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰਤੱਖ ਹੈ। ਭੈਣੋ, ਆਪਾਂ ਬਾਣੀ ਵੀ ਪੜ੍ਹਿਆ ਕਰਨੀ, ਆਪਾਂ ਗੁਰਦੁਆਰੇ ਵੀ ਆਉਣਾ। ਸਾਰਿਆਂ ਦਾ ਮਨ ਭਰਿਆ, ਨਾਲੇ ਉਹ ਰੋ ਪਈ। ਸਾਧ ਸੰਗਤ ਪਤਾ ਕਿਉਂ? ਜਦੋਂ ਬਾਣੀ ਪੜ੍ਹਨ ਲੱਗ ਜਾਓਗੇ, ਬਾਣੀ ਪ੍ਰਤੱਖ ਵਰਤੇਗੀ। ਉਸ ਬਾਣੀ ਨੇ ਉਸ ਮਾਈ ਨੂੰ ਅੰਦਰੋਂ ਸਬਰ ਦੇ ਕੇ ਮਨ ਠਹਿਰਾ ਦਿੱਤਾ। ਇਹ ਗੱਲ ਸਮਝਾ ਦਿੱਤੀ ਕਿ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ। ਗੁਰੂ ਦੀ ਬਾਣੀ ਇੰਨੀ ਤਾਕਤ ਰੱਖਦੀ ਹੈ, ਵੱਡੇ ਤੋਂ ਵੱਡੇ ਗਮ ਵਿੱਚੋਂ ਤੁਹਾਨੂੰ ਕੱਢ ਲੈ ਗਈ। ਮੈਂ ਅਕਸਰ ਇਹ ਬੇਨਤੀ ਕਹਿੰਦਾ ਹੁੰਦਾ, ਸਾਧ ਸੰਗਤ ਡਿਪਰੈਸ਼ਨ ਵਿੱਚੋਂ ਬਾਹਰ ਕੱਢਣ ਲਈ ਗੁਰੂ ਨਾਨਕ ਸਾਹਿਬ ਦੀ ਬਾਣੀ ਇਸ ਦੀ ਬੈਸਟ ਥੈਰੇਪੀ, ਇਹ ਤੋਂ ਉੱਪਰ ਹੋਰ ਕੋਈ ਥੈਰੇਪੀ ਨਹੀਂ ਹੋ ਸਕਦੀ। ਥੋੜ੍ਹੇ ਦਿਨ ਪਹਿਲਾਂ ਵੀ ਇੱਕ ਮੈਂ ਕਥਾ ਸੁਣਾਈ, ਇੱਕ ਪਰਿਵਾਰ ਦੇ ਅਸੀਂ ਗਏ, ਉਹ ਸਾਧ ਸੰਗਤ ਰੈਂਟ 'ਤੇ ਰਹਿੰਦੇ। ਮੈਨੂੰ ਕਹਿੰਦੇ ਅਸੀਂ ਕਿਰਾਏ 'ਤੇ ਰਹਿੰਦੇ, ਤੁਸੀਂ ਸਾਡੇ ਘਰ ਆਓਗੇ? ਮੈਨੂੰ ਕਿਹਾ ਕੋਈ ਗੱਲ ਨਹੀਂ, ਘਰ ਆਵਾਂਗੇ, ਘਰ ਤਾਂ ਘਰ ਹੀ ਹੁੰਦਾ ਚਾਹੇ ਰੈਂਟ 'ਤੇ ਰਹਿੰਦੇ ਹੋ। ਜਿਨ੍ਹਾਂ ਦੇ ਉਹ ਰੈਂਟ 'ਤੇ ਰਹਿੰਦੇ ਸੀ ਉਹ ਲਾਲੇ ਨੇ, ਹਿੰਦੂ ਨੇ, ਔਰ ਸਾਧ ਸੰਗਤ ਤੋਂ ਮੈਡਮ ਟੀਚਰ ਹੈ, ਸਿਕਸ ਪੜ੍ਹਾਉਂਦੀ ਹੈ। ਉਹਨਾਂ ਨੇ ਜਦੋਂ ਵੇਖਿਆ ਵੀ ਸਾਡੇ ਕਿਰਾਏ ਵਾਲਿਆਂ ਦੇ ਭਾਈ ਸਾਹਿਬ ਕੋਈ ਬਾਬਾ ਜੀ ਆਏ, ਉਹ ਵੀ ਆ ਕੇ ਬਹਿ ਗਏ। ਉਹ ਕਹਿੰਦੇ ਜੀ ਇਹ ਮੈਡਮ ਟੀਚਰ ਲੱਗੀ ਹੋਈ, ਅਸੀਂ ਇਹਨਾਂ ਦੇ ਕਿਰਾਏ 'ਤੇ ਰਹਿੰਦੇ ਹਾਂ। ਤਾਂ ਉਹ ਵੀ ਆ ਕੇ ਬੈਠ ਗਈ, ਉਹ ਥੋੜ੍ਹੀ ਜਿਹੀ ਵਿੱਚ ਹਿੰਦੀ ਬੋਲੇ। ਮੈਂ ਉਹਦਾ ਚਿਹਰਾ ਵੇਖ ਕੇ ਉਹਨੂੰ ਪੁੱਛਿਆ, ਮੈਂ ਉਹਨੂੰ ਕਿਹਾ ਮੈਡਮ ਤੁਸੀਂ ਗੋਲੀ ਕਾਹਦੀ ਖਾਂਦੇ ਹੋ? ਬੰਦੇ ਦਾ ਚਿਹਰਾ ਦੱਸ ਦਿੰਦਾ, ਜਿਹੜਾ ਲਗਾਤਾਰ ਕੋਈ ਗੋਲੀ ਦਵਾਈ ਖਾਂਦਾ ਨਾ, ਉਹਦੇ ਚਿਹਰੇ ਤੋਂ, ਕਿਉਂਕਿ ਚਿਹਰਾ ਦੱਸਦਾ ਮੈਂ ਦਵਾਈ ਖਾਂਦਾ। ਮੈਂ ਉਹਨੂੰ ਕਿਹਾ ਮੈਡਮ ਤੁਸੀਂ ਗੋਲੀ ਕਾਹਦੀ ਖਾਂਦੇ ਹੋ? ਉਹ ਕਹਿੰਦੀ ਜੀ ਡਿਪਰੈਸ਼ਨ ਦੀ, ਮੈਨੂੰ ਥਾਇਰਾਇਡ ਵੀ ਹੈ, ਡਿਪਰੈਸ਼ਨ ਵੀ ਹੈ। ਮੈਂ ਕਿਹਾ ਬੱਚੇ? ਕਹਿੰਦੀ ਜੀ ਬੱਚਾ ਬਾਹਰ ਹੈ ਇੱਕ। ਤਾਂ ਸਾਧ ਸੰਗਤ ਮੈਂ ਉਹਨੂੰ ਕਿਹਾ ਰੱਬ ਦਾ ਨਾਮ ਲਿਆ ਕਰੋ। ਕਹਿੰਦੀ ਮੈਂ ਹਨੂੰਮਾਨ ਚਾਲੀਸਾ ਰੋਜ਼ ਪੜ੍ਹਦੀ ਹਾਂ, ਹਨੂੰਮਾਨ ਚਾਲੀਸਾ ਰੋਜ਼ ਪੜ੍ਹਦੀ ਹੈ। ਮੈਂ ਉਹਨੂੰ ਕਿਹਾ ਕੋਈ ਗੱਲ ਨਹੀਂ, ਤੁਸੀਂ ਹਨੂੰਮਾਨ ਚਾਲੀਸਾ ਪੜ੍ਹੀ ਜਾਓ, ਪਰ ਮੇਰੇ ਕਹਿਣ 'ਤੇ ਤੁਸੀਂ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਰੋ। ਮੇਰੇ ਕਹਿਣ 'ਤੇ ਤੁਸੀਂ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਰੋ। ਭਾਈ, ਅਸੀਂ ਤੁਹਾਡੇ ਘਰ ਆਏ, ਰਾਹ ਦੱਸਣਾ ਸਾਡਾ ਫਰਜ਼ ਬਣਦਾ, ਇੱਕ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਰੋ। ਕਹਿੰਦੀ ਜੀ ਮੈਂ ਕੀਤਾ ਨਹੀਂ, ਕਦੇ ਕਰ ਲਾਂਗੀ। ਮੈਂ ਉਹਨੂੰ ਕਿਹਾ ਕੋਈ ਨਹੀਂ, ਸ਼ੁਰੂ ਕਰੋ। ਉਹ ਜਿਹਨਾਂ ਦੇ ਪਰਿਵਾਰ ਦੇ ਰਹਿੰਦੇ ਉਹ ਕਹਿੰਦੇ ਦੀਦੀ ਮੈਂ ਪੜ੍ਹਾ ਦਾਂਗੀ ਤੁਹਾਨੂੰ। ਉਹਨੇ ਜਪਜੀ ਸਾਹਿਬ ਸ਼ੁਰੂ ਕੀਤਾ, ਤੁਸੀਂ ਹੈਰਾਨ ਹੋਵੋਗੇ। ਵਿਦ ਇਨ 25 ਦਿਨਾਂ ਦੇ ਵਿੱਚ ਵਿੱਚ ਉਹ ਮੈਡਮ ਦਾ ਮੈਨੂੰ ਫੋਨ ਆਇਆ, ਉਹ ਕਿਰਾਏ ਵਾਲਿਆਂ ਨੇ ਰੈਂਟ 'ਤੇ ਰਹਿੰਦੇ ਸਿੱਖਾਂ ਨੇ ਗੱਲ ਕਰਾਈ। ਉਹ ਕਹਿੰਦੀ ਭਾਈ ਸਾਹਿਬ ਜੀ ਮੇਰੀ ਡਿਪਰੈਸ਼ਨ ਦੀ ਗੋਲੀ ਛੁੱਟ ਗਈ, ਮੈਨੂੰ ਰਾਤ ਨੂੰ ਹੁਣ ਨੀਂਦ ਆਉਂਦੀ ਹੈ, ਮੇਰੀ ਡਿਪਰੈਸ਼ਨ ਵਾਲੀ ਗੋਲੀ ਛੁੱਟ ਗਈ, ਜੇ ਮੈਂ 3 ਦਿਨ ਨਹੀਂ ਵੀ ਖਾਂਦੀ ਮੈਂ ਠੀਕ ਰਹਿੰਦੀ ਹਾਂ। ਮੈਂ ਕਿਹਾ ਤੁਸੀਂ ਜਪਜੀ ਸਭ ਪੜ੍ਹੀ ਜਾਓ। ਅੱਜ ਕਈ ਮਹੀਨੇ ਇਸ ਗੱਲ ਨੂੰ ਗੁਜ਼ਰ ਗਏ, ਜਿੱਥੇ ਉਸ ਇਲਾਕੇ ਵਿੱਚ ਕਥਾ ਹੁੰਦੀ ਉਹ ਭੈਣ ਪਹੁੰਚਦੀ ਹੈ, ਡਿਪਰੈਸ਼ਨ ਦੀ ਗੋਲੀ ਛੁੱਟ ਗਈ। ਪਤਾ ਕਿਉਂ? ਉਹ ਸਿੱਖੋ, ਗੁਰੂ ਦੀ ਬਾਣੀ ਤੁਹਾਨੂੰ ਡਿਪਰੈਸ਼ਨ 'ਚੋਂ ਕੱਢਣ ਦੀ ਇਸਦੀ ਬੈਸਟ ਥੈਰੇਪੀ। ਇਹ ਦੁਨੀਆ ਚਿੰਤਾ ਦਾ ਟੋਕਰਾ ਸਿਰ 'ਤੇ ਚੁੱਕੇ, ਇੱਕੋ ਚੀਜ਼ ਨਾਲ ਦੂਰ ਹੋਣਾ। ਜਦੋਂ ਗੁਰੂ ਦੀ ਬਾਣੀ ਪੜ੍ਹੋਗੇ,
ਗੁਰੂ ਨਾਨਕ ਸਾਹਿਬ ਇੱਕੋ ਹੀ ਬਚਨ ਕਹਿਣਗੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਪੜੋ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ, ਜਲ ਮੈਂ ਜਿਨ ਜਨ ਤੋ ਪਾਇਨ ਤਿਨਾ ਪੀ ਰੋਜੀ। ਰੋਜੀ ਦੇਣੀ ਰੱਬ ਦੇ ਹੱਥ ਹੈ, ਉਹ ਸਭ ਨੂੰ ਦਿੰਦਾ, ਤੰਦਰੁਸਤੀ ਚਾਹੀਦੀ ਬਸ। ਤਿਨਾ ਪੀ ਰੋਜੀ ਦੇ, ਉੱਥੇ ਹਟਣਾ ਚੱਲਈ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵਈ ਨਾ ਕੋ ਲੈ ਨਾ ਦੇ, ਜੀਆਂ ਕਾਹਾਰ ਜੀ ਖਾਣਾ ਏ ਕਰੇ, ਵਿੱਚੋ ਪਾਏ ਸਾਇਰਾ ਤਿਨਾ ਪੀ ਸਾਰ ਕਰੇ। ਰੱਬ ਤਾਂ ਪਾਣੀ 'ਚ ਵੀ ਜੀਬਾਂ ਦੀ ਸਾਰ ਲੈਂਦਾ, ਤੈਨੂੰ ਤਾਂ ਰੱਬ ਨੇ ਸਭ ਕੁਝ ਦਿੱਤਾ। ਉਹ ਭਲਿਆ ਜਿਨ੍ਹਾਂ ਦੇ ਸਿਰ 'ਤੇ ਛੱਤ ਨਹੀਂ, ਰੱਬ ਪੰਛੀਆਂ ਨੂੰ ਵੀ ਪਾਲਦਾ, ਤੈਨੂੰ ਤਾਂ ਸਭ ਕੁਝ ਦਿੱਤਾ ਹੋਇਆ। ਬਸ ਤੂੰ ਯਾਦ ਰੱਖ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਬਾਣੀ ਸ਼ਹੀਦ ਦੇ ਨਾਲ ਰਹਿਣ ਲੱਗ ਪੈਂਦੀ ਹੈ, ਪ੍ਰਤੱਖ ਗੁਰੂ ਨਿਸਤਾਰੇ। ਉਹ ਬਾਣੀ ਜਦੋਂ ਚਿੱਤ ਕਰਕੇ ਉਹਦੇ ਨਾਲ ਪ੍ਰਤੱਖ ਗੁਰੂ ਨਿਸਤਾਰੇ ਹੁੰਦਾ, ਫਿਰ ਯਾਦ ਰੱਖਿਓ ਦੁਨੀਆਂ ਦੇ ਦੁੱਖ ਉਹਦੇ ਲਈ ਦੁੱਖ ਨਹੀਂ ਲੱਗਦੇ। ਇੱਕ ਐਗਜ਼ਾਮਪਲ ਕਾਫੀ ਰਹੇਗੀ, ਤੁਹਾਡਾ ਧਿਆਨ ਕਿਸੇ ਹੋਰ ਪਾਸੇ ਹੋਵੇ, ਤੁਹਾਡੇ ਸਰੀਰ ਨਾਲ ਵਰਤੀ ਹੋਈ ਘਟਨਾ ਉਹਦੇ ਉੱਤੇ ਅਸਰ ਨਹੀਂ ਪਾਏਗੀ। ਜਿਵੇਂ ਟੇਬਲ ਟਾਕ 'ਤੇ ਗੱਲਾਂ ਕਰਦਿਆਂ ਕਿਸੇ ਨੇ ਤੁਹਾਨੂੰ ਗੱਲ ਕਹਿ ਦਿੱਤੀ, ਤੁਹਾਨੂੰ ਕੋਈ ਮਹਿਸੂਸ ਨਹੀਂ ਹੋਇਆ, ਜਦੋਂ ਘਰ ਜਾ ਕੇ ਉਹਨੂੰ ਰਿਪੀਟ ਕਰੋਗੇ ਨਾ ਮਨ 'ਚ, ਫਿਰ ਕਈ ਵਾਰ ਗੁੱਸਾ ਆਉਂਦਾ ਵੀ ਉਹਨੇ ਤਾਂ ਮੈਨੂੰ ਲਾ ਕੇ ਕਿਹਾ। ਹੁਣ ਗੁੱਸਾ ਪਤਾ ਕਿਉਂ ਆਇਆ? ਹੁਣ ਮਨ 'ਤੇ ਲੱਗ ਗਈ, ਪਹਿਲਾਂ ਗੱਲ ਮਨ 'ਤੇ ਨਹੀਂ ਸੀ ਲੱਗੀ, ਜਦੋਂ ਮਨ ਨੇ ਉਹਨੂੰ ਰਿਪੀਟ ਕੀਤਾ ਫਿਰ ਤੁਹਾਡੀਆਂ ਅੱਖਾਂ 'ਚ ਵੀ ਗੁੱਸਾ ਆਇਆ, ਚਿਹਰੇ 'ਤੇ ਵੀ ਗੁੱਸਾ ਆਇਆ, ਜ਼ਬਾਨ ਤੋਂ ਵੀ ਔਖਾ ਬੋਲੋਗੇ। ਕਿਉਂ? ਹੁਣ ਅਸਰ ਮਨ 'ਤੇ ਹੋ ਗਿਆ। ਜਿਹੜੀ ਚੀਜ਼ ਦਾ ਅਸਰ ਸੁਰਤ 'ਤੇ ਹੋਵੇ ਡੈਫੀਨੇਟ ਉਹਦਾ ਅਸਰ ਸਰੀਰ ਉੱਤੇ ਹੋਣਾ, ਜਿਹੜੀ ਚੀਜ਼ ਦਾ ਅਸਰ ਸੁਰਤੀ 'ਤੇ ਨਾ ਹੋਵੇ ਉਹਦਾ ਅਸਰ ਸਰੀਰ 'ਤੇ ਨਹੀਂ ਹੋਏਗਾ। ਸ਼ਬਦ ਅਤੇ ਗੁਰੂ ਦੀ ਬਾਣੀ ਸੁਰਤ ਨੂੰ ਇੰਨੀ ਉੱਚੀ ਜਗ੍ਹਾ 'ਤੇ ਲੈ ਜਾਂਦੀ ਹੈ, ਦੁਨੀਆਂ ਦੀਆਂ ਚੀਜ਼ਾਂ ਦਾ ਅਸਰ ਹੋਣਾ ਹਟ ਜਾਂਦਾ, ਸ਼ਹੀਦ ਉੱਤੇ ਦੁਨੀਆਂ ਦੇ ਦੁੱਖਾਂ ਦਾ ਅਤੇ ਗੱਲਾਂ ਦਾ ਅਸਰ ਬੰਦ ਹੋ ਜਾਂਦਾ। ਕਿਉਂ? ਉਹ ਸੁਰਤ ਕਰਕੇ ਉੱਚਾ ਹੋ ਜਾਂਦਾ। ਅੱਜ ਦੇ ਯੁੱਗ ਨਾਲ ਇੱਕ ਉਦਾਹਰਨ ਕਾਫੀ ਰਹੇਗੀ। ਤੁਸੀਂ ਜਹਾਜ਼ਾਂ ਵਿੱਚ ਸਫ਼ਰ ਕਰਦੇ ਹੋ, ਮਨਾ ਮੂਹੀ ਭਾਰ ਲੈ ਕੇ ਜਹਾਜ਼ ਧਰਤੀ ਤੋਂ ਟੇਕ ਆਫ ਕਰਦਾ, 23 ਕਿਲੋ ਦਾ ਬੈਗ ਜਾਣਾ ਹੁੰਦਾ, ਹਰ ਬੰਦਾ 2 ਕਿਲੋ ਵੱਧ ਪਾ ਕੇ ਲੈ ਕੇ ਜਾਂਦਾ ਵੀ ਮੇਰਾ ਸਮਾਨ ਲੰਘ ਜਾਏ। ਮਨਾ ਮੂਹੀ ਟੰਨਾਂ ਦਾ ਟੰਨ, ਕੁਇੰਟਲਾਂ ਦਾ ਕੁਇੰਟਲ ਭਾਰ ਜਹਾਜ਼ ਵਿੱਚ ਹੈ, ਬੰਦੇ ਚੜ੍ਹੇ ਹੁੰਦੇ ਨੇ। ਜਦੋਂ ਧਰਤੀ ਤੋਂ ਟੇਕ ਆਫ ਕਰਦਾ, ਪਾਇਲਟ ਅਨਾਊਂਸ ਕਰਦਾ ਵੀ ਆਪਣੀਆਂ ਸੀਟ ਬੈਲਟਾਂ ਲਾ ਕੇ ਬਹਿ ਜਾਓ, ਲੋਕ ਬਹਿ ਜਾਂਦੇ ਨੇ। ਜਿਹੜਾ ਕਰੂਜ਼ ਵਿੱਚ ਕੰਮ ਕਰਦਾ, ਲੜਕੀਆਂ ਚਾਹ ਪਾਣੀ ਸਰਵ ਕਰਦੀਆਂ, ਉਹਨਾਂ ਨੂੰ ਵੀ ਹਦਾਇਤ ਹੁੰਦੀ, ਉਹ ਵੀ ਬਹਿ ਜਾਓ, ਉਹ ਵੀ ਬੈਠ ਜਾਂਦੀਆਂ ਨੇ। ਜਦੋਂ ਧਰਤੀ ਤੋਂ ਜਹਾਜ਼ ਟੇਕ ਆਫ ਹੁੰਦਾ, ਵਿਦਨ 5-10-15 ਮਿੰਟਾਂ ਵਿੱਚ, 10 ਕੁ ਮਿੰਟ ਬਾਅਦ ਉਹ ਧਰਤੀ ਦੀ ਸਤਹ ਤੋਂ ਇੰਨਾ ਉਚਾਈ ਵਿੱਚ ਚਲਿਆ ਜਾਂਦਾ, ਗੁਰਤਾ ਆਕਰਸ਼ਣ ਧਰਤੀ ਦੀ ਖਿੱਚ ਤੋਂ ਉੱਪਰ ਉੱਠ ਜਾਂਦਾ। ਜਦੋਂ ਆਕਾਸ਼ ਵਿੱਚ ਜਾ ਕੇ ਜਹਾਜ਼ ਸਿੱਧਾ ਹੁੰਦਾ, ਉਦੋਂ ਉਹੀਓ ਪਾਇਲਟ ਕਹਿੰਦਾ ਵੀ ਹੁਣ ਸੀਟ ਬੈਲਟ ਲਾਉਣ ਦਾ ਸੰਕੇਤ ਬੰਦ ਕਰ ਦਿੱਤਾ ਗਿਆ, ਹੁਣ ਤੁਸੀਂ ਘੁੰਮ ਫਿਰ ਸਕਦੇ ਹੋ। ਉਹੀਓ ਕਰੂਜ਼ ਤੁਹਾਨੂੰ ਵਿੱਚ ਜੂਸ ਚਾਹ ਪਾਣੀ ਦੇਣਾ ਸ਼ੁਰੂ ਕਰ ਦਿੰਦੇ ਨੇ। ਕਿਉਂ? ਭਾਈ ਹੁਣ ਜਹਾਜ਼ ਧਰਤੀ ਦੀ ਗੁਰਤਾ ਆਕਰਸ਼ਣ ਤੋਂ ਉਚਾਈ 'ਚ ਚਲਾ ਗਿਆ, ਹੁਣ ਜੋ ਧਰਤੀ 'ਤੇ ਹੋ ਰਿਹਾ ਉਹਦਾ ਅਸਰ ਜਹਾਜ਼ ਉੱਤੇ ਨਹੀਂ ਹੋਏਗਾ। ਧਰਤੀ 'ਤੇ ਮੀਂਹ ਪੈਂਦਾ, ਜਹਾਜ਼ ਉੱਪਰ ਸੁੱਕਾ ਹੁੰਦਾ। ਸੱਜਣੋ, ਇਹ ਧਰਤੀ ਉੱਤੇ ਜੋ ਕੁਝ ਹੁੰਦਾ ਫਿਰ ਜਹਾਜ਼ ਉੱਤੇ ਅਸਰ ਨਹੀਂ ਹੁੰਦਾ, ਉਸ ਤੱਤ ਉੱਪਰ ਉੱਠ ਗਏ।
ਇੱਦਾਂ ਸ਼ਹੀਦ ਦੇ ਸਰੀਰ 'ਤੇ ਜੋ ਕੁਝ ਹੋ ਰਿਹਾ ਉਹਦੀ ਸੁਰਤ ਉੱਤੇ ਅਸਰ ਨਹੀਂ ਹੋਏਗਾ। ਕਿਉਂ? ਉਹਦੀ ਸੁਰਤ ਇੰਨੀ ਉੱਚਾਈ ਵਿੱਚ ਚਲੀ ਗਈ, ਉਹਦੀ ਸੁਰਤ ਗੁਰੂ ਦੇ ਸ਼ਬਦ ਅਤੇ ਬਾਣੀ ਨਾਲ ਇੰਨੀ ਉੱਚੀ ਚਲੀ ਗਈ, ਉਹਦੀ ਸੁਰਤ ਉੱਤੇ ਉਹਨਾਂ ਚੀਜ਼ਾਂ ਦਾ ਅਸਰ ਨਹੀਂ ਹੋਏਗਾ। ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਸਰੀਰ 'ਤੇ ਦੁੱਖ ਹੈ ਪਰ ਸੁਰਤੀ ਵਿੱਚ ਸੁੱਖ ਹੈ। ਪੜ੍ਹੋ, ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਇੱਕ ਇੱਕ ਹੀ ਨਿੱਤ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ। ਫਿਰ ਉਹਦੇ ਸਰੀਰ ਨੂੰ ਕੱਟਿਆ ਜਾ ਰਿਹਾ, ਬੰਦ ਬੰਦ ਕੱਟਿਆ ਜਾ ਰਿਹਾ, ਅਸਰ ਨਹੀਂ ਹੋ ਰਿਹਾ ਸ਼ਹੀਦ, ਕਿਉਂਕਿ ਸ਼ਹੀਦ ਦੀ ਸੁਰਤ ਪਹਿਲਾਂ ਸ਼ਬਦ ਵਿੱਚ ਟਿਕੀ ਹੈ। ਸ਼ਬਦ ਉਹਦੀ ਸੁਰਤ ਨੂੰ ਉਚਾਈ ਵਿੱਚ ਲੈ ਜਾਂਦਾ, ਉੱਥੇ ਕਿਸੇ ਚੀਜ਼ ਦਾ ਹੋਰ ਦਾ ਅਸਰ ਨਹੀਂ ਹੁੰਦਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾਉਣ ਲੱਗਿਆ। ਤੀਜੇ ਦਿਨ ਚੰਦੂ ਅਤੇ ਮੁਰਤਜ਼ਾ ਖਾਨ ਪਤਾ ਕੀ ਕਹਿੰਦੇ, ਕਹਿੰਦੇ ਮਹਾਰਾਜ ਦੋ ਦਿਨ ਅਸੀਂ ਤੁਹਾਡੇ ਨਾਲ ਲਿਹਾਜ਼ ਕੀਤਾ, ਦੋ ਦਿਨ ਅਸੀਂ ਤੁਹਾਡੇ ਨਾਲ ਲਿਹਾਜ਼ ਕੀਤਾ, ਅਸੀਂ ਤੁਹਾਨੂੰ ਉਬਲਦੇ ਪਾਣੀ 'ਚੋਂ ਉਬਾਲ ਕੇ ਕੱਢ ਲਿਆ। ਪਤਾ ਕਿਉਂ? ਪਾਣੀ ਵਿੱਚ ਸੜਿਆ ਬੰਦਾ ਬਚ ਜਾਂਦਾ, ਜੇ ਸਰੀਰ 40% ਪਾਣੀ ਵਿੱਚ ਉਲਸ ਜਾਏ ਉਹ ਬਚ ਜਾਂਦਾ। ਬਹੁਤੇ ਸਰੀਰ ਤੁਸੀਂ ਵੀ ਵੇਖੇ ਹੋਣਗੇ, ਮੈਂ ਵੀ ਵੇਖੇ ਨੇ, ਚਾਣੀ ਵਿੱਚ ਦਾਲ ਵਿੱਚ ਡਿੱਗ ਪਏ ਉਬਲਦੀ 'ਚ, ਕੱਢ ਲਿਆ ਦਬਦਬ, ਸਰੀਰ ਦੀ ਚਮੜੀ ਲੱਥ ਗਈ, 3-4 ਮਹੀਨੇ ਰੂੰ 'ਚ ਲਪੇਟ ਕੇ ਰੱਖਿਆ, ਉਹ ਬੰਦੇ ਠੀਕ ਹੋ ਗਏ। ਅੱਜ ਉਹ ਬੰਦੇ ਵੇਖੇ ਨੇ ਮੈਂ, ਉਹ ਬੰਦਾ ਜਿਹੜੀ ਮੇਰੀ ਨਜ਼ਰ ਦੇ ਸਾਹਮਣੇ ਸੜਿਆ ਅੱਜ ਉਹ ਅਮੈਰੀਕਾ ਬੈਠਾ। ਸਰੀਰ ਦੀ ਚਮੜੀ ਲੱਥ ਗਈ, 40% ਸਰੀਰ ਪਾਣੀ 'ਚ ਸੜ ਜਾ ਬਚ ਜਾਂਦਾ। ਚੰਦੋ ਅਤੇ ਮੁਰਤਜ਼ਾ ਖਾਂ ਕਹਿੰਦੇ ਮਹਾਰਾਜ ਦੋ ਦਿਨ ਸਾਡਾ ਇਰਾਦਾ ਨਹੀਂ ਸੀ ਤੁਹਾਨੂੰ ਮਾਰਨ ਦਾ, ਅਸੀਂ ਪਾਣੀ 'ਚ ਉਬਾਲ ਕੇ ਤੁਹਾਨੂੰ ਕੱਢ ਲਿਆ, ਸਰੀਰ ਦੀ ਚਮੜੀ ਲੱਥ ਗਈ, ਛਾਲੇ ਪੈ ਗਏ। ਅਗਲੇ ਦਿਨ ਤੁਹਾਡੇ ਛਾਲਿਆਂ 'ਤੇ ਤੱਤੀ ਰੇਤ ਪਾਈ, ਉਹ ਵੀ ਤੁਹਾਨੂੰ ਮਾਰਨਾ ਨਹੀਂ ਸੀ ਚਾਹੁੰਦੇ, ਅਸੀਂ ਚਾਹੁੰਦੇ ਹਾਂ ਤੁਸੀਂ ਸ਼ਰਤਾਂ ਮੰਨ ਲਓ, ਪਰ ਅੱਜ ਜਿਹੜਾ ਤੀਜਾ ਦਿਨ ਹੈ ਅਸੀਂ ਇਰਾਦਾ ਬਣਾ ਕੇ ਆਏ ਹਾਂ ਤੁਹਾਨੂੰ ਤੱਤੀ ਤਵੀ 'ਤੇ ਬਿਠਾ ਕੇ ਸਾੜ ਦੇਣਾ। ਅੱਜ ਸਾਡੇ ਸਾਹਮਣੇ ਤੁਸੀਂ ਪ੍ਰਾਣ ਛੱਡ ਜਾਓਗੇ, ਅੱਜ ਸਾਡੇ ਸਾਹਮਣੇ ਤੁਸੀਂ ਤੱਤੀ ਤਵੀ 'ਤੇ ਪ੍ਰਾਣ ਤਿਆਗ ਦਿਓਗੇ। ਮਹਾਰਾਜ ਅੱਜ ਦਾ ਸੇਕ ਧੁੱਤ ਚੱਲਿਆ ਨਹੀਂ ਜਾਣਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਮਣਾ ਮੋਹੀ ਬਾਲਣ ਪਾ ਕੇ ਤੱਤੀ ਤਵੀ ਨੂੰ ਤਪਾ ਕੇ ਲਾਲ ਕਰ ਦਿੱਤਾ, ਗਰਮ ਰੇਤ ਕੜਾਹੇ ਵਿੱਚ ਪਾ ਕੇ ਭੁੰਨ ਦਿੱਤੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾਉਣ ਲੱਗੇ, ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਬਚਨ ਕਿਹਾ ਸੀ, ਚੰਦੂ ਅੱਜ ਤੂੰ ਕਹਿੰਦੇ ਅੱਜ ਸਾਡਾ ਇਰਾਦਾ ਬਚਾਉਣ ਦਾ ਨਹੀਂ ਹੈ, ਅੱਜ ਤੱਤੀ ਤਵੀ 'ਤੇ ਬਹਿੰਦਿਆਂ ਗੁਰੂ ਅਰਜਨ ਦੇਵ ਮਹਾਰਾਜ ਨੇ ਭਸਮ ਹੋ ਜਾਣਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਕਹਿੰਦੇ ਉਹ ਚੰਦੂ ਜਿਹੜਾ ਸਾਨੂੰ ਸ਼ਹੀਦ ਕਰਨ ਲਈ ਰੰਗ ਚਾਹੀਦਾ, ਅਜੇ ਤੇਰੀ ਤਪਦੀ ਲੋਹ ਵਿੱਚੋਂ ਤਾਕਤ ਪੈਦਾ ਨਹੀਂ ਹੋਈ, ਅਸੀਂ ਸਰੀਰ ਕਰਕੇ ਬੈਠਾਂਗੇ ਤੱਤੀ ਤਵੀ 'ਤੇ, ਸਰੀਰ ਸਾੜਿਆ ਜਾ ਸਕਦਾ ਪਰ ਸੁਰਤੀ ਨੂੰ ਨਹੀਂ ਸਾੜ ਸਕਦਾ। ਯਾਦ ਰੱਖੀ ਤੂੰ ਸ਼ਹੀਦ ਕਰਨ ਦੀ ਤਾਕਤ ਨਹੀਂ ਰੱਖਦਾ। ਅੱਜ ਪਾਤਸ਼ਾਹ ਤੱਤੀ ਤਵੀ 'ਤੇ ਚੌਂਕੜਾ ਮਾਰ ਕੇ ਬਹਿ ਗਏ, ਤੱਤੀ ਰੇਤ ਛਾਲਿਆਂ 'ਤੇ ਪੈਂਦੀ ਰਹੀ, ਮਣਾ ਮੂਹੀ ਬਾਲਣ ਫੂਕ ਦਿੱਤਾ, ਚੰਦੋ ਚੰਦਰਾ ਚੰਦ ਚੜ੍ਹਾਉਣ ਲੱਗਾ, ਕਹਿਣ ਲੱਗਾ ਕਿ ਲੋਤ ਪਾਓ ਛੇਤੀ, ਉਹ ਲੱਗ ਕੇ ਸੂਰਜ 'ਤੇ ਪੀ ਕੇ ਰੇਤ ਉਸਦੀ ਅਰਜਨ ਗੁਰੂ ਦੇ ਸੀਸ ਵਿੱਚ ਪਾਓ ਛੇਤੀ। ਸਤਿਗੁਰੂ ਆਏ ਤਾਂ ਰੁੱਕ ਕੇ ਕਹਿਣ ਲੱਗੇ, ਓਏ ਤੈਨੂੰ ਲੋਤ ਪਾਉਣ ਦਾ ਢੰਗ ਕੋਈ ਨਹੀਂ, ਜਿਹੜਾ ਰੰਗ ਸ਼ਹੀਦੀ ਅੱਜ ਮੰਗਦੀ ਹੈ, ਤੇਰੀ ਤਪਦੀ ਲੋਹ ਵਿੱਚ ਰੰਗ ਉਹ ਨਹੀਂ। ਤੱਤੀ ਤਵੀ 'ਤੇ ਬੈਠਿਆਂ ਵੀ ਗੁਰੂ ਅਰਜਨ ਸਾਹਿਬ ਨੂੰ ਸਾੜ ਨਹੀਂ ਸਕੇ ਅੰਦਰੋਂ। ਪਤਾ ਕਿਉਂ? ਕਿਉਂਕਿ ਅੰਦਰੋਂ ਸੁਰਤੀ ਪੜ ਰਹੀ ਹੈ ਕਿ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ। ਪੜ੍ਹੋ, ਸੁਖਮਣੀ ਸੁਖ ਅੰਮ੍ਰਿਤ ਪ੍ਰਭ
ਤੇ ਵਿਸ਼ਰਾਮ ਕਿੱਥੇ? ਭਗਤ ਜਨਾ ਕੈ ਮਨ ਵਿਸਰਾਮ। ਤਨ ਤੱਤੀ ਤਵੀ ਤੇ ਬੈਠੇ, ਮਨ ਵਿਸ਼ਰਾਮ ਕਰ ਗਿਆ ਸ਼ਬਦ ਵਿੱਚ, ਮਨ ਨੂੰ ਨਹੀਂ ਸਾੜ ਸਕਦੇ। ਤੱਤੀ ਤਵੀ ਤੇ ਬਹਿ ਕੇ ਪੜ੍ਹਦੇ, ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਕਿਉਂ? ਜਿਹੜੀ ਚੀਜ਼ ਸੁਰਤੀ ਉੱਤੇ ਹੈ ਉਹਦਾ ਅਸਰ ਸਰੀਰ 'ਤੇ ਹੋਣਾ। ਜੇ ਤੁਹਾਡੀ ਸੁਰਤ ਵਿੱਚ ਕ੍ਰੋਧ ਹੈ ਤੁਹਾਡੇ ਸਰੀਰ 'ਤੇ ਅਸਰ ਹੋਣਾ। ਈਵਨ ਇਹ ਵੀ ਗੱਲ ਯਾਦ ਰੱਖਿਓ, ਤੁਹਾਡੇ ਸਰੀਰ ਵਿੱਚ ਚੱਲਦੇ ਬਲੱਡ ਉੱਤੇ ਵੀ ਅਸਰ ਹੋਣਾ। ਜਿਹੜਾ ਖੂਨ ਚੱਲਦਾ ਨਾ ਸਰੀਰ ਵਿੱਚ, ਉਹਦੇ ਵਿੱਚ ਵੀ ਅਸਰ ਹੋਣਾ। ਜੇ ਤੁਹਾਨੂੰ ਕ੍ਰੋਧ ਚਿੱਤ ਵਿੱਚ ਸੁਰਤ ਵਿੱਚ ਰਹਿਣ ਲੱਗ ਪਿਆ, ਤੁਸੀਂ ਬਲੱਡ ਟੈਸਟ ਕਰਾ ਕੇ ਵੇਖਿਓ, ਤੁਹਾਡੇ ਕੋਲੈਸਟਰੋਲ ਵੀ ਵਧਣਗੇ, ਹਿਲਜੁਲ ਸਭ ਕੁਝ ਹੋ ਜਾਏਗੀ। ਕਿਉਂ? ਬਲੱਡ ਇਸ ਵਾਸਤੇ ਕਿ ਜੋ ਸੁਰਤੀ ਵਿੱਚ ਅਸਰ ਉਹਦਾ ਹੁਣ ਸਰੀਰ 'ਤੇ ਹੋਣਾ ਸ਼ੁਰੂ ਹੋ ਗਿਆ। ਸੁਰਤੀ ਦਾ ਅਸਰ ਸਰੀਰ ਵਿੱਚ ਹੈ, ਜਿਹੋ ਜਿਹੀ ਸੁਰਤ ਦੇ ਨਾਲ, ਕਿਉਂਕਿ ਸੁਰਤ ਨਿਮਾਣ ਵਿੱਚ ਹੈ, ਉਹਦਾ ਅਸਰ ਉਸ ਤਰ੍ਹਾਂ ਦਾ ਹੋਣਾ। ਸੁਰਤ ਉੱਚੀ ਹੋ ਜਾਏ ਸਾਹ ਸੰਗਤ, ਉਹਦਾ ਤੁਹਾਡੇ ਬਲੱਡ ਉੱਤੇ ਵੀ ਅਸਰ ਹੋਏ। ਇਹ ਯਾਦ ਰੱਖਿਓ, ਸ਼ਹੀਦਾਂ ਦਾ ਖੂਨ ਦੁਨੀਆਂ ਦੇ ਖੂਨ ਨਾਲੋਂ ਅਲੱਗ ਹੁੰਦਾ। ਅੱਜ ਪੂਰੀ ਦੁਨੀਆਂ ਦੀ ਨਜ਼ਰ ਅੱਜ ਤੱਕ ਸਿੱਖ ਕੌਮ 'ਤੇ ਟਿਕੀ ਹੋਈ ਹੈ। ਇਹ ਖਾਂਦੇ ਕੀ ਨੇ? ਇਹਨਾਂ ਵਿੱਚ ਇੰਨੀ ਅਣਖ ਅਤੇ ਗੈਰਤ ਕਿਉਂ ਹੈ? ਇਹ ਬੰਦੇ ਅਣਖ ਦਾ ਜੀਵਨ ਕਿਉਂ ਜਿਉਂਦੇ ਨੇ? ਇਹਨਾਂ ਦੇ ਅੰਦਰ ਉਹ ਤਾਕਤ ਕਿੱਥੋਂ ਆ ਰਹੀ ਹੈ? ਸਾਧ ਸੰਗਤ, ਇਹ ਸਦੀਆਂ ਤੋਂ ਤੁਹਾਡੇ ਉੱਤੇ ਰਿਸਰਚ ਹੋ ਰਹੀ ਹੈ। ਉਹਦਾ ਰੀਜ਼ਨ ਇੱਕੋ ਹੀ ਹੈ, ਬੰਦਗੀ ਵਾਲਿਆਂ ਦੇ ਬਲੱਡ ਦਾ ਸੰਕੇਤ ਸਿਸਟਮ ਅੰਦਰ ਦਾ ਕੁਝ ਹੋਰ ਹੈ, ਉਹ ਦੁਨੀਆਂ ਨਾਲ ਨਹੀਂ ਮਿਲਦਾ। ਸ਼ਹੀਦਾਂ ਦਾ ਖੂਨ ਹੀ ਅਲੱਗ ਹੁੰਦਾ, ਕਿਉਂਕਿ ਉਹ ਸੁਰਤ ਇੰਨੀ ਉਚਾਈ ਵਿੱਚ ਬਾਣੀ ਕਰਕੇ ਚਲੀ ਗਈ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਣੇ ਸਗਲ ਵਸਤਾ ਕੈ ਜਾਕਾ ਸਤਿਗੁਰ ਪੂਰਾ। ਅੱਛਾ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਕੋਈ ਰੋਗ ਲੱਗ ਜਾਏ ਤਾਂ ਡਾਕਟਰ ਕੀ ਟੈਸਟ ਕਰਾਉਂਦਾ? ਬਲੱਡ। ਕੋਈ ਬਿਮਾਰੀ ਦਾ ਟੈਸਟ ਕਰਨਾ ਹੈ, ਡਾਕਟਰ ਕਹਿੰਦਾ ਬਲੱਡ ਟੈਸਟ ਕਰਾਓ। ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਿ ਫਰੀਦਾ ਬੁਰੇ ਦਾ ਭਲਾ ਕਰ। ਅਗਲੀ ਪੰਕਤੀ, ਗੁੱਸਾ ਮਨ ਨਾ ਹੰਢਾਏ। ਫਿਰ ਕੀ ਹੋਏਗਾ? ਕਹਿੰਦੇ ਦੇਹੀ ਰੋਗ ਨਾ ਲੱਗੇ। ਇਹਦਾ ਮਤਲਬ ਬਲੱਡ ਵਿੱਚ ਵੀ ਨਹੀਂ ਅਸਰ ਹੋਣਾ। ਜੇ ਗੁੱਸਾ ਮਨ ਨਾ ਹੰਢਾਏ ਹੋਇਆ ਨਾ, ਜੇ ਨਾਮ ਜਪਣ ਲੱਗ ਪਏ, ਬਲੱਡ ਉੱਤੇ ਵੀ ਅਸਰ, ਉਹ ਬਿਮਾਰੀ ਨਹੀਂ ਕੋਈ ਲੱਗੇਗੀ। ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਭਾਈ, ਜੇ ਦੇਹੀ ਨੂੰ ਰੋਗ ਹੈ ਤਾਂ ਬਲੱਡ ਟੈਸਟ ਹੁੰਦਾ। ਜੇ ਬਲੱਡ ਸਹੀ ਹੋ ਗਿਆ ਤਾਂ ਤੂੰ ਰੋਗ ਹੈ, ਬਿਲਕੁਲ ਤੈਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ, ਤੇਰੇ ਟੈਸਟ ਬਿਲਕੁਲ ਸਹੀ ਆਏ ਨੇ। ਤੇ ਦੇਹੀ ਨੂੰ ਰੋਗ ਉਦੋਂ ਲੱਗਣਾ ਜਦੋਂ ਬਲੱਡ ਵਿੱਚ ਕੋਈ ਨੁਕਸ ਹੈ। ਔਰ ਬਾਦਸ਼ਾਹ ਨੇ ਕਿਹਾ, ਜੇ ਸੁਰਤ ਕਰਕੇ ਨਾਮ ਜਪਣ ਲੱਗਦੇ ਤੇਰੇ ਸਰੀਰ ਦਾ ਬਲੱਡ ਵੀ ਸਹੀ ਹੋ ਜਾਏਗਾ, ਤੇਰੇ ਸਰੀਰ ਦੇ ਅੰਦਰ ਵੀ। ਇਸ ਲਈ ਸ਼ਹੀਦਾਂ ਦੇ ਬਾਣੀ ਪੜ੍ਹਨ ਵਾਲਿਆਂ ਦੇ ਖੂਨ ਦਾ ਅੰਦਰ ਦਾ ਸਿਸਟਮ ਸੰਕੇਤ ਬਦਲ ਜਾਂਦਾ ਹੈ। ਭਾਈ, ਨਾਮ ਜਪ ਕੇ ਬਾਣੀ ਪੜ੍ਹ ਕੇ ਵੇਖੋ, ਉਹ ਅੰਦਰ ਤੱਕ ਅਸਰ ਕਰੇਗੀ, ਸਰੀਰ ਤੱਕ। ਸਿਮਰੋ ਸਿਮਰ ਸਿਮਰ ਸੁਖ ਪਾਵੋ ਕੱਲ ਕਲੇਸ਼ ਤਨ ਮਾਹੇ ਮਿਟਾਵੋ। ਇਹਦਾ ਮਤਲਬ ਸਿਮਰਨ ਦਾ ਤਨ ਉੱਤੇ ਅੰਦਰ ਅਸਰ ਹੁੰਦਾ। ਤਨ ਆਪਣਾ ਕਾਹਦੇ ਸਿਰ 'ਤੇ ਜਿਉਂਦਾ? ਬਲੱਡ 'ਤੇ। ਇੱਕ ਛੋਟੀ ਜਿਹੀ ਗੱਲ ਧਿਆਨ ਨਾਲ ਸੁਣਿਓ, ਤੈਮੂਰ ਖਾਨਦਾਨ ਦਾ ਆਖਰੀ ਬਾਦਸ਼ਾਹ ਹੋਇਆ ਮੁਹੰਮਦ ਸ਼ਾਹ ਰੰਗੀਲਾ। ਆਪਾਂ ਸ਼ਹੀਦਾਂ ਦੀ ਗੱਲ ਕਰ ਰਹੇ ਹਾਂ। ਅੱਜ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦਾ ਆਪਾਂ ਦਿਨ ਮਨਾ ਰਹੇ ਹਾਂ, ਸ਼ਹੀਦੀ ਦਿਹਾੜਾ। ਸ਼ਹੀਦ ਕੌਣ ਹੋ ਸਕਦਾ ਜਿਹਦੇ ਅੰਦਰ ਅਣਖ ਹੋਵੇ?
ਔਰ ਮੁਸਲਮਾਨ ਵਿਦਵਾਨ ਨੇ ਲਿਖਿਆ ਜਦੋਂ ਅੰਗਰੇਜ਼ਾਂ ਨਾਲ ਸਿੰਘਾਂ ਦੀ ਭੇਡ ਹੋਈ, ਬਾਬਾ ਜੀ ਅੰਗਰੇਜ਼ਾਂ ਨਾਲ ਲੜਦਿਆਂ ਸ਼ਹੀਦ, ਜਦੋਂ ਅੰਗਰੇਜ਼ਾਂ ਨਾਲ ਭੇਡ ਹੋਈ ਉਦੋਂ ਇੱਕ ਮੁਸਲਮਾਨ ਲਿਖਦਾ ਸ਼ਾਹ ਮੁਹੰਮਦ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਸੁੱਟੇ। ਉਹ ਸ਼ਾਹ ਮੁਹੰਮਦ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਸੁੱਟੇ, ਖਾਲਸਿਆਂ ਨੇ ਗੋਰਿਆਂ ਦੇ ਨਿੰਬੂਆਂ ਵਾਂਗ ਲਹੂ ਨਚੋੜ ਦਿੱਤੇ। ਜਾਣ ਲੱਗਿਆ ਅੰਗਰੇਜ਼ ਸਿੱਖਾਂ ਨੂੰ ਨਾਲ ਲੈ ਕੇ ਗਏ, ਕਈਆਂ ਨੂੰ ਵਰਲਡ ਵਾਰ ਵਿੱਚ ਸਿੱਖਾਂ ਨੂੰ ਇੱਥੋਂ ਮੰਗਾਇਆ ਗਿਆ। ਹੈਦਰਾਬਾਦ ਨਿਜ਼ਾਮ, ਹੈਦਰਾਬਾਦ ਦੇ ਰਾਜ ਨੂੰ ਖਤਰਾ ਹੋਇਆ, ਉਹਨੇ ਸ਼ੇਰੇ ਪੰਜਾਬ ਤੋਂ ਮੰਗ ਕੀਤੀ ਆਪਣੀ ਖਾਲਸਾਈ ਫੌਜ ਕੱਲੋ ਮੇਰੀ ਮਦਦ ਵਾਸਤੇ। ਬਹਾਦਰ ਸ਼ਾਹ ਦੇ ਰਾਜ ਨੂੰ ਖਤਰਾ ਹੋਇਆ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਆਪਣੀ ਫੌਜ ਕੱਲੋ ਮੇਰੀ ਮਦਦ ਵਾਸਤੇ। ਇਹਦਾ ਮਤਲਬ ਸਿੰਘਾਂ ਵਿੱਚ ਕੋਈ ਅਲੱਗ ਤਾਕਤ ਹੈ, ਇਹਨਾਂ ਦੀਆਂ ਰਗਾਂ 'ਚ ਕੋਈ ਅਲੱਗ ਖੂਨ ਹੈ। ਉਹ ਕੀ ਹੈ? ਤੈਮੂਰ ਖਾਨਦਾਨ ਦਾ ਆਖਰੀ ਬਾਦਸ਼ਾਹ ਹੋਇਆ ਮੁਹੰਮਦ ਸ਼ਾਹ ਰੰਗੀਲਾ, ਉਹਨੂੰ ਮਾਰ ਦਿੱਤਾ ਗਿਆ। ਔਰ ਗੁਲਾਮ ਕਾਦਰੀ ਰੋਹਿਲੇ ਨੇ ਦਿੱਲੀ ਦੇ ਤਖ਼ਤ ਉੱਤੇ ਕਬਜ਼ਾ ਕਰ ਲਿਆ, ਰੋਹਿਲਿਆਂ ਦਾ ਰਾਜ ਹੋਇਆ। ਉਹ ਤੋਂ ਬਾਅਦ ਰੋਹੇਲਖੰਡ ਬਣਿਆ, ਜਿਹਨੂੰ ਬਾਅਦ ਵਿੱਚ ਹੁਣ ਤੁਸੀਂ ਉੱਤਰਾਖੰਡ ਕਹਿੰਦੇ ਹੋ। ਇਹ ਸਾਰਾ ਰਾਜ ਰੋਹਿਲਿਆਂ ਦੇ ਰਾਜ ਵਿੱਚ ਸਥਾਪਿਤ ਕੀਤਾ ਗਿਆ ਸਭ। ਜਦੋਂ ਉਹਨੇ ਦਿੱਲੀ ਦੇ ਤਖ਼ਤ 'ਤੇ ਕਬਜ਼ਾ ਕਰ ਲਿਆ ਤਾਂ ਉਹਨੇ ਸਾਰੇ ਤੈਮੂਰ ਖਾਨਦਾਨ ਦੇ ਬੰਦੇ ਮਾਰ ਦਿੱਤੇ, ਸਿਪਾਹੀ ਮਾਰ ਦਿੱਤੇ, ਮੁਹੰਮਦ ਸ਼ਾਹ ਰੰਗੀਲੇ ਨੂੰ ਮਾਰ ਦਿੱਤਾ, ਰਾਜ 'ਤੇ ਕਬਜ਼ਾ ਹੋ ਗਿਆ। ਜਿਹੜੀਆਂ ਔਰਤਾਂ ਸੀ ਉਹਨੇ ਗੁਲਾਮ ਬਣਾ ਲਈਆਂ, ਔਰਤਾਂ ਨੂੰ ਗੋਲੀਆਂ ਗੁਲਾਮ ਬਣਾ ਕੇ ਘਰ ਦਾ ਕੰਮ ਕਰਾਉਂਦਾ ਰਿਹਾ, ਭਾਂਡੇ ਮਜਾਉਂਦੇ ਰਹੇ, ਉਹਨਾਂ ਤੋਂ ਗੁਲਾਮੀ ਕਰਾਉਂਦੇ ਰਹੇ। ਇੱਕ ਦਿਨ ਉਹ ਗੁਲਾਮ ਕਾਦਰੀ ਨੂੰ ਹਿੱਲਾ ਜਿਹੜਾ ਹੈ ਆਪਣੇ ਮਸਨਦ ਭਾਵ ਤਖ਼ਤ ਉੱਤੇ ਪਿਆ, ਉਹਦੇ ਮਨ 'ਚ ਖਿਆਲ ਆਇਆ ਜਿਹੜੀਆਂ ਔਰਤਾਂ ਸੀ ਗੁਲਾਮ ਬਣਾ ਕੇ ਰੱਖੀਆਂ ਨੇ ਇਹ ਤੈਮੂਰ ਖਾਨਦਾਨ ਦੀਆਂ ਔਰਤਾਂ ਨੇ, ਤੈਮੂਰ ਖਾਨਦਾਨ ਦੀਆਂ ਰਾਜਕੁਮਾਰੀਆਂ ਨੇ, ਕੱਲ ਨੂੰ ਖੁਦਾ ਨਾ ਖਾਸਤਾ ਇਹਨਾਂ ਦੀ ਕੁੱਖ ਤੋਂ ਕੋਈ ਬੱਚਾ ਜਨਮ ਲਵੇ ਤੇ ਉਹ ਬੱਚਾ ਰਾਜ ਦਾ ਦੁਆਰਾ ਸੁਪਨਾ ਲੈ ਸਕਦਾ, ਸਾਡੀ ਕੁੱਲ ਦਾ ਰਾਜ ਖਤਮ ਕਰਕੇ ਫਿਰ ਤੈਮੂਰ ਖਾਨਦਾਨ ਦਾ ਰਾਜ ਆ ਜਾਣਾ। ਕਿਉਂਕਿ ਜੇ ਇਹਨਾਂ ਔਰਤਾਂ ਦੀ ਕੁੱਖ ਤੋਂ ਕੋਈ ਬੱਚਾ ਜਨਮ ਲਵੇ ਉਹਦੇ ਅੰਦਰ ਰਾਜ ਦਾ ਸੁਪਨਾ ਆ ਸਕਦਾ, ਕਿਉਂਕਿ ਰਾਜਿਆਂ ਦੀਆਂ ਲੜਕੀਆਂ ਨੇ, ਇਹ ਰਾਜਿਆਂ ਦੀਆਂ ਔਰਤਾਂ ਨੇ, ਰਾਜਿਆਂ ਦੀਆਂ ਲੜਕੀਆਂ ਨੇ, ਕਿਤੇ ਫਿਰ ਸਾਡੇ ਰਾਜ ਨੂੰ ਖਤਰਾ ਹੋ ਸਕਦਾ। ਪਰਖਣਾ ਚਾਹੀਦਾ ਜੇ ਇਹਨਾਂ ਔਰਤਾਂ ਇਹਨਾਂ ਲੜਕੀਆਂ ਦੇ ਖੂਨ ਵਿੱਚ ਅਣਖ ਹੋਈ ਇਹ ਸਾਡੇ ਰਾਜ ਲਈ ਖਤਰਾ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਮਾਂ ਕੀ ਰਾਕਤ ਪਿਤਾ ਵਿਦ ਧਾਰਾ, ਬੱਚੇ ਦੇ ਸਰੀਰ 'ਚ ਖੂਨ ਜਿਹੜਾ ਉਹ ਮਾਂ ਦੇ ਖੂਨ ਤੋਂ ਬੱਚਾ ਬਣਦਾ, ਇਹ ਤੁਹਾਨੂੰ ਪਤਾ। ਮਾਂ ਦਾ ਖੂਨ ਨਿਚੜਦਾ ਤਾਂ ਬੱਚੇ ਦਾ ਜਨਮ ਹੁੰਦਾ, ਐਵੇਂ ਨਹੀਂ ਇਹ ਰੱਬ ਦਾ ਰਿਸ਼ਤਾ ਸਾਧ ਸੰਗਤ ਦਾ, ਵੀ ਕਹਿ ਦਿੰਦੇ ਬਾਅਦ ਵਿੱਚ ਮਾਂ ਨੂੰ ਤੂੰ ਮੇਰੇ ਲਈ ਕੀ ਕੀਤਾ, ਤੁਸੀਂ ਮੇਰੇ ਲਈ ਕੀ ਕੀਤਾ। ਆਪਣੀ ਜਵਾਨੀ ਬਾਹਰ ਕੇ ਮਾਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ, ਮਾਂ ਦੇ ਰਕਤ ਤੋਂ ਉਹਦਾ ਰਕਤ ਬਣਦਾ। ਜਨਮ ਦੇਣ ਲੱਗਿਆਂ ਮਾਂ ਦਾ ਬਲੱਡ ਘੱਟ ਹੋਵੇ, ਡਾਕਟਰ ਕਹਿੰਦੇ ਨੇ ਖਤਰਾ ਹੈ, ਇਹਨੂੰ ਦਵਾਈ ਪਿਲਾਓ, ਇਹਨੂੰ ਕੋਈ ਦਵਾਈਆਂ ਦਿਓ, ਕਿਉਂ ਇਹਦਾ ਬਰਥ ਵੇਲੇ ਬਲੱਡ ਜਿਹੜਾ ਉਹ 10 ਗ੍ਰਾਮ ਤੋਂ 12-13-14-13 ਗ੍ਰਾਮ ਚਾਹੀਦਾ, ਘੱਟ ਨਹੀਂ ਹੋਣਾ ਚਾਹੀਦਾ। ਔਰ ਉਸ ਵਕਤ ਬੱਚਾ ਜਦੋਂ ਪਰਵਰਿਸ਼ ਉਹਦੀ ਹੋ ਰਹੀ ਹੈ ਕੁੱਖ ਵਿੱਚ, ਮਾਂ ਦਾ ਬਲੱਡ ਜ਼ਰੂਰ ਘਟੇਗਾ, ਕਿਉਂਕਿ ਮਾਂ ਦੇ ਖੂਨ ਤੋਂ ਬਣ ਰਿਹਾ। ਮਾਂ ਕੀ ਰਕਤ ਪਿਤਾ ਵਿਦ ਧਾਰਾ, ਸਤਸੰਗਤ
ਹੁਣ ਅੱਜ ਉਹ ਗੁਲਾਮ ਕਾਦਰੀ ਰੋਹਿਲੇ ਨੇ ਬਾਦਸ਼ਾਹ ਨੇ ਸੋਚਿਆ ਕਿ ਤੈਮੂਰ ਖਾਨ ਦੀਆਂ ਖਾਨਦਾਨ ਦੀਆਂ ਔਰਤਾਂ ਲੜਕੀਆਂ ਰਾਜਕੁਮਾਰੀਆਂ 'ਚ ਅਣਖ ਨਹੀਂ ਹੋਣੀ ਚਾਹੀਦੀ। ਜੇ ਅਣਖ ਹੋਈ ਇਹਨਾਂ ਦੀ ਕੁੱਖ ਤੋਂ ਬੱਚਿਆਂ ਨੇ ਕਿਸੇ ਨੇ ਜਨਮ ਲਿਆ ਉਹਨੇ ਰਾਜ ਦੀ ਮੰਗ ਕਰਨੀ, ਇਹਨਾਂ ਦੀ ਅਣਖ ਦੇਖਣੀ ਚਾਹੀਦੀ ਹੈ ਕਿ ਨਹੀਂ। ਉਹਨੇ ਆਵਾਜ਼ ਦੇ ਕੇ ਕਿਹਾ ਜਿੰਨੀਆਂ ਤੈਮੂਰ ਖਾਨਦਾਨ ਦੀਆਂ ਰਾਜਕੁਮਾਰੀਆਂ ਅਤੇ ਔਰਤਾਂ ਗੁਲਾਮ ਬਣਾਈਆਂ ਨੇ ਸਭ ਨੂੰ ਮੇਰੇ ਦਰਬਾਰ ਵਿੱਚ ਸੱਦੋ। ਸੱਦ ਲਈਆਂ, ਹੁਕਮ ਦੇ ਕੇ ਕਿਹਾ ਤੁਹਾਨੂੰ ਕਤਲ ਕਰ ਦਿੱਤਾ ਜਾਏਗਾ ਜੇ ਤੁਸੀਂ ਮੇਰੇ ਸਾਹਮਣੇ ਨਾਚ ਨਾ ਕੀਤਾ, ਭਾਵ ਨੱਚੋ। ਸੰਗੀਤ ਵਜਾਉਣਾ ਸ਼ੁਰੂ ਕਰ ਦਿੱਤਾ, ਡਰਦੀਆਂ ਨੱਚਣ ਲੱਗ ਪਈਆਂ। ਉਹ ਗੁਲਾਮ ਸੀ ਵਿਚਾਰੀਆਂ, ਰਾਜੇ ਦੇ ਸਾਹਮਣੇ ਨਾਚ ਕਰਨ। ਰਾਜਾ ਆਪਣੇ ਤਖਤ ਮਸਨਦ ਪਰ ਬੈਠਾ ਹੋਇਆ ਗੁਲਾਮ ਕਾਦਰੀ ਰੋਹਿਲਾ, ਉਹਨੇ ਅਣਖ ਪਰਖਣ ਲਈ ਪਤਾ ਕੀ ਕੀਤਾ, ਆਪਣੀ ਕਿਰਪਾਨ ਮਿਆਨ 'ਚੋਂ ਬਾਹਰ ਕੱਢੀ, ਨੰਗੀ ਕਰਕੇ ਕਿਰਪਾਨ ਰੱਖ ਲਈ, ਖੰਜਰ ਮਿਆਨ 'ਚੋਂ ਬਾਹਰ ਕੱਢਿਆ, ਨੰਗਾ ਕਰਕੇ ਕੋਲ ਰੱਖ ਲਿਆ, ਆਪ ਅੱਖਾਂ ਬੰਦ ਕਰਕੇ ਆਰਾਮ ਨਾਲ ਸੌਂ ਗਿਆ। ਸੁੱਤਾ ਨਹੀਂ, ਜਾਣ ਬੁੱਝ ਕੇ ਅੱਖਾਂ ਬੰਦ ਕਰ ਲਈਆਂ। ਵੇਖਣ ਵਾਲਿਆਂ ਨੂੰ ਲੱਗਾ ਰਾਜਾ ਸੌਂ ਗਿਆ, ਪਰ ਉਹ ਵਿਚਾਰੀਆਂ ਡਰਦੀਆਂ ਨਾਚ ਕਰੀ ਗਈਆਂ, ਜੇ ਅਸੀਂ ਨੱਚਣੋਂ ਹਟ ਗਈਆਂ ਨੇ ਕਤਲ ਕਰ ਦੇਣਾ। ਉਹ ਕਿੰਨਾ ਚਿਰ ਅੱਖਾਂ ਬੰਦ ਕਰਕੇ ਪਿਆ ਰਿਹਾ, ਇੱਕ ਘੜੀ ਦੋ ਘੜੀ ਘੰਟਾ ਗੁਜ਼ਰ ਗਿਆ, ਉਹ ਵਿੱਚ ਵਿੱਚ ਮਾੜੀਆਂ ਮਾੜੀਆਂ ਅੱਖਾਂ ਖੋਲ੍ਹ ਕੇ ਵੇਖੇ, ਅਜੇ ਵੀ ਡਰਦੀਆਂ ਨਾਚ ਕਰ ਰਹੀਆਂ ਨੇ। ਕਿਸੇ ਇੱਕ ਵੀ ਰਾਜਕੁਮਾਰੀ ਜਾਂ ਕਿਸੇ ਤੈਮੂਰ ਖਾਨਦਾਨ ਦੀ ਔਰਤ ਵਿੱਚ ਅਣਖ ਪੈਦਾ ਨਹੀਂ ਹੋਈ ਕਿ ਰਾਜਾ ਤਾਂ ਸੌਂ ਗਿਆ, ਇਹਨੇ ਸਾਡੇ ਬੰਦੇ ਮਾਰੇ ਨੇ, ਅਸੀਂ ਇਹਦੀ ਨੰਗੀ ਤਲਵਾਰ ਚੁੱਕ ਕੇ ਖੰਜਰ ਚੁੱਕ ਕੇ ਇਹਦੇ ਸੀਨੇ 'ਚ ਮਾਰੀਏ। 20 ਜਣੀਆਂ ਨਾਚ ਕਰ ਰਹੀਆਂ ਨੇ, ਇੱਕ ਦੇ ਅੰਦਰ ਵੀ ਖਿਆਲ ਨਹੀਂ ਆਇਆ ਕਿ ਖੰਜਰ ਚੁੱਕ ਕੇ ਰਾਜੇ ਦੇ ਮਾਰੀਏ, ਭਾਵੇਂ ਬਾਅਦ ਵਿੱਚ ਰਾਜਾ ਵੱਢ ਹੀ ਦੇਵੇ, ਇੱਕ ਵਾਰ ਵਾਰ ਕਰਨਾ ਚਾਹੀਦਾ, ਇਹਨੇ ਸਾਡੇ ਬੰਦੇ ਮਾਰੇ ਨੇ। ਅੱਖਾਂ ਬੰਦ ਕਰਕੇ ਰਾਜਾ ਤਮਾਸ਼ਾ ਵੇਖਦਾ ਰਿਹਾ, ਇੱਕ ਵੀ ਰਾਜਕੁਮਾਰੀ ਦੇ ਅੰਦਰ ਅਣਖ ਨਾ ਪੈਦਾ ਹੋਈ। ਉਹਨੇ ਅੱਧੇ ਪੌਣੇ ਘੰਟੇ ਬਾਅਦ ਨਾਚ ਬੰਦ ਕਰਾਤਾ, ਖਿੜਖੜਾ ਕੇ ਹੱਸ ਪਿਆ, ਕਹਿੰਦਾ ਮਸਨਦ ਪੇ ਸੋਨਾ ਗਫਲਤ ਨਹੀਂ ਥਾ, ਇਹ ਮੇਰਾ ਮਸਲਤ ਉੱਤੇ, ਇਹ ਮਸਨਦ ਭਾਵ ਤਖਤ 'ਤੇ ਸੋਨਾ, ਕਹਿੰਦਾ ਹਕੀਕਤ ਨਹੀਂ ਸੀ, ਇਹ ਮੇਰਾ ਮਖੌਲ ਸੀ, ਮੈਂ ਵੇਖਣਾ ਚਾਹੁੰਦਾ ਸੀ ਤੈਮੂਰ ਖਾਨਦਾਨ ਦੀਆਂ ਲੜਕੀਆਂ ਰਾਜਕੁਮਾਰੀਆਂ ਔਰਤਾਂ ਵਿੱਚ ਅਣਖ ਹੈ ਕਿ ਨਹੀਂ, ਇੱਕ ਵਿੱਚ ਵੀ ਅਣਖ ਹੁੰਦੀ ਉਹ ਖੰਜਰ ਚੁੱਕ ਕੇ ਮੇਰੇ ਸੀਨੇ 'ਚ ਮਾਰਦੀਆਂ, ਮੈਂ ਭਾਵੇਂ ਮਰਦਾ ਜਾਂ ਨਾ ਮਰਦਾ ਪਰ ਇਹਨਾਂ ਨੂੰ ਵਾਰ ਕਰਨਾ ਚਾਹੀਦਾ ਸੀ। ਜੇ ਇਹਨਾਂ ਦੇ ਅੰਦਰ ਅਣਖ ਹੁੰਦੀ, ਇਹਨਾਂ ਦੇ ਅੰਦਰ ਅਣਖ ਨਹੀਂ ਹੈ, ਜਿਹੜੀਆਂ ਔਰਤਾਂ ਵਿੱਚੋਂ ਅਣਖ ਮੁੱਕ ਜਾਏ ਉਹਨਾਂ ਔਰਤਾਂ ਦੀਆਂ ਕੁੱਖ ਤੋਂ ਕਦੇ ਸ਼ਹੀਦ ਜਨਮ ਨਹੀਂ ਲੈ ਸਕਦੇ। ਜਿਹਨਾਂ ਔਰਤਾਂ ਦੀਆਂ ਅੰਦਰ ਅਣਖ ਮੁੱਕ ਜਾਏ ਖੂਨ ਵਿੱਚੋਂ, ਉਹਨਾਂ ਔਰਤਾਂ ਦੀਆਂ ਕੁੱਖ ਤੋਂ ਕਦੇ ਸੂਰ ਵੀਰ ਯੋਧੇ ਜਨਮ ਨਹੀਂ ਲੈ ਸਕਦੇ। ਇਹ ਗੱਲ ਗੁਲਾਮ ਕਾਦਰੀ ਰੋਹਿਲੇ ਨੇ ਕਹੀ, ਤੈਮੂਰ ਖਾਨਦਾਨ ਦੀ ਅਣਖ ਖਤਮ ਹੋ ਗਈ, ਰਾਜ ਸਦਾ ਲਈ ਖਤਮ ਹੋ ਗਿਆ। ਉਹ ਸਿੱਖੋ, ਤੁਸੀਂ ਸ਼ਹੀਦਾਂ ਦੀ ਕੌਮ ਦੇ ਉਹ ਵਾਰਸ ਬੈਠੇ ਹੋ ਜਿਸ ਕੌਮ ਦੇ ਵਿੱਚੋਂ ਕਦੇ ਅਣਖ ਨਹੀਂ ਖਤਮ ਹੋ ਸਕਦੀ, ਜਿਸ ਕੌਮ ਦੀਆਂ ਔਰਤਾਂ ਵਿੱਚੋਂ ਕਦੇ ਅਣਖ ਨਹੀਂ ਮੁੱਕ ਸਕਦੀ, ਜਿਸ ਕੌਮ ਦੀਆਂ ਧੀਆਂ ਦੇ ਖੂਨ ਵਿੱਚੋਂ ਕਦੇ ਅਣਖ ਨਹੀਂ ਮੁੱਕ ਸਕਦੀ। ਇਹ ਅਜੇ ਤਾਜ਼ਾ ਥੋੜ੍ਹੇ ਦਿਨਾਂ ਦੀ ਤੁਹਾਡੇ ਸਾਹਮਣੇ ਰਿਪੋਰਟ ਹੈ। ਸੱਜਣੋ, ਪੂਰੀ ਦੁਨੀਆ ਦੀ ਨਜ਼ਰ ਤੁਹਾਡੀ ਕੌਮ 'ਤੇ ਟਿਕੀ ਹੋਈ ਹੈ, ਅੱਜ ਵੀ ਕੋਈ ਏਅਰਪੋਰਟ 'ਤੇ ਆਪਣਾ ਹੱਥ ਕੱਢ ਕੇ ਥੱਪੜ ਉਹਦੇ ਮੂੰਹ 'ਤੇ ਮਾਰ ਦਿੰਦਾ, ਪਤਾ ਕਿਉਂ? ਅੰਦਰ ਖੂਨ ਵਿੱਚ ਅਣਖ ਭਰੀ ਹੋਈ ਹੈ। ਇਹ ਅਣਖ ਕਰਕੇ ਠੀਕ ਹੈ, ਲੋਕੀ ਕਹਿੰਦੇ ਉਹਨੇ ਨੌਕਰੀ ਗਵਾ ਲਈ, ਉਹਨੇ ਗਲਤ ਕੀਤਾ, ਮਾਫ਼ ਕਰਿਓ,
ਇਦਾਂ ਦੀਆਂ ਲੱਖਾਂ ਨੌਕਰੀਆਂ ਵਾਰੀਆਂ ਜਾ ਸਕਦੀਆਂ ਨੇ। ਭਾਵੇਂ ਥੱਪੜ ਮਾਰਨ ਨਾਲ ਕੁਝ ਨਹੀਂ ਹੋਇਆ, ਪਰ ਇੱਕ ਚੀਜ਼ ਯਾਦ ਰੱਖਿਓ, ਕੌਮ ਦੀ ਅਣਖ ਦਾ ਦੁਨੀਆ ਨੂੰ ਪਤਾ ਲੱਗ ਗਿਆ। ਜਿਸ ਕੌਮ ਦੀਆਂ ਔਰਤਾਂ ਵਿੱਚ ਅਣਖ ਜਿਉਂਦਾ ਹੈ, ਉਸ ਕੌਮ ਦੀਆਂ ਔਰਤਾਂ ਦੀ ਕੁੱਖ ਤੋਂ ਜਨਮ ਲੈਣੇ ਸੂਰਵੀਰ ਪੈਦਾ ਹੋਣਗੇ। ਸਾਧ ਸੰਗਤ ਤੋਂ ਵੱਜਿਆ ਹੋਇਆ ਥੱਪੜ ਇਕੱਲਾ ਚੰਡੀਗੜ੍ਹ ਵਿੱਚ ਨਹੀਂ, ਦਿੱਲੀ ਤੱਕ ਸੁਣਾਈ ਦਿੱਤਾ, ਉਹਦੀ ਆਵਾਜ਼ ਪੂਰੇ ਵਰਲਡ ਵਿੱਚ ਫੈਲ ਗਈ ਹੈ। ਸਿੱਖ ਕੌਮ ਦੀਆਂ ਧੀਆਂ ਵਿੱਚ ਅਣਖ ਹੈ। ਇਹ ਕੌਮ ਜਿਨ੍ਹਾਂ ਦੇ ਅੰਦਰ ਅਣਖ ਹੋਵੇ, ਉਹਨਾਂ ਦੀ ਕੁੱਖ ਤੋਂ ਕਦੇ ਵੀ ਸੂਰਵੀਰ ਜਨਮ ਲੈ ਸਕਦੇ ਨੇ। ਇਹ ਕੌਮ ਕਦੇ ਸੂਰਵੀਰਾਂ ਤੋਂ ਖਾਲੀ ਨਹੀਂ ਹੋਏਗੀ। ਪਤਾ ਕਿਉਂ? ਸਾਨੂੰ ਥੱਪਣਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ 'ਤੇ ਰੱਖਣਾ ਜਾਣਦੇ ਹਾਂ, ਤੱਤੀ ਤਵੀ 'ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ, ਸੀਸ ਗੰਜ 'ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੁੱਝਣਾ ਦੱਸਦੇ ਨੇ। ਉਹ ਜਾ ਕੇ ਪੁੱਛ ਲਓ ਕੰਧ ਸਰਹੰਦ ਦੀ ਤੋਂ ਬਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ। ਟੁੱਟੇ ਜਿਗਰ ਦੇ ਸਾਹਮਣੇ ਕਰਨ ਟੁੱਟੇ, ਮਾਮਾ ਡੱਕਰੇ ਝੋਲੀਆਂ ਪਾਉਂਦੀਆਂ ਨੇ, ਉੱਚਾ ਸੁੱਟ ਕੇ ਬੋਚਦੇ ਨੇਜਿਆਂ 'ਤੇ, ਭੋਰਾ ਫੇਰ ਵੀ ਨਹੀਂ ਘਬਰਾਉਂਦੀਆਂ ਨੇ। ਪਤਾ ਕਿਉਂ? ਕਿਉਂਕਿ ਥੱਪਣਾ ਗੁਰੂ ਗੋਬਿੰਦ ਸਿੰਘ ਦੀ। ਇੱਕ ਇਹ ਗੱਲ ਕੌਮ ਦੀ ਅਣਖ ਦੀ ਹੈ। ਸਾਧ ਸੰਗਤ ਉਹਦੇ ਨਾਲ ਹੋਇਆ ਨਹੀਂ ਕੁਝ ਵੀ। ਬਹੁਤ ਬੰਦਿਆਂ ਨੇ ਕਮੈਂਟ ਕੀਤਾ, ਇੱਦਾਂ ਕੀ ਹੋ ਜਾਂਦਾ ਜੀ, ਇਹ ਕਿਉਂ ਕੀਤਾ ਜੀ। ਇਹ ਗੱਲ ਅਣਖ ਦੀ ਹੈ ਕਿ ਕੌਮ ਜਾਗਦੀ ਹੈ। ਜਿਹੜੀ ਕੌਮ ਜਾਗਦੀ ਹੋਵੇ, ਜਿਸ ਕੌਮ ਦੀਆਂ ਧੀਆਂ ਭੈਣਾਂ ਮਾਈਆਂ ਦੇ ਅੰਦਰ ਅਣਖ ਹੋਵੇ, ਉਸ ਕੌਮ ਵਿੱਚੋਂ ਸੂਰਵੀਰ ਨਹੀਂ ਕਦੇ ਖਤਮ ਹੋ ਸਕਦੇ। ਸਾਧ ਸੰਗਤ ਕਦੇ ਕੋਈ ਵਿਦਾਵਾ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚਲਿਆ ਜਾਂਦਾ, ਉਦੋਂ ਜੇ ਕਿਸੇ ਦੇ ਖੂਨ ਵਿੱਚ ਅਣਖ ਸੀ। ਮਾਈ ਭਾਗ ਕੌਰ ਨੇ ਵੰਗਾਰ ਕੇ ਕਿਹਾ, ਜਿਸ ਗੁਰੂ ਨੇ ਤੁਹਾਡੇ ਲਈ ਆਪਣੇ ਚਾਰ ਚਾਰ ਪੁੱਤ ਮਾਰ ਦਿੱਤੇ, ਤੁਹਾਡੀ ਆਜ਼ਾਦੀ ਲਈ ਅਨੰਦਪੁਰ ਸਾਹਿਬ ਛੱਡ ਦਿੱਤਾ, ਤੁਸੀਂ ਉਸ ਗੁਰੂ ਨੂੰ ਛੱਡ ਆਏ? ਲਓ ਘਰ ਵਿੱਚ ਬੈਠੋ, ਬਾਹਾਂ 'ਚ ਚੂੜੀਆਂ ਪਾ ਲਓ, ਚੌਂਕਾ ਚੁੱਲ੍ਹਾ ਤੁਸੀਂ ਸੰਭਾਲੋ, ਗੁਰੂ ਲਈ ਲੜਨ ਅਸੀਂ ਮੈਦਾਨੇ ਜੰਗ 'ਚ ਜਾਵਾਂਗੇ। ਉਹ ਮਾਈ ਭਾਗ ਕੌਰ ਦੀ ਵੰਗਾਰ ਨੇ ਟੁੱਟਿਆ ਹੋਇਆ ਮਾਝਾ ਦੁਆਰਾ ਸਿੱਖੀ ਬਹਾਲ ਕਰ ਦਿੱਤੀ। ਸਾਧ ਸੰਗਤ ਅੱਜ ਮੈਂ ਆਸ ਕਰਾਂਗਾ, ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ, ਜਿੰਨੀਆਂ ਭੈਣਾਂ ਬੀਬੀਆਂ ਬੱਚੀਆਂ ਬੈਠੀਆਂ ਨੇ, ਬਾਣੀ ਜ਼ਰੂਰ ਪੜਿਆ ਕਰੋ, ਸ਼ਹੀਦਾਂ ਦਾ ਇਤਿਹਾਸ ਸੁਣੋ, ਆਪਣੇ ਘਰ ਵਿੱਚ ਸ਼ਹੀਦਾਂ ਦੀ ਫੋਟੋ ਲਾ ਕੇ ਰੱਖੋ। ਕਿਉਂ? ਉਹਦਾ ਅਸਰ ਤੁਹਾਡੇ ਖੂਨ ਉੱਤੇ ਹੋਏਗਾ, ਤੁਹਾਡੇ ਖੂਨ 'ਚੋਂ ਸੂਰਵੀਰ ਯੋਧੇ ਪੈਦਾ ਹੋਣੇ ਨੇ, ਤੁਹਾਡੀ ਅਣਖ ਕਰਕੇ ਕੌਮ ਨੇ ਜਿਉਂਦਾ ਰਹਿਣਾ। ਸਾਧ ਸੰਗਤ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਇਹ ਚੀਜ਼ਾਂ ਅਸੀਂ ਸਮਝ ਸਕੀਏ। ਬਹੁਤ ਪ੍ਰਚਾਰ ਹੋਇਆ ਘਰ 'ਚ ਫੋਟੋਆਂ ਨਹੀਂ ਲਾਉਣੀਆਂ ਚਾਹੀਦੀਆਂ, ਮੈਂ ਵੀ ਕਹਿੰਦਾ ਫੋਟੋ ਦਾ ਪੁਜਾਰੀ ਨਹੀਂ ਹੈ ਸਿੱਖ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਮੰਨਦਾ, ਉਪਦੇਸ਼ ਨੂੰ ਮੰਨਦਾ, ਅਕਾਲ ਪੁਰਖ ਦਾ ਪੁਜਾਰੀ ਹੈ। ਸਿੱਖ ਫੋਟੋਆਂ ਦਾ ਪੁਜਾਰੀ ਨਹੀਂ, ਪਰ ਸਿੱਖ ਦੇ ਘਰ ਵਿੱਚ ਫੋਟੋ ਚਾਹੀਦੀ ਹੈ, ਕਿਸੇ ਸ਼ਹੀਦ ਦੀ ਹੋਣੀ ਚਾਹੀਦੀ ਹੈ, ਬਾਬਾ ਦੀਪ ਸਿੰਘ ਦੀ ਹੋਣੀ ਚਾਹੀਦੀ ਹੈ, ਭਾਈ ਤਾਰੂ ਸਿੰਘ ਦੀ ਫੋਟੋ ਹੋਣੀ ਚਾਹੀਦੀ ਹੈ, ਖੋਪਰ ਲੱਥ ਦਾ ਫੋਟੋ ਤੁਹਾਡੇ ਘਰ ਵਿੱਚ ਹੋਵੇ। ਤੁਹਾਡਾ ਜੰਮਦਾ ਬੱਚਾ ਜਿੱਦਣ ਬੋਲਣ ਲੱਗੇਗਾ, ਪਹਿਲੀ ਗੱਲ ਪੁੱਛੇਗਾ, ਮਾਂ ਇਹ ਫੋਟੋ ਕਿਹਦੀ ਹੈ? ਜਿੱਦਣ ਮਾਂ ਦੱਸੇਗੀ ਪੋਤੇ ਭਾਈ ਤਾਰੂ ਸਿੰਘ ਹੈ, ਆਪਣਾ ਖੋਪਰ ਲੁਹਾ ਲਿਆ, ਇਹਨੇ ਆਪਣੇ ਬਾਲ ਨਹੀਂ ਕਟਾਏ, ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਭਾਵਨਾ ਨਾਲ ਅਤੇ ਵਿਸ਼ਵਾਸ ਰੱਖ ਕੇ ਕਹਿੰਦਾ, ਤੁਹਾਡਾ ਬੱਚਾ ਜ਼ਿੰਦਗੀ 'ਚ ਕਦੇ ਕੇਸ ਨਹੀਂ ਕਟਾਏਗਾ ਜੇ ਭਾਈ ਤਾਰੂ ਸਿੰਘ ਦੀ ਗੱਲ ਕਹੂੰਗਾ। ਆਪਣੇ ਘਰ ਵਿੱਚੋਂ ਇਹ ਗੱਲ ਸ਼ੁਰੂ ਕਰੋ। ਸਿੱਖ ਫੋਟੋਆਂ ਦਾ ਪੁਜਾਰੀ ਨਹੀਂ ਹੈ, ਪਰ ਯਾਦ ਰੱਖਿਓ ਫੋਟੋਆਂ ਸਾਨੂੰ ਬਹੁਤ ਕੁਝ ਦਿੰਦੀਆਂ ਨੇ। ਜਿਹੜੇ ਬੰਦੇ ਕਹਿੰਦੇ ਨੇ ਇਕੱਲੇ ਲਓ ਜੀ ਫੋਟੋ ਨਹੀਂ,
ਉਹਨਾਂ ਦੇ ਮੋਬਾਈਲ ਕੱਢ ਕੇ ਵੇਖੋ, ਸਾਰੇ ਟੱਬਰ ਦੀਆਂ ਫੋਟੋਆਂ ਨੇ। ਔਰ ਦੂਜੀ ਬੇਨਤੀ ਸਮਝਿਓ, ਅੱਜ ਲੋਕਾਂ ਨੇ ਆਪਣਾ ਸਟੇਟਸ ਖਰਾਬ ਕਰ ਲਿਆ। ਅੱਛਾ, ਇੱਕ ਵਟਸਐਪ ਉੱਤੇ ਲੱਗਦਾ, ਉਹਨੂੰ ਕਹਿੰਦੇ ਸਟੇਟਸ, ਸਟੇਟਸ ਹੀ ਲਾਉਂਦੇ ਹੋ ਨਾ, ਉੱਥੋਂ ਬੰਦੇ ਦਾ ਸਟੇਟਸ ਜਾਣਿਆ ਜਾਂਦਾ। ਅਸੀਂ ਸਟੇਟਸ ਇੱਦਾਂ ਦੀਆਂ ਚੀਜ਼ਾਂ ਲਾਉਂਦੇ, ਕਿਸੇ ਨੂੰ ਹੁਣ ਕਹਿ ਕੇ ਨਹੀਂ ਕੁਝ ਸਾੜਨਾ ਪੈਂਦਾ, ਲੋਕ ਸਟੇਟਸ ਲਾ ਕੇ ਚੈੱਕ ਕਰਦੇ ਰਹਿੰਦੇ ਵੀ ਉਹਨੇ ਦੇਖ ਲਿਆ ਰਿਸ਼ਤੇਦਾਰ ਨੇ, ਉਹਨੂੰ ਸਾੜਨਾ, ਆਹ ਸਟੇਟਸ ਰਹਿ ਗਿਆ ਸਾਡਾ। ਔਰ ਸਾਧ ਸੰਗਤ ਮਾਫ ਕਰਿਓ, ਅੱਗੇ ਲੋਕ ਰਿਜ਼ਕ ਲੁਕੋ ਕੇ ਖਾਂਦੇ ਸੀ, ਰਿਜ਼ਕ ਸਿੱਖ ਲੰਗਰ ਲਾਉਂਦਾ ਸੀ ਪਰ ਰਿਜ਼ਕ ਪਰਦੇ ਵਿੱਚ ਸੀ। ਭੋਜਨ, ਭਜਨ, ਖਜ਼ਾਨਾ, ਨਾਰੀ, ਚਾਰ ਚੀਜ਼ਾਂ ਪਰਦੇ ਦੇ ਅਧਿਕਾਰੀ, ਚਾਰੇ ਚੀਜ਼ਾਂ ਪਰਦੇ ਵਿੱਚ ਸੀ। ਔਰਤ ਦਾ ਸਭ ਤੋਂ ਵੱਡਾ ਪਰਦਾ ਉਹਦੇ ਸਿਰ ਦਾ ਦੁਪੱਟਾ ਅਤੇ ਉਹਦੇ ਪਹਿਨੇ ਹੋਏ ਵਸਤਰ ਸੀ। ਅੱਜ ਅਸੀਂ ਉਹ ਪਰਦਾ ਗਵਾ ਬੈਠੇ। ਅੱਜ ਛੋਟੇ ਛੋਟੇ, ਮਾਫ ਕਰਿਓ, ਮੈਂ ਨਹੀਂ ਕਹਿੰਦਾ ਬੱਚੇ ਜੀ ਇਹਨੂੰ, ਇਹ ਕੋਈ ਮਾਡਰਨ ਨਹੀਂ ਬਣ ਜਾਂਦਾ, ਕੋਈ ਘੱਟ ਕੱਪੜੇ ਪਾ ਕੇ ਸਿਰੋਂ ਨੰਗਾ ਰਹਿ ਕੇ ਕੋਈ ਮਾਡਰਨ ਨਹੀਂ ਹੋ ਸਕਦਾ। ਮਾਡਰਨ ਤਾਂ ਹੀ ਕੁਝ ਹੋਰ ਹੈ, ਉਹਨੂੰ ਸਿੱਖੋ, ਆਪਣੇ ਆਪ ਨੂੰ ਅੰਦਰੋਂ ਤਬਦੀਲ ਕਰ। ਅਗਲੀ ਗੱਲ, ਲੋਕ ਵਿਖਾਵਾ ਕਰਨ ਲੱਗ ਪਏ ਘਰ ਵਿੱਚ, ਪਰਿਵਾਰ ਵਿੱਚ। ਜਦੋਂ ਪ੍ਰਸ਼ਾਦਾ ਛਕਦੇ ਸੀ, ਮਾਈਆਂ ਨੇ ਪ੍ਰਸ਼ਾਦਾ ਬਣਾਉਣਾ, ਛਾਬਾ ਢੱਕ ਕੇ ਰੱਖਣਾ ਪੌਣੇ ਨਾਲ, ਉਹਦੇ ਵਿੱਚੋਂ ਜਦੋਂ ਪ੍ਰਸ਼ਾਦਾ ਦੇਣਾ ਪੌਣੇ ਨਾਲ, ਫਿਰ ਢੱਕ ਦੇਣਾ, ਸਾਹਮਣੇ ਨਹੀਂ ਸੀ ਰੱਖਦੇ। ਹੁਣ ਇਕੱਲੀਆਂ ਪਲੇਟਾਂ ਭਰ ਕੇ ਨਹੀਂ ਰੱਖਦੇ, ਹੁਣ ਤਾਂ ਲੋਕਾਂ ਦਾ ਸਟੇਟਸ ਇੰਨਾ ਗਿਰ ਗਿਆ। ਬਾਕੀ ਚੀਜ਼ਾਂ ਤੁਸੀਂ ਪ੍ਰਗਟ ਕਰੋ ਨਾ ਕਰੋ, ਖਾਣ ਤੋਂ ਪਹਿਲਾਂ ਜਦੋਂ ਹੋਟਲ ਰੈਸਟੋਰੈਂਟ ਵਿੱਚ ਔਡਰ ਦਿੰਦੇ ਨਾ, ਉਹ ਲਿਆ ਕੇ ਰੱਖਦੇ, ਪਹਿਲਾਂ ਕਹਿੰਦੇ ਹੱਥ ਨਾ ਲਾਇਓ, ਹੱਥ ਨਾ, ਪਹਿਲਾਂ ਫੋਟੋ ਖਿੱਚ ਕੇ ਸਟੇਟਸ। ਜਦੋਂ ਖਾਣੇ ਦੀਆਂ ਚੀਜ਼ਾਂ ਐਂ ਕਰਨ ਲੱਗ ਜਾਓਗੇ, ਤੁਹਾਡੇ ਘਰ ਵਿੱਚੋਂ ਕਈ ਚੀਜ਼ਾਂ ਲੋਪ ਹੋ ਜਾਣਗੀਆਂ। ਇਹ ਪਰਦੇ ਦੀ ਚੀਜ਼ ਸੀ, ਰਿਜ਼ਕ ਦਿਖਾ ਕੇ ਨਹੀਂ ਖਾਈਦਾ ਮੈਂ ਕੀ ਖਾ ਰਿਹਾ। ਸੱਜਣੋ, ਇਹਨਾਂ ਚੀਜ਼ਾਂ ਦਾ ਘਰ ਵਿੱਚ ਪਰਹੇਜ਼ ਕਰੋ। ਇਹ ਸਟੇਟਸ ਨੇ ਲੋਕਾਂ ਨੂੰ ਬਿਮਾਰ ਕਰ ਦਿੱਤਾ। ਅੱਜ ਲੋਕ ਸਟੇਟਸ ਬਣਾਉਂਦਿਆਂ ਬਣਾਉਂਦਿਆਂ ਸਟ੍ਰੈਸ ਵਿੱਚ ਚਲੇ ਗਏ। ਸਟ੍ਰੈਸ ਵਿੱਚ ਪਤਾ ਕਿਵੇਂ, ਗੁੱਸਾ ਨਾ ਕਰਿਓ, 20,000 ਰੁਪਏ ਦੀ ਨੌਕਰੀ ਹੈ ਮਹੀਨੇ ਦੀ, ਘਾਟਾ ਨਹੀਂ ਸੀ ਪੈਣਾ, ਮੁੱਕਣਾ ਨਹੀਂ 20,000 ਰੁਪਈਆ। ਜੇ 20,000 ਤੋਂ ਸ਼ੁਰੂ ਹੋਇਆ ਨਾ, ਮੇਰਾ ਵਿਸ਼ਵਾਸ ਹੈ 20,000 ਵਿੱਚੋਂ ਵੀ ਤੁਸੀਂ ਪੈਸੇ ਬਚਾ ਲਓਗੇ। 20,000 ਰੁਪਈਆ ਮੰਥਲੀ ਤਨਖਾਹ ਹੈ। ਬੰਦਿਆਂ ਦੇ ਸਟੇਟਸ ਨੇ ਲੋਕਾਂ ਨੂੰ ਸਟ੍ਰੈਸ ਵਿੱਚ ਲਿਆ ਤਾ। ਤਨਖਾਹ 20,000 ਆ ਪਰ ਮੋਬਾਈਲ 1.5 ਲੱਖ ਦਾ ਰੱਖਣਾ, ਭਾਵੇਂ ਕਰਜ਼ੇ 'ਤੇ ਚੁੱਕ ਕੇ ਰੱਖਣਾ ਪੈ ਜਾਵੇ। ਸਟੇਟਸ ਨੇ ਲੋਕਾਂ ਨੂੰ ਬਰਬਾਦ ਕੀਤਾ। ਅੱਜ ਪੰਜਾਬ ਨੇ ਆਪਣਾ ਸਟੇਟਸ ਗਵਾ ਲਿਆ। ਪਤਾ ਕਿਉਂ? ਸਾਡਾ ਸਟੇਟਸ ਇਹ ਬਣ ਗਿਆ, ਇੱਕ ਮੁੰਡਾ ਬਾਹਰ ਹੋਣਾ ਚਾਹੀਦਾ, ਜਿਹਦਾ ਮੁੰਡਾ ਕੈਨੇਡਾ ਅਮੈਰੀਕਾ, ਉਹ ਕਹਿੰਦਾ ਲਓ ਸਟੇਟਸ ਬਹੁਤ। ਮੇਰਾ ਲੜਕਾ ਕੈਨੇਡਾ ਜੀ, ਛੋਟਾ ਅਮੈਰੀਕਾ ਹੁੰਦਾ ਜੀ, ਵੱਡਾ ਕੈਲਗਰੀ ਰਹਿੰਦਾ ਜੀ, ਬਸ ਆਹ ਸਟੇਟਸ ਹੈ। ਨਹੀਂ, ਤੁਸੀਂ ਸਟ੍ਰੈਸ ਵਿੱਚ ਚਲੇ ਜਾਓਗੇ। ਸਟੇਟਸ ਕੀ ਹੈ? ਉਹ ਸਹੀ ਹੋਣਾ ਚਾਹੀਦਾ। ਸੱਜਣੋ, ਜਦੋਂ ਗੁਰੂ ਦੀ ਬਾਣੀ ਨਾਲ, ਰਹਿਤ ਨਾਲ ਜੁੜੋਗੇ, ਤੁਹਾਡਾ ਸਟੇਟਸ ਸੱਚਾ ਹੋ ਜਾਏਗਾ। ਤੁਹਾਡਾ ਸਟੇਟਸ ਉਹ ਸ਼ਹੀਦ ਨੇ ਜਿਨ੍ਹਾਂ ਨੇ ਕੌਮ ਨੂੰ ਅੱਜ ਤੱਕ ਜੀਵਿਤ ਰੱਖਿਆ। ਜਦੋਂ ਉਹ ਚੀਜ਼ ਨੂੰ ਸਾਹਮਣੇ ਲਿਆ ਕੇ ਰੱਖੋਗੇ, ਫਿਰ ਤੁਹਾਡੇ ਬੱਚੇ ਇੰਨੇ ਉੱਚਾਈ ਵਿੱਚ ਜਾਣਗੇ। ਆਹ ਨਸ਼ਿਆਂ ਦਾ ਰੌਲਾ ਪੈਂਦਾ ਵੀ ਛੇਵਾਂ ਦਰਿਆ ਤੁਹਾਡਾ ਕੁਝ ਨਹੀਂ ਵਿਗਾੜ ਸਕੇਗਾ। ਆਪਣੇ ਘਰ ਵਿੱਚ ਬਾਣੀ ਪੜ੍ਹੋ, ਸ਼ਬਦ ਜਪੋ, ਸ਼ਹੀਦਾਂ ਦਾ ਘਰ ਵਿੱਚ ਆਪਣੇ ਫੋਟੋ ਲਾ ਕੇ ਰੱਖੋ। ਅਤੇ ਇਹ ਗੱਲ ਯਾਦ ਰੱਖਿਓ, ਜਿਹੜੀ ਕੌਮ ਨੂੰ ਸ਼ਹੀਦ ਯਾਦ ਹੈ, ਉਸ ਕੌਮ ਵਿੱਚੋਂ ਸ਼ਹੀਦ ਕਦੇ ਨਹੀਂ ਮੁੱਕ ਸਕਦੇ। ਪਰ ਉਹਦੇ ਲਈ ਬਾਣੀ ਪੜ੍ਹਨੀ ਪੈਣੀ ਹੈ। 10-10 ਵਜੇ ਨਹੀਂ ਉੱਠਣਾ,
ਅੰਮ੍ਰਿਤ ਵੇਲੇ ਉੱਠ ਕੇ ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ ਜੋ ਜਾ ਗੰਨ ਲਹਨ ਸੇ ਸਾਈਂ ਕੰਨੋਂ ਦਾਤ। ਸਵੇਰੇ ਉੱਠ ਕੇ ਨਾਮ ਜਪਣਾ ਸ਼ੁਰੂ ਕਰੋ। ਸਭ ਨੂੰ ਇੱਕੋ ਹੀ ਬੇਨਤੀ ਹੈ, ਜਦੋਂ ਸਵੇਰੇ ਨੀਂਦ ਵਿੱਚੋਂ ਜਹਾਗ ਖੁੱਲੇ ਤੁਹਾਡਾ ਫਸਟ ਵਰਕ ਐਵਰੀ ਡੇ ਇਹ ਹੋਣਾ ਚਾਹੀਦਾ, ਆਪਣੇ ਬੈੱਡ 'ਤੇ ਬਹਿ ਕੇ 2-4 ਮਿੰਟ ਜ਼ਰੂਰ ਜਪ ਲਿਆ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੁਹਾਡੇ ਘਰ 'ਚੋਂ ਸਵੇਰੇ ਵਾਹਿਗੁਰੂ ਦੀ ਆਵਾਜ਼ ਆਉਣੀ ਚਾਹੀਦੀ, ਤੁਹਾਡੇ ਘਰ ਦੇ ਕਮਰਿਆਂ 'ਚੋਂ ਸਵੇਰੇ ਵਾਹਿਗੁਰੂ ਦੀ ਆਵਾਜ਼ ਆ। ਜਦੋਂ ਤੁਸੀਂ ਉੱਠ ਕੇ ਵਾਹਿਗੁਰੂ ਕਹੋਗੇ ਕੋਲ ਪਏ ਬੱਚਿਆਂ ਉੱਤੇ ਅਸਰ ਹੋਏਗਾ। ਮੇਰਾ ਵਿਸ਼ਵਾਸ ਹੈ ਤੁਹਾਡਾ ਬੱਚਾ ਤੁਹਾਤੋਂ 1 ਘੰਟਾ ਬਾਅਦ ਵੀ ਨੀਂਦ 'ਚ ਉੱਠੇ, ਥੋੜ੍ਹੇ ਮਹੀਨੇ ਥੋੜ੍ਹੇ ਦਿਨਾਂ ਬਾਅਦ ਵੇਖਿਓ ਉਹਨੇ ਉੱਠਦਿਆਂ ਕਹਿਣ ਲੱਗ ਪੈਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੁਹਾਨੂੰ ਜਗਾਉਣਾ ਨਹੀਂ ਪੈਣਾ, ਉਹਨੇ ਆਪੇ ਜਾਗਣ ਲੱਗ ਪੈਣਾ। ਆ ਜਿੰਨੇ ਕੁ ਤੁਸੀਂ ਬੈਠੇ ਹੋ ਵੱਡੀਆਂ ਉਮਰਾਂ ਦੇ, ਜਿਨ੍ਹਾਂ ਨੇ 10-20-30 ਸਾਲ ਪਹਿਲਾਂ ਜ਼ਮਾਨਾ ਵੇਖਿਆ, ਕੋਈ ਉਠਾਉਂਦਾ ਸੀ ਇਹਨਾਂ ਬੱਚਿਆਂ ਨੂੰ? ਆਪਣੇ ਆਪ ਹੀ ਜੇ ਮਾਂ ਨੇ ਉਠਾਉਣਾ ਤਾਂ ਵੀ ਆਹ ਤਰੀਕਾ ਹੁੰਦਾ ਸੀ, ਪੁੱਤ ਉੱਠ, ਬਾਬਾ ਲੱਗ ਗਿਆ, ਉੱਠ ਬੋਲ ਵਾਹਿਗੁਰੂ। ਪਾਠੀ 'ਚੋਂ ਲੱਗ ਗਿਆ ਕਰ, ਪੁੱਤ ਉੱਠ, ਬਾਬਾ ਜੀ ਲੱਗ ਗਿਆ, ਬੋਲ ਵਾਹਿਗੁਰੂ। ਹੁਣ ਜਿਹੜੇ ਹਿਸਾਬ ਨਾਲ ਤੁਸੀਂ ਜਗਾਉਂਦੇ ਹੋ ਜਾਂ ਜਾਗਦੇ ਹੋ, ਉਹ ਤੁਸੀਂ ਆਪਣੀ ਜ਼ਿੰਦਗੀ ਆਪ ਖਰਾਬ ਕੀਤੀ। ਰਾਤੀਂ 2-2 ਵਜੇ ਤੱਕ ਜੇ ਕਲੇਸ਼ ਬੁੱਕ ਚਲਾਉਣੀ ਹੈ, ਤੁਹਾਡੇ ਘਰੋਂ ਕਲੇਸ਼ ਕੋਈ ਨਹੀਂ ਹਟਾ ਸਕਦਾ। ਮੇਰੀਆਂ ਗੱਲਾਂ ਤੁਹਾਨੂੰ ਕੌੜੀਆਂ ਲੱਗਣੀਆਂ। ਜੇ ਰਾਤੀਂ 2-2 ਵਜੇ ਤੱਕ ਕਲੇਸ਼ ਬੁੱਕ ਚਲਾਉਣੀ ਹੈ, ਕਲੇਸ਼ ਬੁੱਕ ਸਮਝਦੇ ਹੋ ਜਿਹਨੂੰ ਫੇਸਬੁੱਕ ਕਹਿੰਦੇ, ਸਾਰੀ ਦੁਨੀਆ ਦਾ ਕਲੇਸ਼ ਉਹਦੇ 'ਤੇ, ਇਹ ਨਹੀਂ ਮੁੱਕਣਾ, ਫਿਰ ਤੁਹਾਡੇ ਘਰੋਂ ਕਲੇਸ਼ ਕੋਈ ਨਹੀਂ ਹਟਾ ਸਕਦਾ। ਜਦੋਂ ਸਵੇਰੇ ਨੀਂਦ 'ਚੋਂ ਜਾਗ ਖੁੱਲੇ, ਸੌਣ ਲੱਗਿਆਂ ਵਾਹਿਗੁਰੂ ਕਹੋ, ਉੱਠਣ ਲੱਗਿਆਂ 2-4 ਮਿੰਟ ਜਪੋ ਵਾਹਿਗੁਰੂ ਵਾਹਿਗੁਰੂ। ਮੇਰਾ ਵਿਸ਼ਵਾਸ ਹੈ ਤੁਹਾਡੇ ਘਰ ਦਾ ਇਨਵਾਇਰਮੈਂਟ 1 ਮਹੀਨੇ 'ਚ ਚੇਂਜ ਹੋ ਜਾਏਗਾ, ਤੁਹਾਡੇ ਘਰ ਦਾ ਐਟਮੋਸਫੇਅਰ ਚੇਂਜ ਹੋਣਾ ਸ਼ੁਰੂ ਹੋ ਜਾਏਗਾ। ਜਿੱਥੇ ਨਾਮ ਜਪੋਗੇ ਉੱਥੇ ਅਸਰ ਹੁੰਦਾ। ਅੱਛਾ, ਇੱਕ ਛੋਟਾ ਜਿਹਾ ਨੁਕਤਾ ਸੁਣਿਆ, ਨਿੱਕਾ ਜਿਹਾ ਬੱਚਾ, ਉਹਨੂੰ ਕਿਸੇ ਨੇ ਭੰਗੜਾ ਪਾਉਣਾ ਨਹੀਂ ਸਿਖਾਇਆ, ਉਹਦੇ ਕੋਲ ਕਲਾਕਾਰਾਂ ਦੇ ਗਾਣੇ ਜਿਹਾ ਲਾ ਦਿਓ ਨਾ, ਗੋਦੀ 'ਚ ਪਿਆ ਬੱਚਾ ਵੀ ਹੱਥ ਜਿਹਾ ਮਾਰਨ ਲੱਗ ਪੈਂਦਾ, ਹਾਲਾਂਕਿ ਉਹਨੂੰ ਅੱਖਰ ਨਹੀਂ ਸਮਝ ਆ ਰਹੇ। ਜੇ ਦੁਨਿਆਵੀ ਮਾੜੇ ਗੀਤਾਂ ਦਾ ਅਸਰ ਬੱਚਿਆਂ 'ਤੇ ਹੋ ਸਕਦਾ, ਆਪਣੇ ਘਰ ਵਿੱਚ ਗੁਰੂ ਦੀ ਬਾਣੀ ਲਾ ਕੇ ਰੱਖੋ, ਤੁਹਾਡਾ ਬੱਚਾ ਹੱਥ ਜੋੜ ਕੇ ਕਹਿਣ ਲੱਗ ਜਾਏਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਸਵੇਰੇ ਨੀਂਦ 'ਚੋਂ ਜਾਗ ਖੁੱਲੇ ਵਾਹਿਗੁਰੂ ਕਹਿਣਾ। ਅੱਛਾ, ਜਿੰਨੇ ਬੈਠੇ ਹੋ ਸੁਣਦੇ ਹੋ, ਕਹਿ ਲਓਗੇ ਭਾਈ ਸਵੇਰੇ ਸਵੇਰੇ ਵਾਹਿਗੁਰੂ ਕਹਿ ਲਓਗੇ ਬੀਬੀ, ਉਹ ਜਪ ਲਓਗੇ ਸਾਰੇ, ਹੱਥ ਖੜੇ ਕਰਕੇ ਜਕਾਰਾ ਛੱਡੋ, ਸਵੇਰੇ ਵਾਹਿਗੁਰੂ ਕਹਾਂਗੇ ਉੱਠ ਕੇ। ਵਾਹ 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 ਬਸ। ਜਦੋਂ ਸਵੇਰੇ ਨੀਂਦ ਤੋਂ ਜਾਗਣਾ ਉਦੋਂ ਸਾਧ ਸੰਗਤ ਉੱਠਦਿਆਂ ਸਾਰ ਵਾਹਿਗੁਰੂ ਕਹਿਣਾ, ਗੁਸਤਾਖੀ ਮਾਫ਼। ਜੇ ਨਾਮ ਜਪੋਗੇ ਤਾਂ ਘਰ ਵਿੱਚ ਸੁੱਖ ਵੀ ਆਉਣਗੇ, ਜੇ ਨਾਮ ਨਹੀਂ ਜਪੋਗੇ ਫਿਰ ਨਹੀਂ ਸੁੱਖ ਆਉਣੇ। ਇੱਕ ਬੇਨਤੀ ਹੋਰ ਧਿਆਨ ਨਾਲ ਸਮਝਿਓ, ਸਵੇਰੇ ਉੱਠਦਿਆਂ ਸਾਰ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਤੁਹਾਡੇ ਅੰਦਰ ਸਵਾਲ ਹੋਣਾ ਵੀ 2-4 ਮਿੰਟ ਕਹਿਣ ਨਾਲ ਕੀ ਹੁੰਦਾ, 2-4 ਮਿੰਟ ਜਪਣ ਨਾਲ ਕੀ ਹੋਣਾ। ਮੇਰੀ ਤਾਂ ਸਿੱਧੀ ਕਥਾ ਹੁੰਦੀ, 1 ਚਮਚਾ ਦਹੀਂ ਦਾ 4 ਕਿਲੋ ਦੁੱਧ 'ਚ ਪਾ ਦਿਓ ਨਾ, ਉਹਨੂੰ ਕਹਿੰਦੇ ਜਾਗ ਲਾਉਣਾ। 4 ਕਿਲੋ ਦੁੱਧ ਵੀ ਦਹੀਂ ਬਣ ਜਾਂਦਾ, ਅਤੇ ਜੇ ਸਵੇਰੇ 4 ਮਿੰਟ ਵੀ ਵਾਹਿਗੁਰੂ ਵਾਹਿਗੁਰੂ ਕਹਿ ਲਓਗੇ ਤੁਹਾਡੇ ਘਰ ਜਾਗ ਲੱਗ ਜਾਣਾ ਸਿੱਖੀ ਤੋਂ। ਜੇ 1 ਚਮਚਾ ਦਹੀਂ ਦਾ ਜਾਗ ਲਾਇਆ ਜਾ ਸਕਦਾ, 4 ਕਿਲੋ ਦੁੱਧ ਦਹੀਂ ਹੋ ਜਾਂਦਾ, ਤੁਸੀਂ 4 ਮਿੰਟ ਜਪਣ ਲੱਗ ਜਾਓ, ਜਾਗ ਲੱਗ ਜਾਏਗਾ। ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਪਾਤਸ਼ਾਹ ਨੇ ਲਿਖ ਕੇ ਦਿੱਤਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ
ਮਾਹੇ ਮਿਟਾਵੋ, ਇੱਕ ਵਾਰ ਧਿਆਨ ਟਿਕਾ ਕੇ ਕਹੋ, ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲੱਗੇ, ਮਿਲ ਕੇ ਪਿਆਰ ਨਾਲ ਕਹੋ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰ ਜਪਿਓ। ਫਿਰ ਸੰਗਤ ਜੋਨ ਗਰ ਬਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਗਤ ਜੋਨ ਗਰਬ ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਜਪਿਓ ਜਿਨ। ਫਿਰ ਸੰਗਤ ਜੋਨ ਗਰਬ ਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਗਤ ਜੋਨ ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ। ਆਖੋ ਸਤਨਾਮ ਸ੍ਰੀ ਗੁਰਬਾਣੀ ਕਹਿ ਸੇਵਕ ਜਨ ਮੰਨੈ, ਫਿਰ ਤੁਹਾਡੇ ਨਾਲ ਕੀ ਹੋਣਾ? ਪ੍ਰਤੱਖ ਗੁਰੂ ਨਿਸਤਾਰੇ। ਮੇਰਾ ਵਿਸ਼ਵਾਸ ਹੈ ਗੁਰੂ ਤੁਹਾਡੇ ਨਾਲ ਪ੍ਰਤੱਖ ਵਰਤ ਕੇ ਦਿਖਾਏਗਾ। ਪ੍ਰਤੱਖ, ਪ੍ਰਤੱਖ ਸਮਝਦੇ ਹੋ? ਜਦੋਂ ਅੰਦਰ ਵਿਸ਼ਵਾਸ ਪੈਦਾ ਹੋ ਜਾਏ। ਆਹ ਤੁਹਾਡੇ ਤੱਕ ਇੱਕ ਵੀਡੀਓ ਆ ਗਈ ਹੈ ਤੁਹਾਡੇ ਮੋਬਾਈਲਾਂ 'ਚ, ਚੰਗੀਆਂ ਵੀ ਵੇਖਿਆ ਕਰੋ। ਮੈਂ ਮੋਬਾਈਲ ਨੂੰ ਮਾੜਾ ਨਹੀਂ ਕਹਿੰਦਾ, ਬਹੁਤ ਚੰਗੀਆਂ ਗੱਲਾਂ ਵੀ ਆਉਂਦੀਆਂ ਨੇ। ਉਹ ਤੁਹਾਡੇ ਤੱਕ ਵੀਡੀਓ ਪਹੁੰਚ ਗਈ ਹੈ, ਵਿਸ਼ਵਾਸ ਪੈਦਾ ਹੋ ਜਾਏ। 8 ਸਾਲ ਬੱਚਾ ਬੋਲਿਆ ਨਹੀਂ, ਗੁੰਗਾ ਹੈ ਜ਼ਬਾਨ ਤੋਂ, 8 ਸਾਲਾਂ ਬਾਅਦ ਜਾ ਕੇ ਹਰਿਮੰਦਰ ਸਾਹਿਬ ਬੋਲਿਆ। ਉਹ ਮਾਈ ਦੀ ਇੰਟਰਵਿਊ ਆਈ, ਉਹਨੂੰ ਪੁੱਛਿਆ ਤੁਸੀਂ ਪਹਿਲਾਂ ਨਹੀਂ ਅਰਦਾਸ ਕਰਾਈ 8 ਸਾਲਾਂ 'ਚ? ਕਹਿੰਦੀ ਬਹੁਤ ਵਾਰ ਕਰਾਈ, ਮੱਥਾ ਟੇਕਿਆ, ਦੇਗਾਂ ਕਰਾਈਆਂ, ਅਰਦਾਸ ਕਰਾਈ। ਜਿੱਥੇ ਕਿਸੇ ਨੇ ਕਿਹਾ ਉੱਥੇ ਦਵਾਈ ਦਾਰੂ ਇਲਾਜ ਡਾਕਟਰਾਂ ਤੋਂ ਕਰਾਇਆ। ਵਿਦੇਸ਼ ਵਿੱਚ ਰਹਿੰਦੇ ਨੇ ਉਹ, ਹੁਣ ਆ ਕੇ ਉਹਨੇ ਟਰੈਕਟਰ ਦਰਬਾਰ ਸਾਹਿਬ ਚੜ੍ਹਾਇਆ। ਜਿੱਦਣ ਉਹਨਾਂ ਦਾ ਬੱਚਾ ਬੋਲਣ ਲੱਗ ਪਿਆ ਸਾਧ ਸੰਗਤ, ਉਹਨੇ ਮਾਈ ਨੇ ਪਤਾ ਕੀ ਕਿਹਾ? ਕਹਿੰਦੀ ਸਾਰੇ ਪਾਸਿਓਂ ਜਵਾਬ ਹੋ ਗਿਆ, ਅਤੇ ਕਿਸੇ ਨੇ ਕਹਿ ਦਿੱਤਾ ਕਿ ਬਸ ਹੁਣ ਨਹੀਂ ਇਹਨੇ ਬੋਲਣਾ, ਫਲਾਨੇ ਦਾ ਵੀ ਤਾਂ ਜੇ ਬੋਲ ਪਏ, ਇੰਨੇ ਸਾਲ ਦਾ ਹੁੰਦਾ ਫਿਰ ਬੋਲ ਪਏ ਤਾਂ ਠੀਕ ਹੈ, ਹੁਣ ਤਾਂ ਉਮਰ ਬਹੁਤ ਹੋ ਗਈ। ਕਹਿੰਦੀ ਜਦੋਂ ਸਾਨੂੰ ਸਾਰੇ ਪਾਸਿਓਂ ਮਨ ਟੁੱਟ ਗਿਆ, ਇੱਕ ਦਿਨ ਫਿਰ ਆ ਕੇ ਮੈਂ ਦਰਬਾਰ ਸਾਹਿਬ ਕਿਹਾ, ਹੇ ਗੁਰੂ ਰਾਮਦਾਸ, ਸੱਚੇ ਪਾਤਸ਼ਾਹ, ਜੇ ਤੁਹਾਡੇ ਘਰੋਂ ਰੋਜ਼ ਆਵਾਜ਼ ਆਉਂਦੀ ਹੈ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਤੇਰੇ ਘਰ ਵਿੱਚ ਸਭ ਕੁਝ ਹੈ, ਇੱਕ ਮੇਰੇ ਬੱਚੇ ਲਈ ਆਵਾਜ਼ ਨਹੀਂ ਹੈ ਤੇਰੇ ਘਰ 'ਚ? ਤੇਰੇ ਘਰ ਵਿੱਚ ਸਭ ਕੁਝ ਹੈ, ਮੇਰੇ ਬੱਚੇ ਲਈ ਜਵਾਨ ਨਹੀਂ ਹੈ ਤੇਰੇ ਘਰ ਵਿੱਚ? ਪਾਤਸ਼ਾਹ ਜੇ ਸਭ ਕੁਝ ਹੈ, ਮੇਰੇ ਪੁੱਤ ਨੂੰ ਬੋਲਣ ਦੀ ਆਵਾਜ਼ ਦਿਓ। ਸਾਧ ਸੰਗਤ, ਬਸ ਉਹ ਵਿਸ਼ਵਾਸ ਅਤੇ ਪ੍ਰੇਮ ਨਾਲ ਕੀਤੀ ਹੋਈ ਅਰਦਾਸ ਸੀ। ਉੱਦਣ ਗੁਰੂ ਰਾਮਦਾਸ ਮਹਾਰਾਜ ਦੀ ਇੱਕ ਕਰਾਮਾਤ ਨਹੀਂ ਅਤੇ ਹੋਰ ਕੀ, ਉਹ ਬੱਚਾ ਬੋਲਣ ਲੱਗ ਪਿਆ। ਇਹ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ, ਤੁਹਾਡੇ ਤੱਕ ਵੀਡੀਓ ਆਈ ਹੈ।
ਉਹ ਪਰਿਵਾਰ ਵਾਲਿਆਂ ਨੇ ਟਰੈਕਟਰ ਚੜ੍ਹਾਇਆ ਫਿਰ ਹੁਣ ਦਰਬਾਰ ਸਾਹਿਬ ਆ ਕੇ, ਨਾਲੇ ਸ਼ੁਕਰਾਨਾ ਕੀਤਾ, ਮੀਡੀਆ 'ਚ ਆ ਗਿਆ। ਸਾਧ ਸੰਗਤ ਕਿਹੜੀ ਚੀਜ਼ ਹੈ ਜਿਹੜੀ ਗੁਰੂ ਕੋਲੋਂ ਨਹੀਂ ਮਿਲਦੀ? ਇੱਕ ਸਰਦਾਰਾਂ ਦੇ ਕੰਪੈਨਾਂ ਕਾਰੋਬਾਰ ਹਰੇਕ ਸਾਲ ਖੰਡ ਪਾਠ ਸਾਹਿਬ ਕਰਾਉਂਦੇ, ਉਹਨਾਂ ਦੇ ਘਰ ਨਾ ਭਾਂਡੇ ਮਾਂਜੇ ਇੱਕ ਨੌਕਰਾਣੀ ਭਾਂਡੇ, ਉਹ ਪਿੰਡ 'ਚ ਹੋਰਨਾਂ ਦੇ ਵੀ ਮਾਂਜਦੀ ਸੀ, ਜਦੋਂ ਕਿਸੇ ਦੇ ਖੰਡ ਪਾਠ ਸਾਹਿਬ ਹੋਣਾ ਉਹਨੇ 3 ਦਿਨ ਭਾਂਡੇ ਮਾਂਜਣੇ, ਭਾਂਡੇ ਮਾਂਜ ਮਾਂਜ ਕੇ ਉਹਨੇ ਬੱਚੇ ਪਾਲੇ। ਇੱਕ ਲੜਕਾ ਉਹਦਾ 10ਵੀਂ ਕਲਾਸ ਕਰ ਗਿਆ, 10 ਪੜ੍ਹ ਕੇ ਕਿਹੜਾ ਇੱਥੇ ਕੁਝ ਨੌਕਰੀਆਂ ਮਿਲਦੀਆਂ, ਉਹਨੂੰ ਬਿਲਡਿੰਗ ਦਾ ਕੰਮ ਸਿਖਾਇਆ, ਉਹ ਗੇਟ ਗਰਿੱਲਾਂ ਦੀ ਦੁਕਾਨ 'ਤੇ ਲੱਗ ਗਿਆ। ਅੱਜ ਜਦੋਂ ਸਰਦਾਰਾਂ ਦੇ ਖੰਡ ਪਾਠ ਸਾਹਿਬ ਦਾ ਭੋਗ ਪਿਆ ਨਾ, ਉੱਧਰ ਭੋਗ ਤੋਂ ਬਾਅਦ ਕੀਰਤਨ ਕਥਾ ਹੋ ਰਹੀ ਹੈ, ਉੱਧਰ ਉਹ ਗੇਟਾਂ ਕੋਲ ਬੈਠੀ ਭਾਂਡੇ ਮਾਂਜਦੀ ਹੈ, ਭਾਂਡੇ ਮਾਂਜਦਿਆਂ ਮਾਂਜਦਿਆਂ ਉਹਦਾ ਧਿਆਨ ਕੀਰਤਨ ਕਥਾ ਵਿੱਚ ਚਲਾ ਗਿਆ। ਕਥਾ ਵਿੱਚ ਸੁਣਿਆ ਵੀ ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੇ ਘਰੋਂ ਨਹੀਂ ਮਿਲਦੀ? ਜੇ ਕੋਈ ਵਿਸ਼ਵਾਸ ਨਾਲ ਮੰਗ ਲੈ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਉਹਦਾ ਮਨ ਭਰਿਆ ਅਤੇ ਮਨ ਕਹਿੰਦਾ ਸਾਰੀ ਉਮਰ ਤੂੰ ਅਮਰੋ ਭਾਂਡੇ ਹੀ ਮਾਂਜਦੀ ਰਹੇਂਗੇ, ਸਾਰੀ ਉਮਰ ਤੋਂ ਅਮਰੋ ਭਾਂਡੇ ਹੀ ਮਾਂਜਦੀ ਰਹੇਂਗੇ, ਮਨ ਭਰ ਕੇ ਇਕੱਲੀ ਨਾਲੇ ਭਾਂਡੇ ਮਾਂਜਦੀ ਨਾਲੇ ਰੋ ਰਹੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁਖਾਸਣ ਹੋਏ, ਜਦੋਂ ਭੋਗ ਤੋਂ ਬਾਅਦ ਪਾਤਸ਼ਾਹ ਨੂੰ ਵਿਦਿਆ ਹੋਏ, ਘਰ ਵਾਲੇ ਤਾਂ ਅੰਦਰੋਂ ਵਿਦਿਆ ਕਰਕੇ ਪਿੱਛੇ ਰਹਿ ਗਏ, ਗਿੱਟਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲੰਘਣੇ ਸਨ, ਉਹ ਮਾਈ ਨੇ ਭਾਂਡੇ ਧੋਣੇ ਛੱਡ ਕੇ ਹੱਥ ਧੋਤੇ, ਮੈਲੀ ਜੇ ਚੁੰਨੀ ਨਾਲ ਸਿਰ ਢੱਕਿਆ, ਗਲ ਚੁੰਨੀ ਪਾ ਕੇ ਹੱਥ ਜੋੜ ਕੇ ਖਲੋ ਗਏ, ਜਦੋਂ ਕੋਲੋਂ ਲੰਘੇ ਮੱਥਾ ਟੇਕ ਕੇ ਰੋ ਕੇ ਕਿਹਾ ਪਾਤਸ਼ਾਹ ਮੇਰੀ ਵੀ ਜ਼ਿੰਦਗੀ ਬਦਲ ਦਿਓ, ਮੈਂ ਸਾਰੀ ਉਮਰ ਭਾਂਡੇ ਮਾਂਜਦੀ ਰਹੂੰਗੀ, ਮੇਰੇ ਵੀ ਕਰਮ ਬਦਲੋ, ਜੇ ਤੁਹਾਡੇ ਘਰ ਵਿੱਚ ਸਭ ਕੁਝ ਹੈ ਮੇਰੇ ਕਰਮ ਬਦਲੋ। ਬਸ ਇੰਨੀ ਰੋ ਕੇ ਅਰਦਾਸ ਕੀਤੀ, ਤੁਸੀਂ ਹੈਰਾਨ ਹੋਵੋਗੇ, ਹਫ਼ਤਾ 10 ਦਿਨ ਪਿਆ, ਜਿੱਥੇ ਉਹਦਾ ਲੜਕਾ ਬਿਲਡਿੰਗ ਦਾ ਕੰਮ ਕਰਦਾ ਉੱਥੇ ਇੱਕ ਸਰਦਾਰ ਜੀ ਆ ਗਿਆ। ਉਹ ਕਹਿੰਦੇ ਕਾਕਾ ਕਿੰਨਾ ਪੜ੍ਹਿਆ? ਕਹਿੰਦਾ ਅੰਕਲ ਜੀ 10 ਪੜ੍ਹਿਆ, 10th ਕੀਤੀ ਹੈ। ਕਹਿੰਦੇ ਪਾਸਪੋਰਟ ਬਣਿਆ? ਕਹਿੰਦਾ ਅੰਕਲ ਜੀ ਨਹੀਂ, ਉਹਨੇ 2000 ਰੁਪਈਆ ਦਿੱਤਾ, ਟਰਾਲੀ ਬਿਲਡ ਕਰਾਉਣ ਆਇਆ ਸੀ, ਟਰਾਲੀ ਬਿਲਡਿੰਗ ਦਾ 400 ਲੱਗ ਦਿੱਤਾ ਮਾਲਕ ਨੂੰ, 2000 ਰੁਪਈਆ ਉਹਨੂੰ ਦਿੱਤਾ ਬਿਲਡ ਕਰਨ ਵਾਲੇ। ਕਹਿੰਦੇ ਲੈ ਕਾਕਾ ਪਾਸਪੋਰਟ ਬਣਾ ਲਈ, ਸਾਡਾ ਦੁਬਈ 'ਚ ਕਾਰੋਬਾਰ ਹੈ, ਜੇ ਤੇਰੇ ਭਾਗਾਂ 'ਚ ਹੋਇਆ ਲੈ ਕੇ ਜਾਵਾਂਗੇ। ਉਹਨੇ ਉਹ 2000 ਦਾ ਪਾਸਪੋਰਟ ਬਣਾਇਆ, ਫਿਰ ਫਾਈਲ ਭਰ ਕੇ ਮਹੀਨੇ ਕੁ ਬਾਅਦ ਉਹ ਸਰਦਾਰ ਜੀ ਫਿਰ ਆਏ, ਉਹਨੇ ਪਾਸਪੋਰਟ ਦੀ ਕਾਪੀ ਲੈ ਗਏ, ਜਾਂਦਿਆਂ ਵੀਜ਼ਾ ਭੇਜ ਦਿੱਤਾ, ਆਪਣੀ ਕੰਪਨੀ 'ਚ ਉਹਨੇ ਦੁਬਈ ਸੱਦਿਆ, 5-6 ਸਾਲ ਦੁਬਈ ਲਾਏ, ਕਰਜ਼ੇ ਉੱਤਰ ਗਏ, ਗਰੀਬੀ ਧੋਤੀ ਗਈ, ਘਰ ਪੱਕੇ ਬਣ ਗਏ, ਫਰਸ਼ ਪੈ ਗਏ। ਹੁਣ ਉਹ ਆਪਣੀ ਮਾਂ ਨੂੰ ਕਹਿੰਦਾ ਮਾਂ ਬੀਬੀ ਤੂੰ ਹੁਣ ਭਾਂਡੇ ਨਾ ਮਾਂਜਿਆ ਕਰ, ਹੁਣ ਠੀਕ ਆਪਣੇ ਦਿਨ ਬਦਲ ਗਏ। ਮਹਾਰਾਜ ਨੇ ਇੰਨੀ ਕਿਰਪਾ ਕੀਤੀ, ਉਹ ਮਾਈ ਨੇ ਕਿਹਾ ਪੁੱਤ ਇਹ ਦਿਨ ਵੀ ਗੁਰੂ ਗ੍ਰੰਥ ਸਾਹਿਬ ਨੇ ਬਦਲੇ, ਆਪਣੇ ਪੁੱਤ ਇਹ ਦਿਨ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਦਲੇ ਨੇ। ਐਸੀ ਫਿਰ ਗੁਰੂ ਦੀ ਨਜ਼ਰ ਹੋਈ, ਜਿੱਥੇ ਉਹ ਦੁਬਈ 'ਚ ਕੰਮ ਕਰਦਾ ਸੀ, ਨਾਲ ਦੇ ਮੁੰਡੇ ਦਾ ਕੰਮ ਅਮੈਰੀਕਾ ਦਾ ਬਣਨ ਲੱਗ ਪਿਆ, ਉਹਨਾਂ ਦੀ ਦੋਸਤੀ ਬਣ ਗਈ। ਉਹਨੇ ਕਿਹਾ ਤੂੰ ਵੀ ਅਮਰੀਕਾ ਦੇ ਪੇਪਰ ਭਰ ਦਿਓ। ਕਹਿੰਦਾ ਮੇਰੇ ਕੋਲ ਪੈਸੇ ਨਹੀਂ। ਕਹਿੰਦਾ ਕੋਈ ਨਹੀਂ, ਮੇਰੇ ਜੀਜਾ ਜੀ ਆਪੇ ਲਾ ਦੇਣਗੇ, ਉੱਧਰ ਜਾ ਕੇ ਦੇ ਦੇਈਂ। ਦੋਵਾਂ ਜਣਿਆਂ ਦਾ ਕੰਮ ਬਣਿਆ, ਵਰਕ ਪਰਮਿਟ 'ਤੇ ਅਮੈਰੀਕਾ ਗਏ। ਸਾਧ ਸੰਗਤ 5 ਸਾਲਾਂ ਬਾਅਦ ਅੱਜ ਉਹ USA ਸ਼ਟਲ ਵਿੱਚ ਪਰਮਾਨੈਂਟ PR ਹੋਇਆ। ਤੁਸੀਂ ਹੈਰਾਨ ਹੋਵੋਗੇ, ਭਾਂਡੇ ਮਾਂਜਣ ਵਾਲੀ ਉਹ ਮਾਈ ਅਮਰੋ ਵੀ ਅੱਜ ਅਮੈਰੀਕਾ ਬੈਠੀ ਹੈ। ਕਿਹੜੀ ਚੀਜ਼ ਹੈ ਜਿਹੜੀ ਗੁਰੂ ਕੋਲੋਂ ਨਹੀਂ ਮਿਲਦੀ? ਵਰਤਨ ਮਾਂਜਣ ਵਾਲੀ ਵੀ ਅੱਜ ਅਮੈਰੀਕਾ ਬੈਠੀ ਹੈ। ਇਹ ਗੁਰੂ ਦੇ ਘਰ ਵਿੱਚ ਸਭ ਕੁਝ ਹੈ, ਬਸ ਲੋੜ ਵਿਸ਼ਵਾਸ ਦੀ ਹੈ, ਭਰੋਸਾ ਰੱਖੋ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਨਾਨਕ ਦਾਸ ਮੁਖ 'ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ।
ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਨਾਮ ਜ਼ਰੂਰ ਜਪੋ, ਆਪਣੇ ਬੱਚਿਆਂ ਨੂੰ ਜੋੜ ਕੇ ਰੱਖੋ, ਨਿਤਨੇਮ ਬਾਣੀ ਦਾ ਜ਼ਰੂਰ ਕਰੋ, ਘਰ ਵਿੱਚ ਰਿਸ਼ਤਿਆਂ ਦੀ ਰਿਸਪੈਕਟ ਕਰੋ। ਅਗਲੇ ਮਹੀਨੇ ਬਾਰਿਸ਼ਾਂ ਸ਼ੁਰੂ ਹੋਣੀਆਂ, ਦਰੱਖਤ ਜ਼ਰੂਰ ਲਾਇਓ ਇੱਕ ਇੱਕ ਬੂਟਾ, ਪੰਜਾਬ ਦੇ ਇਨਵਾਇਰਮੈਂਟ ਲਈ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਹੱਥੋਂ ਕੋਈ ਨਾ ਕੋਈ ਪੌਦਾ ਦਰੱਖਤ ਲੱਗਣਾ ਚਾਹੀਦਾ, ਕਿਉਂਕਿ ਆਪਾਂ ਹਵਾ ਅਤੇ ਪਾਣੀ ਬਚਾਉਣ 'ਚ ਸਫਲ ਹੋ ਗਏ, ਸਮਝੋ ਆਪ ਬਚ ਗਏ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਇਹ ਵੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ। ਨਾਲ ਨਾਲ ਆਪਾਂ ਸਮਾਜਿਕ ਤੌਰ 'ਤੇ ਵੀ ਧਿਆਨ ਰੱਖਣਾ। ਸਭ ਸੰਗਤਾਂ ਦਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ, ਕੋਟਾਨਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਭੁੱਲਾਂ ਨਾ ਚਿਤਾਰਿਓ, ਅਦਬ ਸਤਿਕਾਰ ਸਹਿਤ ਅਸੀਸ ਦਿਓ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।